ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ, ਕਿਉਂਕਿ ਅਸੀਂ ਗੁਰਬਾਣੀ ਦੇ ਵਿੱਚ ਮਨੁੱਖ ਦੀ ਮਾਨਸਿਕਤਾ ਨੂੰ ਲੈ ਕੇ ਉਸਦੇ ਦੋ ਰੂਪ ਵੇਖਦੇ ਹਾਂ। ਜਿਹੜੀਆਂ ਦੋ ਵਿਚਾਰਧਾਰਾਵਾਂ 'ਤੇ ਚੱਲਦਾ ਹੈ, ਜੇਕਰ ਸਿੱਖ ਗੁਰ ਸ਼ਬਦ ਦੀ ਵਿਚਾਰਧਾਰਾ ਦੇ ਅਨੁਕੂਲ ਆਪਣਾ ਜੀਵਨ ਬਤੀਤ ਕਰਦਾ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਗੁਰਮਤ ਦੇ ਮਾਰਗ 'ਤੇ ਚੱਲਿਆ। ਜਦੋਂ ਉਹ ਗੁਰਮਤ ਤੋਂ ਪਿੱਛੇ ਚਲਾ ਜਾਂਦਾ ਹੈ ਅਤੇ ਸੰਸਾਰ ਦੇ ਵਿੱਚ ਚੱਲ ਰਹੀਆਂ ਵਿਚਾਰਧਾਰਾ ਦੇ ਵਹਿ ਦੇ ਵਿੱਚ ਵਹਿ ਜਾਂਦਾ ਹੈ, ਫਿਰ ਅਸੀਂ ਕਹਿੰਦੇ ਹਾਂ ਕਿ ਬੰਦਾ ਮਨ ਕਰਕੇ ਕਮਜ਼ੋਰ ਹੈ ਅਤੇ ਉਹ ਮਨਮਤ ਦੇ ਮਾਰਗ 'ਤੇ ਚੱਲ ਰਿਹਾ। ਦਰਅਸਲ ਮਨਮਤ ਦੇ ਮਾਰਗ 'ਤੇ ਚੱਲਣ ਵਾਲਾ ਮਨੁੱਖ ਕਦੀ ਵੀ ਮਾਨਸਿਕ ਤੌਰ 'ਤੇ ਬਲਵਾਨ ਨਹੀਂ ਹੁੰਦਾ, ਅਤੇ ਜੇ ਮਾਨਸਿਕ ਤੌਰ 'ਤੇ ਬਲਵਾਨ ਹੋਣਾ ਹੈ ਅਤੇ ਜਿਹੜੀ ਆਹ ਅਵਸਥਾ ਹੈ ਇਸ ਤੋਂ ਵੱਡੀ ਚੀਜ਼ ਕੋਈ ਨਹੀਂ, ਜਿਸ ਨੂੰ ਅਸੀਂ ਕਹਿੰਦੇ ਸਤ ਸੰਗਤ, ਇਸ ਤੋਂ ਵੱਡੀ ਕੋਈ ਚੀਜ਼ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਇੱਕ ਬੜਾ ਪਿਆਰਾ ਪ੍ਰਮਾਣ ਦਿੰਦੇ ਨੇ, ਕਹਿੰਦੇ ਕੱਬ ਲਾਗੈ ਆਪਣੇ ਕਵਿਤਾ ਦੇ ਵਿੱਚ, ਕੱਬ ਲਾਗੈ ਮਸਤਕ ਚਰਨਨ ਰਜ ਦਰਸ ਦਇਆ ਦ੍ਰਿਗਲ ਕੱਬ ਦੇਖੂ ਅੰਮ੍ਰਿਤ ਬਚਨ ਸੁਨੋ ਕੱਬ ਸਰਵਨਨ ਕੱਬ ਰਸਨ ਬੇਨਤੀ ਵਸੇਖੋ। ਇਹ ਸਾਰਾ ਇਸ ਸੱਚਖੰਡ ਦਾ ਨਕਸ਼ਾ ਹੈ। ਕੱਬ ਲਾਗੈ ਮਸਤਕ ਚਰਨਨ ਰਜ, ਕਦੋਂ ਮੈਨੂੰ ਗੁਰੂ ਦੇ ਚਰਨਾਂ ਦੇ ਉੱਪਰ ਮਸਤਕ ਰੱਖਣ ਦਾ ਮੌਕਾ ਮਿਲੇ। ਹੁਣ ਇਸ ਗੱਲ ਨੂੰ ਸਮਝੀਏ ਕਿ ਗੁਰੂ ਸਾਹਿਬ ਦੇ ਸਾਹਮਣੇ ਆ ਕੇ ਮੱਥਾ ਟੇਕਣਾ ਕੇਵਲ ਅਤੇ ਕੇਵਲ ਇੱਕ ਸਰੀਰਕ ਕਿਰਿਆ ਹੈ? ਨਹੀਂ। ਪਾਤਸ਼ਾਹ ਕਹਿੰਦੇ ਨੇ ਕਿ ਤੁਹਾਡੇ ਇਸ ਤਰ੍ਹਾਂ ਮੱਥਾ ਟੇਕਣ ਦੇ ਨਾਲ ਮੈਨੂੰ ਕੋਈ ਮਹਾਨਤਾ ਨਹੀਂ ਮਿਲਣੀ, ਅਤੇ ਤੁਸੀਂ ਨਾ ਵੀ ਟੇਕੋਗੇ ਗੁਰੂ ਦਾ ਰੁਤਬਾ ਨੀਵਾਂ ਨਹੀਂ ਹੋਣਾ। ਪਰ ਮੱਥਾ ਟੇਕਣ ਦੇ ਬਾਰੇ ਗੁਰੂ ਪਾਤਸ਼ਾਹ ਕਹਿੰਦੇ ਨੇ ਮੱਥਾ ਟੇਕੋ, ਪਰ ਉਸ ਮੱਥਾ ਟੇਕਣ ਦਾ ਭਾਵ ਕੀ ਹੋਵੇ? ਤੁਧ ਨੂੰ ਨਿਵਣ ਮੰਨਣ ਤੇਰਾ ਨਾਮ। ਗੁਰੂ ਦੇ ਅੱਗੇ ਮੱਥਾ ਟੇਕਣਾ ਨੀਵਾਂ ਹੋ ਜਾਣਾ ਮਤਲਬ ਹੈ ਕਿ ਆਪਣਾ ਆਪਾ ਗੁਰੂ ਨੂੰ ਸਮਰਪਿਤ ਕਰ ਦੇਣਾ। ਮੰਨਣ ਤੇਰਾ ਨਾਮ, ਗੁਰੂ ਦੇ ਹੁਕਮ ਨੂੰ ਮੰਨਣਾ, ਅਤੇ ਜਿਹੜਾ ਗੁਰੂ ਦੇ ਹੁਕਮ ਨੂੰ ਮੰਨਣ ਲੱਗ ਗਿਆ ਉਹ ਗੁਰਮੁਖ ਦੇ ਮਾਰਗ 'ਤੇ ਤੁਰ ਗਿਆ। ਕੱਬ ਲਾ ਕੇ ਮਸਤਕ ਚਰਨਨ ਰਜ ਦਰਸ ਦਇਆ ਦ੍ਰਿਗਲ ਕੱਬ ਦੇਖੂ, ਕਦੋਂ ਮੇਰੇ ਨੇਤਰ ਜਿਹੜੇ ਨੇ ਉਹ ਗੁਰੂ ਦੇ ਦਰਸ਼ਨ ਕਰ। ਹੁਣ ਗੁਰੂ ਦੇ ਦਰਸ਼ਨ ਕੇਵਲ ਇਹ ਨਹੀਂ ਹੈਗੇ ਕਿ ਅਸੀਂ ਆਏ ਮੱਥਾ ਟੇਕਿਆ ਪਰਿਕਰਮਾ ਕੀਤੀਆਂ ਅਤੇ ਚਲੇ ਗਏ। ਫਿਰ ਤੇ ਪਾਤਸ਼ਾਹ ਕਹਿੰਦੇ ਨੇ ਸਤਿਗੁਰ ਨੂੰ ਸਭ ਕੋ ਦੇਖਦਾ ਚੇਤਾ ਜਗਤ ਸੰਸਾਰ, ਪਰ ਡਿੱਠੇ ਮੁਕਤ ਨਾ ਹੋਈ ਜਿਚਰ ਸ਼ਬਦ ਨਾ ਕਰੇ ਵਿਚਾਰ। ਹੁਣ ਦਰਸ਼ਨ ਜਿਹੜੇ ਨੇ ਉਹਦਾ ਭਾਵ ਹੈ ਸ਼ਬਦ ਦੀ ਵਿਚਾਰ, ਕੇਵਲ ਅਤੇ ਕੇਵਲ ਅੱਖਾਂ ਦੇ ਨਾਲ ਵੇਖਣਾ ਨਹੀਂ, ਉਹ ਹੈ ਸ਼ਬਦ ਦੀ ਵਿਚਾਰ। ਅਗਲੀ ਗੱਲ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਅੰਮ੍ਰਿਤ ਬਚਨ ਸੁਨੋ ਕੱਬ ਸਰਵਣ, ਜਿਹੜਾ ਕੀਰਤਨ ਸਰਵਣ ਕੀਤਾ ਉਹਦੀ ਵੀ ਵਿਚਾਰ ਕਰਨੀ। ਫਿਰ ਕੱਬ ਰਸਨਾ ਬੇਨਤੀ ਵਸੇਖੋ, ਫਿਰ ਤੁਹਾਡੀ ਜ਼ੁਬਾਨ ਦੇ ਉੱਪਰ ਇੱਕ ਬੇਨਤੀ ਆਉਣੀ ਚਾਹੀਦੀ ਹੈ, ਉਹ ਬੇਨਤੀ ਕੀ ਹੋਵੇ? ਉਹ ਜਿਹੜੀ ਬੇਨਤੀ ਹੈ ਉਹ ਗੁਰੂ ਪਾਤਸ਼ਾਹ ਦੇ ਸਨਮੁਖ ਸਾਡੀ ਇਹ ਹੋਣੀ ਚਾਹੀਦੀ ਹੈ ਕਿ ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਵਾਰਕ ਪਾਵੇ। ਇਹਦੇ 'ਚ ਤਿੰਨ ਕਾਲ ਆ ਜਾਂਦੇ ਨੇ ਸਮਝਣ ਦੀ ਗੱਲ ਹੈ। ਜਦੋਂ ਤੁਸੀਂ ਗੁਰੂ ਦੇ ਸਾਹਮਣੇ ਇਹ ਬੇਨਤੀ ਕਰ ਰਹੇ ਹੋ, ਇਹ ਵਰਤਮਾਨ ਹੈ, ਅੱਜ ਦਾ ਸਮਾਂ ਹੈ। ਅਤੀਤ ਦੇ ਵਿੱਚ ਕੀਤੇ ਗਏ ਔਗਣਾਂ ਦੀ ਮਾਫ਼ੀ ਮੰਗ ਰਹੇ ਹੋ, ਉਹ ਭੂਤਕਾਲ ਹੈ। ਤੁਸੀਂ ਕਹਿ ਰਹੇ ਹੋ ਕਿ ਆਗੇ ਮਾਰਗ ਪਾਵੇ ਕਿ ਅੱਗੇ ਤੋਂ ਮੈਂ ਉਹਨਾਂ ਔਗੁਣਾਂ ਤੋਂ ਬਚ ਜਾਵਾਂ, ਉਹ ਭਵਿੱਖ ਹੈ। ਤੁਸੀਂ ਇੱਕ ਗੁਰੂ ਸਾਹਿਬ ਦੀ ਬਖਸ਼ਿਸ਼ ਇੱਕ ਪੰਕਤੀ ਦੇ ਵਿੱਚ ਤਿੰਨ ਕਾਲ ਸਮਝ ਜਾਂਦੇ ਕਿ ਮੈਂ ਅੱਜ ਬੇਨਤੀ ਕਰ ਰਿਹਾ, ਮੇਰੇ ਪਿਛਲੇ ਔਗਣ ਪਾਤਸ਼ਾਹ ਮਾਫ਼ ਕਰ ਲੈ ਅਤੇ ਮੈਨੂੰ ਅੱਗੋਂ ਔਗਣਾਂ ਤੋਂ ਬਚਾ ਲੈ। ਗੱਲ ਕਿੰਨੀ ਛੋਟੀ ਹੈ, ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ। ਮੈਂ ਕਈ ਵਾਰੀ ਸੋਚਦਾ ਹੁੰਦਾ ਕਿ ਪਾਤਸ਼ਾਹ ਨੇ ਇੰਨੇ ਛੋਟੇ ਅਤੇ ਥੋੜ੍ਹੇ ਸ਼ਬਦਾਂ ਦੇ ਵਿੱਚ ਕਿੰਨਾ ਵੱਡਾ ਸੰਕਲਪ ਦ੍ਰਿੜ ਕਰਾ ਦਿੱਤਾ। ਅਸੀਂ ਮੌਤ ਦੀ ਗੱਲ ਕਰੀਏ,
ਅਸੀਂ ਕਰਮ ਕਾਂਡਾਂ ਦੀ ਗੱਲ ਕਰਨੀ, ਮੌਤ ਦੀ ਗੱਲ ਜ਼ਰੂਰ ਕਰੀਏ। ਮੌਤ ਨੂੰ ਡਿਫਾਈਨ ਕਰਨਾ ਅਤੇ ਜ਼ਿੰਦਗੀ ਨੂੰ ਡਿਫਾਈਨ ਕਰਨਾ ਬਹੁਤ ਔਖਾ। ਮੈਂ ਤਕਰੀਬਨ ਜਿੰਨੀਆਂ ਵੀ ਦੁਨੀਆਂ ਦੇ ਦੇਸ਼ਾਂ ਦੇ ਵਿੱਚ ਗਿਆ, ਮੇਰੀ ਆਪਣੀ ਦਿਲਚਸਪੀ ਧਰਮ ਦੇ ਇਤਿਹਾਸ ਦੇ ਵਿੱਚ ਹੋਣ ਕਰਕੇ ਮੈਂ ਕਦੀ ਬਾਹਰ ਘੁੰਮਣ ਨਹੀਂ ਜਾਂਦਾ। ਮੇਰਾ ਵਿਦੇਸ਼ ਦੇ ਵਿੱਚ ਜੇਕਰ ਰਿਸ਼ਤਾ ਹੁੰਦਾ ਤਾਂ ਲਾਇਬ੍ਰੇਰੀਆਂ ਦੇ ਨਾਲ ਹੁੰਦਾ। ਉਹਨਾਂ ਲਾਇਬ੍ਰੇਰੀਆਂ ਦੇ ਵਿੱਚੋਂ ਪੜ੍ਹਦਿਆਂ ਪੜ੍ਹਦਿਆਂ ਮੈਂ ਮੌਤ ਨੂੰ ਪੜ੍ਹਨ ਦਾ ਯਤਨ ਕੀਤਾ, ਮੌਤ ਕੀ ਹੈ ਅਤੇ ਜ਼ਿੰਦਗੀ ਕੀ ਹੈ। ਅਤੇ ਅਖੀਰ 'ਤੇ ਆ ਕੇ ਜਿਹੜੇ ਵੱਡੇ ਵੱਡੇ ਫਿਲਾਸਫਰ ਨੇ ਉਹ ਮੌਤ ਦੇ ਬਾਰੇ ਇੱਕ ਲਾਈਨ ਲਿਖ ਦਿੰਦੇ ਨੇ, ਉਹ ਲਿਖ ਦਿੰਦੇ ਨੇ ਕਿ ਮੋਸਟ ਅਨਅੰਡਰਸਟੈਂਡੇਬਲ ਮਿਸਟਰੀ, ਇੱਕ ਐਵੇਂ ਦਾ ਰਹੱਸ ਜਿਹਨੂੰ ਨਾ ਸਮਝਿਆ ਜਾ ਸਕਦਾ ਨਾ ਬਿਆਨ ਕੀਤਾ ਜਾ ਸਕਦਾ। ਮੌਤ ਤੋਂ ਬਾਅਦ ਕੀ, ਕਿਉਂਕਿ ਮਰਨ ਤੋਂ ਬਾਅਦ ਕੋਈ ਆਵੇ ਵਾਪਸ ਤਾਂ ਦੱਸੇ ਤਾਂ ਕੀ ਹੈ, ਹੁਣ ਕਿਵੇਂ ਸਮਝ ਸਕਦੇ ਹਾਂ, ਮੌਤ ਤੋਂ ਪਹਿਲਾਂ ਇਸ ਚੀਜ਼ ਦਾ ਐਕਸਪੀਰੀਅੰਸ ਨਹੀਂ ਹੋ ਸਕਦਾ। ਅਤੇ ਜ਼ਿੰਦਗੀ ਨੂੰ ਦੋ ਸ਼ਬਦਾਂ ਦੇ ਵਿੱਚ ਪਾਤਸ਼ਾਹ ਨੇ ਸਮਝਾ ਦਿੱਤਾ ਅਤੇ ਮੌਤ ਨੂੰ ਵੀ ਸਮਝਾ ਦਿੱਤਾ। ਅਸੀਂ ਜਦੋਂ ਸਾਹ ਲੈਂਦੇ ਹਾਂ ਅਤੇ ਸਾਹ ਦੇ ਦੋ ਰੂਪ ਨੇ, ਅਸੀਂ ਬਹੁਤ ਥਾਵਾਂ 'ਤੇ ਬਾਣੀ 'ਚ ਪੜ੍ਹਦੇ ਨਾ ਸਾਸ ਗਿਰਾਸ, ਪੜ੍ਹਦੇ ਜੀ ਸਾਹ ਦੇ ਦੋ ਰੂਪ ਨੇ। ਜਿਹੜੇ ਬੱਚੇ ਮੈਡੀਕਲ ਸਟੂਡੈਂਟ ਹੋਣਗੇ ਨਾ, ਜਦੋਂ ਉਹਨਾਂ ਨੇ ਰੈਸਪੀਰੇਟਰੀ ਸਿਸਟਮ ਨੂੰ ਪੜ੍ਹਿਆ ਹੋਵੇਗਾ, ਉਹਦੇ 'ਚ ਦੋ ਰੂਪ ਆਉਂਦੇ ਨੇ, ਇੱਕ ਸਾਹ ਦਾ ਅੰਦਰ ਲੈਣਾ ਇਨਹੈਲੇਸ਼ਨ, ਇੱਕ ਬਾਹਰ ਕੱਢਣਾ ਐਕਸਹੈਲੇਸ਼ਨ। ਸਾਹ ਦਾ ਅੰਦਰ ਜਾਣਾ ਅਤੇ ਬਾਹਰ ਕੱਢਣਾ, ਸਾਸ ਅਤੇ ਗਰਾਸ। ਹੁਣ ਮੌਤ ਨੂੰ ਪਾਤਸ਼ਾਹ ਕਿਵੇਂ ਡਿਫਾਈਨ ਕਰਦੇ ਨੇ, ਉਹ ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਜਿਹੜਾ ਮੌਤ ਦਾ ਸਮਾਂ ਹੈ ਉਸ ਵਕਤ ਨੂੰ ਟਾਲਿਆ ਨਹੀਂ ਜਾ ਸਕਦਾ, ਔਰ ਉਹ ਇੰਨਾ ਮਾਈਕਰੋ ਸੈਕਿੰਡਸ ਦੇ ਵਿੱਚ ਵੰਡਿਆ ਹੋਇਆ ਕਿ ਪਤਾ ਨਹੀਂ ਤੁਹਾਡਾ ਸਾਹ ਅੰਦਰ ਗਿਆ ਅੰਤਿਮ ਸਾਹ ਹੋਣਾ ਹੈ ਕਿ ਬਾਹਰ ਨਿਕਲਿਆ ਅੰਤਿਮ ਹੋਣਾ। ਹੁਣ ਇਹਦੀ ਪਰਿਭਾਸ਼ਾ ਕੀ ਹੋ ਗਈ, ਪਾਤਸ਼ਾਹ ਨੇ ਦੱਸ ਤੇ ਦਿੱਤਾ। ਫਰੀਦ ਸਾਹਿਬ ਨੇ ਬਹੁਤ ਪਿਆਰੀ ਗੱਲ ਲਿਖੀ ਹੈ, ਜਿੱਤ ਦਿਹਾੜੇ ਧੰਨ ਵਰੀ ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾ ਲੈ ਆਏ। ਅਗਲੀ ਗੱਲ ਕਹਿੰਦੇ ਸਾਹੇ ਲਿਖੇ ਨਾ ਚੱਲਣੀ, ਵਿਆਹ ਹੁੰਦਾ ਨਾ ਸਾਡਾ, ਸਾਹੀ ਚਿੱਠੀ ਕਿਉਂ ਭੇਜੀ ਜਾਂਦੀ ਹੈ, ਤਰੀਕ ਨਿਸ਼ਚਿਤ ਕਰਨ ਦੇ ਵਾਸਤੇ। ਲੈ ਕੇ ਕੌਣ ਜਾਂਦਾ ਹੈ, ਪਹੁੰਚਾ, ਰੋਜ਼ ਅਸੀਂ ਪੜ੍ਹਦੇ ਨਾ ਕੀਰਤਨ ਸੁਲੇ 'ਚ, ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ। ਹਰ ਘਰ ਦੇ ਵਿੱਚ ਮੌਤ ਦਾ ਸੱਦਾ ਪੈ ਰਿਹਾ, ਹਰ ਘਰ ਦੇ ਵਿੱਚ ਜਿੰਨੇ ਅਸੀਂ ਬੈਠੇ ਹਾਂ ਕੋਈ ਐਸਾ ਘਰ ਨਹੀਂ ਜਿਸ ਪਰਿਵਾਰ ਦੇ ਵਿੱਚ ਮੌਤ ਨੇ ਦਸਤਕ ਨਹੀਂ ਦਿੱਤੀ। ਇੱਕ ਬੋਧੀ ਸਾਹਿਬ ਵਿੱਚ ਬੜੀ ਪਿਆਰੀ ਕਹਾਣੀ ਹੈ, ਕਹਿੰਦੇ ਤਥਾਗਤ ਸ਼ਾਕਿਆ ਮੁਨੀ ਮਹਾਤਮਾ ਬੁੱਧ ਇੱਕ ਪਿੰਡ ਦੇ ਵਿੱਚ ਗਏ, ਬੈਠੇ ਨੇ ਨਾਲ ਭਿਕਸ਼ੂ ਨੇ, ਉਹਨਾਂ ਦੇ ਮੌਕਸ ਨੇ, ਉਸ ਪਿੰਡ ਦੇ ਵਿੱਚ ਕੁਛ ਦਿਨ ਰਹੇ ਅਤੇ ਕੁਦਰਤਨ ਉਸ ਪਿੰਡ ਦੇ ਵਿੱਚ ਇੱਕ ਔਰਤ ਦੇ ਬੱਚੇ ਦੀ ਮੌਤ ਹੋ ਗਈ। ਔਰਤ ਪਹਿਲਾਂ ਵਿਧਵਾ ਸੀ, ਬੱਚੇ ਦੇ ਉੱਪਰ ਆਸ ਸੀ ਵੱਡਾ ਹੋਵੇਗਾ ਅਤੇ ਮੇਰੇ ਰੁਜ਼ਗਾਰ ਦਾ ਰੋਟੀ ਪਾਣੀ ਦਾ ਅੰਨ ਪਾਣੀ ਦਾ ਸਾਧਨ ਬਣੇਗਾ, ਬੱਚੇ ਦੀ ਵੀ ਮੌਤ ਹੋ ਗਈ। ਵਿਰਲਾਪ, ਦੁੱਖ, ਸੰਤਾਪ, ਭਵਿੱਖ ਦੀ ਸੋਚ, ਰਿਸ਼ਤੇ ਦਾ ਟੁੱਟ ਜਾਣਾ, ਆਸਾਂ ਦਾ ਵਹਿ ਜਾਣਾ, ਸਭ ਕੁਝ ਨਾਲ ਹੀ ਚੱਲ ਰਿਹਾ ਦਿਮਾਗ ਦੇ ਵਿੱਚ। ਕਹਿੰਦੀ ਕੁਝ ਵੀ ਹੋ ਜਾਵੇ ਮੇਰਾ ਪੁੱਤਰ ਬਚਣਾ ਚਾਹੀਦਾ। ਵੈਦਾਂ ਦੇ ਕੋਲ, ਹਕੀਮਾਂ ਦੇ ਕੋਲ, ਨਜ਼ੂਮੀਆਂ ਦੇ ਕੋਲ, ਜੋਤਿਸ਼ੀਆਂ ਦੇ ਕੋਲ, ਸਾਰਿਆਂ ਦੇ ਕੋਲ ਗਈ। ਸਾਰਿਆਂ ਨੇ ਕਿਹਾ ਇੰਝ ਨਹੀਂ ਹੋ ਸਕਦਾ। ਅਖੀਰ ਇੱਕ ਸਿਆਣਾ ਵਿਅਕਤੀ ਸੀ, ਕਹਿੰਦਾ ਸਾਡੇ ਪਿੰਡ ਦੇ ਵਿੱਚ ਇੱਕ ਮਹਾਤਮਾ ਆਇਆ ਬੁੱਧ, ਕਿਉਂ ਨਾ ਉਹਨੂੰ ਪੁੱਛ ਲਿਆ ਜਾ ਕੇ, ਸੁਣਿਆ ਬੜਾ ਕਾਮਲ ਪੁਰਸ਼ ਹੈ, ਸ਼ਾਇਦ ਤੇਰੇ ਪੁੱਤਰ ਦੇ ਪ੍ਰਾਣ ਬਖਸ਼ ਦੇਵੇ। ਪੁੱਤਰ ਨੂੰ ਲੈ ਕੇ ਮਹਾਤਮਾ ਬੁੱਧ ਦੇ ਕੋਲ ਚਲੀ ਗਈ। ਮਹਾਤਮਾ ਬੁੱਧ ਨੂੰ ਜਾ ਕੇ ਕਹਿੰਦੀ ਹੈ, ਸ਼ਾਕਿਆ ਬਣੀ, ਮੈਂ ਪੁੱਤਰ ਤੋਂ ਬਿਨਾਂ ਰਹਿ ਨਹੀਂ ਸਕਦੀ, ਮੈਂ ਇਸ ਵਿਜੋਗ ਨੂੰ ਬਰਦਾਸ਼ਤ ਨਹੀਂ ਕਰ ਸਕਦੀ। ਕੀ ਕੋਈ ਐਸਾ ਮੰਤਰ, ਕੋਈ ਐਸਾ ਗੁਰ, ਕੋਈ ਐਸਾ ਕਾਰਜ, ਕੋਈ ਐਸਾ ਕਾਂਡ ਹੈ ਮੇਰਾ ਪੁੱਤਰ ਦੁਬਾਰਾ ਜਿੰਦਾ ਹੋ ਜਾਵੇ। ਬੜੇ ਸਹਿਜ ਦੇ ਵਿੱਚ ਮੁਸਕਰਾਇਆ ਬੁੱਧ, ਕਹਿੰਦਾ ਬਿਲਕੁਲ ਜਿੰਦਾ ਹੋ ਸਕਦਾ, ਤੇਰਾ ਪੁੱਤਰ ਜਿੰਦਾ ਹੋ ਸਕਦਾ, ਮੈਨੂੰ ਕੀ ਕਰਨਾ ਪਵੇਗਾ, ਕੋਈ ਔਖਾ ਕੰਮ ਨਹੀਂ। ਇੱਕ ਚਾਵਲ, ਚੌਲਾਂ ਦੀ ਮੁੱਠੀ, ਇੱਕ ਚੌਲਾਂ ਦੀ ਮੁੱਠ ਲੈ ਕੇ ਆਉਣੀ ਹੈ,
उस घर दे विच्चो जिस घर दे विच्चो कोई अर्थी ना उठी हो, एक घर दे विच, दूजे घर दे विच, तीजे घर दे विच, कोई घर ऐसा है ही नहीं जिहड़ा अंतम सच है कि घर घर इहो पहुंचा सदड़े नित कोहन। हर घर दे विच इह वर्तारा वापर चुका है, सारा पिंड घूम के आई कोई एक घर भी नहीं जिन्हां ने कहा होवे कि साढ़े घर च कोई बहुत नहीं कोई। अखीश बुद्ध के सामने आए, अपने पुत्र की लाश में हत्थां ते चुकिया ते बुद्ध मुस्कुरा के कहिंदा की गल, चौलां की मुठ्ठी कहा सी लैके नहीं आई, पुत्र के प्राण नहीं चाहिए? कहिंदी नहीं, हुण प्राणा की जगह ते ज्ञान मिल गया है कि इस शरीर ने जाना ही जाना है। उही गल फरीद साहब कहिंदे, जिंद नमाणी कढ़ीए हड्डां कू कड़काए, साहे लिखे ना चलनी, जिंदू को समझाए जिंद वहुटी, मरन वर लै जासी पर नाए। असी पढ़ते पावन बाणी च, सबना सहुरे वंजना सब मुकलावन हार, सारिया चले जाना है पर वक्त जेड़ा है। मैं फिर उस गल नूं डिफाइन कर लगा जिहड़ी गल उस अंग्रेज विद्वान ने कही कि मोस्ट अनअंडरस्टैंडेबल मिस्टरी इज डैथ, मौत ही चीज़ है। पर गुरु पातशाह किवें समझाउंदे ने सास ते ग्रास नूं, मैनूं दुनिया के किसी धर्म ग्रंथ दे विच इह उदाहरण नहीं लभी एक गुरु बाबे की बाणी तों। मैं सारे धर्मां दे ग्रंथां नूं पढ़िया कि कोई एग्जाम्पल दे के ते समझावे कि सास ग्रास मौत दा जिहड़ा वह फलसफा है उहनूं समझिया किवें जावे। गुरु पातशाह ने जिहड़ी सानूं गल समझाई ना, सच जाणियो मैनूं दुनिया के किसी धर्म ग्रंथ दे विच वह उदाहरण नहीं लभी कि सास ते ग्रास, जदों कोई व्यक्ति की मौत हो जाती है ना, असी दो रूप च सुनेहा दिंदे आ, असी कहने फलाने दे सवास निकल गए ते जां असी कहने सवास पूरे हो गए, ये दो ही सुनेहे हुंदे ना। इहदे च दो ही गल्लां आ गईआं, एक सास ते एक ग्रास, निकल गए अंतम साह उन्हें बाहर जाण दा लिया, सवास पूरे हो गए अंतम साह उन्हें इनहेलेशन दे वास्ते अंदर लैण वास्ते कीता। हुण पातशाह किवें समझाउंदे ने, किन्नी खूबसूरती तुहानूं किसी धर्म ग्रंथ च नहीं लभेगी। असी आसा दी वार च पढ़दे को रहे ना भरीए पाईए, पढ़ते जी। फिर पावन गुरबाणी दे विच है, मोहलत पुन्नी पाई भरी जानीअड़ा घत चलाया। पाई की है? एक फारसी की किताब है तारीखे पंजाब कन्हैया लाल की लिखी हुई, उहदे च उह पाई नूं डिफाइन करदा पाई की है। पाई एक 12 उंगल चौड़ी ते 12 उंगल डूंगी कांसी की कौली हुंदी है, एक बॉल हुंदा है, उहदे च सोने की तार जिन्ना सुराख हुंदा है, उहनूं पाणी दे भरे बर्तन दे विच रख दित्ता जांदा है, सुराख दे विचों हौली हौली पाणी भरदा है, जदों उह पाई भर जांदी है पाणी च डुब जांदी है उह तकरीबन डुबण दे वास्ते एक पहर लैंदी है 180 मिंट। पुराने समयां विच बर्तन नूं मापण दा पैमाना यही हुंदा सी पहर। सो एक पहर दे विच उह जिहड़ी पाई है डुब जांदी है ते पातशाह कहिंदे को रहे ना भरीए पाईए, कि जदों उह पाई भर गई उह डुब जाणी है, भाव कि जदों तुसीं अंतम सवास लै लिया चले जाणा, को रहे किसे ने नहीं रहना जदों इह सवास भर गए। हुण दूजी एग्जाम्पल, छिन छिन औध बिहात है फूटे घट ज्यों पानी। दूजी उदाहरण यह है कि जिस तरह तिड़के घड़े दे विच्चों पानी की बूंद 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 वहिंदी है ना, अखीर घड़ा खाली हो जाता है, वह है सवासां दा निकल जाना। दुनिया के किसी धर्म ग्रंथ के विच तुहानूं मौत की परिभाषा नहीं मिलेगी। हुण जिंदगी की है, उहनूं समझण दे वास्ते मैं सोचदा है कि बड़ियां वड्डियां किताबां लिखियां जी सकदियां ने, जिंदगी की है। ते जे गुरु पातशाह नूं पुछिए पातशाह जिंदगी की है, ते सच जाणियो मैं अपनी जिंदगी दे विच इन्ने थोड़े शब्दां दे विच जिंदगी दी परिभाषा किते नहीं पढ़ी। पातशाह कहिंदे ने आया गया मुआ नाउ, चार शब्द, आया जन्म लिया शुरू हो गई जिंदगी, गया कह दिता मुआ, ये आउण तों लैके जाण तक दा जिहड़ा टाइम पीरियड है जिंदगी, यही जिंदगी है जी। आया गया मुआ ना,
बस इन्ना ही। अगली गल फिर हुण कर्मकांडा ते आ जाइए। पिछे पत्तल सदीए कौन, वो रस्म अज भी चलती है। हुण असी सारा कर्मकांडा ते सीमित होना कि असी गुरमत ते चल रहे हैं कि मन मत ते चल रहे। पिछे पत्तल सदीए कौन, हिंदुस्तान के धर्मां दे विच एक वहम पैदा कर दिता गया कि जे किसी छोटी उम्र की लड़की दे पति की मौत हो जाती, वह विधवा हो जाती है, तो वह घर वाला कां की जून के पिंद है। तो फिर जिथे त्रिवेणी है, जिथे कुंभ का मेला लगता है, उत्थे इन्हां दिनां दे विच तकरीबन जिन्होंने श्राद्धां दे दिन कहिंदे, अगले जाके इस तों भी गल करदे, फिर वह बीबियां की करदियां ने, पिछे पत्तल सदीए कौन, पत्तल दे विच थालियां दे विच खीर लैके बह जांदियां ने। फिर कां आउंदे ने, ते कां जदों वह खीर खांदे ने ना, ते हर लड़की सोचती है कि मेरा पति खीर खा के चला गया। इन्ना वड्डा वहम। एक हासरस कलाकार है सुरेंद्र कुमार शायद, उसने बड़ी प्यारी गल सुनाई। कहिंदा कि दो बीबियां बैठियां सी, दोवें बैठियां सी पत्तल दे विच खीर रख के, ते कावां नूं उड़ीक रहियां ने। कां आउंदा है, वह खीर दे लागों फिर वापस चला जांदा है, फिर आउंदा है, फिर वापस चला जांदा है। ते बीबी पता की कहिंदी, कहिंदी पप्पू दे पापा मर के कां दी जून च पै गए, पर टाइम नाल रोटी अजे भी नहीं खांदे। रहानगी दी गल, कहिंदी टाइम नाल रोटी अजे भी नहीं खांदे। जे वह कां आया ही आया तो उहदी थाली चो चुंझ नहीं मारी जिहड़ी लागे बाबी बीबी बैठी सी ना, उहदी थाली चो चौल लैके चला गया, तो उच्ची उच्ची रोण लग गई, कहिंदी मर गया अजे भी गवांढण दे घर जाणों नहीं हटदा। इह साडा वहम ते है, साडी मानसिकता असीं कित्थे टिके हुए हैं। पर इस सारे का कारण की है, भरम। जिदन तुसीं इस भरम चों निकल गए ना, जिदन उस भरम का भांडा जिहड़ा आंडे मूँह फुट गया ना, जिहनूं पातशाह कहिंदे फूटो आंडा भरम का मने भया प्रगास, काटी बेड़ी पगे ते गुर किन्नी बंद खलास। जिदन तुसीं इह गल समझ ली ना कि जिंदगी गुरमत दे नाल जीवनी है, ते मौत आउनी आउनी है, किसी चीज़ का भय नहीं, सच जाने उदन ही मार्ग बदल जाना है, तुसी मन मत तो गुरमत के राह आ। सिर्फ एक भरम का जिहड़ा तुहाडे मन च डर पै गया ना, और सच जाने भरम हमेशा डर तो शुरू होंदा। असी कहिंदे वहम ते भरम, वहम के पिछे एक विज्ञानक कारण होंदा, भरम के पिछे डर होंदा। दो चीज़ां नूं समझियो, वहम के पिछे विज्ञानक कारण होंदा, भरम के पिछे डर होंदा। विज्ञानक कारण की होंदा है, पुराने समय के वहम के नाल लोग ज़्यादा छेती गल नूं समझते सी कि वहम पा दिओ, वहम पा दिता गया सुते हुए बच्चे के उपरों की नहीं लंघना, पता ना जी, सुते हुए बच्चे के उपरों नहीं लंघना, कद छोटा रह जूगा, वहम पा दिता गया। पर कारण की सी कि जेकर बच्चे दे किसी हाथ पैर के उपर पैर आ गया, इहदा अंग टुट गया, तो उदों दो ही काम ने, वपार खेतीबाड़ी ते नौकरी सैनिक, ये तिना कामों तो वांझा हो जाएगा। तो मन दे विच इक वहम दे सदका डर सिरज दिता गया, पौड़ी जिहड़ी है पौड़ी उहदे हेठों नहीं लंघना, की होवेगा घर दे विच बदशगन होवेगा। क्यों? क्योंकि पौड़ी की लकड़ की जिहड़ी डायरैक्शन होंदी लाउण दी, उह किसे वेले टुट सकदी, तुसीं लंघ रहे हो तुहाडा नुकसान होवेगा, तुसीं उंज नहीं रुकना। उहनां सियाणे लोकां नूं पता सी वी कहण दे नाल नहीं रुकना, वहम पा दो कि जे आह कुछ होया नुकसान होवेगा, रात नूं सिर नहीं आउणा, घर च कुड़ियां जम्मणगियां, इंजी है जी, रात नूं सिर नहीं आउणा, घर दे विच कुड़ियां जम्मणगियां, भावें कि हुण उह सानू बच्ची जन्म लवे, घर च खुशी होनी चाहिए है, पर उन्होंने सोचा कि वहम पा दिओ। कारण की सी? कारण यह सी कि रात में जो असी केस वाहवांगे, उन्हां समय च आ लाइट तो हुंदी नहीं सी, दीवे सी, लालटन सी, लैंटरन सी, छोटे लैंप सी। हुण जे अपना वाल असी अपने मूँह च पा लीए ना, तो सानू कोई घृणा नहीं आती, पर रोटी खांदे सब्जी के विच वाल आ जाए तो असी रोटी नहीं खा सकते।
उन्होंने सोचा कि नहीं रात को सिर वाहन तो रोकना है ना तो यह वहम पा दौ घर च कुड़ियां जन्म लैनगियां। सो जिहड़े भी वहम पाए गए उन्हां दे पिछे कोई ना कोई विज्ञानक कारण सी। भरम जिहड़ा भरम दे पिछे कोई विज्ञानक कारण नहीं होता, डर होता है केवल डर। वो डर किवें दा है? हनेरा है, हनेरे दे विच इक रस्सी पई है, तुसीं डर रहे हो कि सप्प है। हुण हनेरे दे विच पई हुई रस्सी तो तुसीं डर रहे हो क्योंकि मन च भरम ने जन्म लै लिया ये सप्प हो सकता है। वो डर चो पैदा होया। कोई पुरख आया वो दीवा लैके आ गया, हुण उत्थे रोशनी आ गई, हुण ना तो सप्प आया ना सप्प गया, पर तुहानूं चानण दे विच अहसास हो गया कि सप्प नहीं ये रस्सी है। तुहाडा भरम खत्म हो गया, डर निकल गया। उही डर जिहड़ा रोशनी की अणहोंद करके सी, रोशनी की होंद के नालों डर दूर हो गया। बस यही शब्द है। जिदन तुहाडे कोल ज्ञान का प्रकाश हो गया, अग्ञान के भरम ने आपे खत्म हो जाना। गल तो है कि मन में गुरमत के मार्ग के उपर तोर। जिदन असी मन में गुरु की मत के अनुसार तोरना शुरू कर दिता, हर तरह का जिहड़ा भरम है वो खत्म हो जाए। और जिन्ने भी असी कर्मकांडा के शिकार होंने वो पिछे मूल कारण भरम होता है। और भरम इन्नी छेती फैलता है ना अफवाहों के वांग फैलता है, बिल्कुल अफवाहों के वांग फैलता है। भरम को पाना बहुत सौखा है। एक बंदे ने कह दिता कि फलाने मंदिर के फलानी मूर्ति दुध पी रही है। सारे हिंदुस्तान के मूर्तियां दुध पीन का हड़ आ गया क्योंकि भरम है। फैलाना बहुत सौखा है, स्वीकार कर लिया, मान लिया, दुध महंगा हो गया, नालियां दे रुड़दा रहा, तो साढ़े गुरसिख वीर भी चमचियां दे दुध लैके मूर्तियां दुध पियाई जाए। मैनू एक संतराश की गल याद आ जाती, उसनू सॉक्रेट्स ने लिखा, सुकरात जिसनू असीं कहिंदे आ, कहिंदे एक संतराश संगमरमर दीआं पत्थर दीआं मूर्तियां बनाउण वाला मूर्ति बना रहा। मूर्ति बनाउंदिआं बनाउंदिआं इन्ने वजद दे विच पता नहीं मन दे विच की आया, सुरत परमात्मा नाल जुड़ गई। तो परमात्मा नूं पता की कहिंदा, कहिंदा है खुदा मैनूं इंज लगदा मैं तेरे तो ताकतवर हाँ। इस गल नूं समझो, ऐ खुदा मैनूं इंज लगदा है मैं तेरे तो ताकतवर हाँ। मैं इस करके ताकतवर समझदा है कि मैं पत्थर की एक मूर्ति बनाउंदा जिहदे विच जिंदगी नहीं, कोई जान नहीं। नामदेव जी ने कितना प्यारा लिखा, एक पत्थर कीजे पाओ दूजे पत्थर धरिए पाओ, जे वह दियो तो वह भी देवा, कहो नामदेव हम हर की सेवा। कहते दो पत्थर ने, एक पत्थर नूं किसी संग तराश ने मूर्ति का रूप दे दिता है, दूजे पत्थर नूं किसी मिस्त्री ने थड़े का रूप दे दिता है। हुण एक पत्थर ते बैठा व्यक्ति दूजे पत्थर नूं पूज रहा है, तो कहिंदे जेकर वो पत्थर देवता है तो जिदे ते तू बैठा है वह देवता क्यों? एक पत्थर कीजे पाओ दूजे पत्थर धरिए पाओ, एक पत्थर नूं मत्था टेकिया जा रहा है, दूजे पत्थर ते पैर रख के बैठा जा रहा है, दोवें पत्थर जे वह दियो तो वह भी देवा, जे उपर वाला पत्थर देवता है तो हेठा वाला देवता क्यों नहीं? कहो नामदेव हम हर की सेवा। हुण वह गरीब संतराश की कहिंदा है, कहिंदा इस मूर्ति नूं मैं बना रहा हाँ ऐ खुदा, पर यही मेरी बनाई हुई मूर्ति जदों किसी धर्म स्थान विच स्थापित हो जानी है तो मैं उहदे अंदर नहीं वड़ सकना क्योंकि मैं नीवी जाति दा, पर मूर्ति मेरे हत्थां दी बनी। समझो इस गल, मूर्ति मेरे हत्थां दी बनी है, मेरे हत्थां दी बनी मूर्ति किसी धर्म स्थान च स्थापित हो जानी है, मैनू अंदर नहीं बन देना उच्च जाति वाले ने क्योंकि तू नीवी जाति दा, पर मैं तेरे तो उच्चा क्यों है परमात्मा? मैं तेरे तो उच्चा इस करके है कि मेरी बनाई हुई पत्थर की मूर्ति जिहड़ी अचेत है जिहदे च कोई चेतनता नहीं, उहनू तेरी बनाई चेतनता वाली मूर्ति सिर चुका रही है। समझो इस गल, एक संत तराश की बनाई हुई मूर्ति नू परमात्मा दियां ये चेतना वालियां बनाइया मूर्तियां सिर चुका रही हैं। वो कहिंदा मैनू इंज लगता मैं तेरे तो बलवान हाँ, मैं तेरे तो ताकतवर। सो ये सब कुछ उन्ना चिर तक साढ़े मन चो नहीं जाएगा
ਜਿੰਨਾ ਚਿਰ ਅਸੀਂ ਸ਼ਬਦ ਦੇ ਨਾਲ ਨਹੀਂ ਜੁੜਾਂਗੇ। ਔਰ ਮੈਂ ਪਹਿਲਾਂ ਜਿਹੜੀ ਗੱਲ ਕਹੀ ਸੀ ਨਾ ਕਿ ਭਰਮ ਜਿਹੜਾ ਹੈ ਇਹਦੇ ਪ੍ਰਤੀ ਜਿਹੜੀ ਅਫਵਾਹ ਹੈ ਉਸਨੂੰ ਅਸੀਂ ਇੰਨੀ ਛੇਤੀ ਸਵੀਕਾਰਦੇ ਹਾਂ ਨਾ, ਅਸੀਂ ਕਦੇ ਕਾਰਨ ਦੀ ਘੋਖ ਹੀ ਨਹੀਂ ਕਰਦੇ। ਭਾਈ ਸਾਹਿਬ ਭਾਈ ਗੁਰਦਾਸ ਨੇ ਇਹਦੀ ਇੱਕ ਬਹੁਤ ਪ੍ਰੈਰੀ ਉਦਾਹਰਨ ਦਿੱਤੀ ਹੈ। ਪੁਰਾਣੇ ਸਮਿਆਂ ਦੇ ਵਿੱਚ ਕੋਈ ਨੰਗੇ ਸਿਰ ਆ ਜਾਵੇ ਨਾ ਤਾਂ ਮੰਨਿਆ ਜਾਂਦਾ ਸੀ ਕਿਸੇ ਰਿਸ਼ਤੇਦਾਰ ਦੀ ਮੌਤ ਹੋ ਗਈ। ਗਰਮੀਆਂ ਦੇ ਦਿਨ ਨੇ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਠੱਡੇ ਖੂਹੋਂ ਨਹਾਏ ਕੇ ਪੱਗ ਵਿਸਾਰ ਆਇਆ ਸਿਰ ਰੰਗੇ। ਬਜ਼ੁਰਗ ਸੀ, ਖੇਤੀ ਕਰ ਰਿਹਾ, ਗਰਮੀ ਬੜੀ ਲੱਗੀ। ਹੁਣ ਉਸ ਗਰਮੀ ਦੇ ਵਿੱਚ ਉਹ ਖੂਹ 'ਤੇ ਨਹਾਉਣ ਲੱਗ ਗਿਆ, ਕੇਸੀ ਇਸ਼ਨਾਨ ਕਰ ਲਿਆ ਅਤੇ ਵਾਲ ਸੁਕਾਉਣ ਦੇ ਵਾਸਤੇ ਨੰਗੇ ਸਿਰ ਹੀ ਪਿੰਡ ਨੂੰ ਤੁਰ ਪਿਆ। ਦਸਤਾਰ ਦਾ ਚੇਤਾ ਭੁੱਲ ਗਿਆ। ਹੁਣ ਉਹ ਨੰਗੇ ਸਿਰ ਆਪਣੇ ਖੇਤਾਂ 'ਚੋਂ ਪਿੰਡ ਨੂੰ ਆ ਰਿਹਾ, ਠੰਡੇ ਖੂਹੋਂ ਨਹਾਏ ਕੇ ਪੱਗ ਵਿਸਾਰ ਆਇਆ ਸਿਰ ਨੰਗੇ। ਇੱਕ ਬੀਬੀ ਨੇ ਵੇਖਿਆ ਬਾਪੂ ਨੰਗੇ ਸਿਰ ਆ ਰਿਹਾ, ਜ਼ਰੂਰ ਕੋਈ ਮਰ ਗਿਆ ਹੋਣਾ। ਰੋਂਦੀ ਰੋਂਦੀ ਬਾਪੂ ਦੇ ਘਰ ਭੱਜ ਗਈ, ਤੁਹਾਡਾ ਕੋਈ ਮਰ ਗਿਆ ਜੇ, ਬਾਪੂ ਨੰਗੇ ਸਿਰ ਆ ਗਿਆ। ਘਰ ਵਾਲੀਆਂ ਨੇ ਵੀ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਹੁਣ ਜਦੋਂ ਬਾਪੂ ਘਰ ਆਇਆ ਉਹਨੇ ਵੇਖਿਆ ਸਾਰਾ ਟੱਬਰ ਰੋ ਰਿਹਾ, ਉਹਨੇ ਸੋਚਿਆ ਕੋਈ ਮਰ ਗਿਆ ਹੋਣਾ, ਬਾਪੂ ਵੀ ਰੋਣ ਲੱਗ ਗਿਆ। ਹੁਣ ਰੋਈ ਸਾਰੇ ਜਾਂਦੇ ਨੇ। ਪੁਰਾਣੀਆਂ ਬਜ਼ੁਰਗ ਬੀਬੀਆਂ ਨੂੰ ਪਤਾ ਹੈ ਕਿ ਵੈਣ ਪਾਉਣ ਦੇ ਵਾਸਤੇ ਨੈਣ ਨੂੰ ਸੱਦਿਆ ਜਾਂਦਾ ਸੀ। ਇੱਕ ਗੁਆਂਢਣ ਗਈ ਅਤੇ ਜਾ ਕੇ ਨੈਣ ਨੂੰ ਸੱਦ ਲਿਆ ਵੈਣ ਪਾਉਣ ਦੇ ਵਾਸਤੇ, ਅਤੇ ਨੈਣ ਆ ਕੇ ਪਤਾ ਕੀ ਕਹਿੰਦੀ? ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ, ਕਹਿੰਦੇ ਨੈਣ ਪੁੱਛਦੀ ਆਏ ਕਿ ਕਿਸ ਦੇ ਨਾਂ ਅਲਾਣੀ ਅੰਗੇ, ਕਿ ਮੈਨੂੰ ਨਾਂ ਤਾਂ ਦੱਸ ਦਿਉ ਮੈਂ ਕਿਹਦੇ ਨਾਂ ਦੇ ਵੈਣ ਪਾਉਣੇ ਨੇ। ਹੁਣ ਮਰਿਆ ਤਾਂ ਕੋਈ ਵੀ ਨਹੀਂ, ਅਤੇ ਉਹ ਕਹਿੰਦੇ ਸਾਨੂੰ ਨਹੀਂ ਪਤਾ, ਘਰ ਵਾਲਿਆਂ ਨੂੰ ਪੁੱਛੋ। ਘਰ ਵਾਲੀਆਂ ਕਹਿੰਦੀਆਂ ਸਾਨੂੰ ਵੀ ਨਹੀਂ ਪਤਾ, ਬਾਪੂ ਨੂੰ ਪੁੱਛੋ। ਬਾਪੂ ਕਹਿੰਦਾ ਪਤਾ ਮੈਨੂੰ ਵੀ ਨਹੀਂ, ਤੁਹਾਨੂੰ ਵੇਖ ਕੇ ਮੈਂ ਰੋਣ ਲੱਗ ਪਿਆ, ਅਤੇ ਘਰ ਵਾਲੀਆਂ ਕਹਿੰਦੀਆਂ ਕਿ ਤੂੰ ਨੰਗੇ ਸਿਰ ਆਇਆ ਸੀ, ਤੈਨੂੰ ਵੇਖ ਕੇ ਅਸੀਂ ਰੋਣ ਲੱਗ ਪਈਆਂ। ਸੋ ਮਰਿਆ ਕੋਈ ਵੀ ਨਹੀਂ। ਅਤੇ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਕਾਵਾਂ ਰੌਲੀ ਮੂਰਖ ਸੰਗੇ, ਵੀ ਜਦੋਂ ਅਸੀਂ ਕਾਵਾਂ ਰੌਲੀ 'ਚ ਅਸੀਂ ਅਫਵਾਹ 'ਤੇ ਯਕੀਨ ਕਰ ਲਈਏ ਅਸੀਂ ਮੂਰਖਾਂ ਦਾ ਸੰਗ ਬਣ ਜਾਂਦੇ। ਉਹ ਸਾਡੇ 'ਚ ਉਹ ਗੱਲਾਂ ਬਾਤ ਦਸਤੂਰ ਚ ਆ ਗਈਆਂ। ਭਰਮ ਦੇ ਬਾਰੇ ਅਫਵਾਹੀ ਫੈਲਾਅ ਨੂੰ ਅਸੀਂ ਬਹੁਤ ਜਲਦੀ ਸਵੀਕਾਰ ਕਰਦੇ ਹਾਂ। ਮੈਂ ਰਾਤੀ ਜਿਸ ਗੁਰਦੁਆਰੇ ਦੇ ਵਿੱਚ ਸੰਗਤ ਦੇ ਨਾਲ ਵਿਚਾਰ ਸਾਂਝੇ ਕਰ ਰਿਹਾ ਸੀ, ਉੱਥੇ ਮੈਨੂੰ ਪ੍ਰਬੰਧਕਾਂ ਨੇ ਦੱਸਿਆ ਕਿ ਕੁਝ ਪਰਿਵਾਰ ਰੋਟੀ ਲੈ ਕੇ ਆਉਂਦੇ ਨੇ ਸ਼ਰਾਧਾਂ ਦੇ ਰੂਪ 'ਚ। ਬੜੀ ਹੈਰਾਨਗੀ ਦੀ ਗੱਲ। ਸ਼ਰਾਧ ਦਾ ਮਤਲਬ ਹੈ ਸ਼ਰਧਾ ਦੇ ਨਾਲ ਕੀਤਾ ਹੋਇਆ ਕਰਮ, ਅਤੇ ਕਰਮ ਕਾਂਡ ਆਪਣੇ ਆਪ 'ਚ ਕੋਈ ਚੀਜ਼ ਨਹੀਂ। ਕਾਂਡ ਤੁਸੀਂ ਹਿੰਦੀ ਦੇ ਜਾਂ ਪੰਜਾਬੀ ਦੇ ਨਾਵਲ ਪੜ੍ਹੋ ਨਾ, ਉਹਨਾਂ ਵਿੱਚ ਕਾਂਡ ਸ਼ੁਰੂ ਹੁੰਦੇ ਨੇ। ਚੈਪਟਰ ਨੂੰ ਕਿਹਾ ਜਾਂਦਾ ਕਾਂਡ ਪਹਿਲਾ, ਕਾਂਡ ਦੂਸਰਾ, ਕਾਂਡ ਚੌਥਾ। ਕਾਂਡ ਦਾ ਮਤਲਬ ਹੈ ਚੈਪਟਰ। ਅਤੇ ਪੁਰਾਣਾਂ ਦੇ ਜਿਹੜੇ ਚੈਪਟਰਾਂ ਦੇ ਵਿੱਚ ਕਰਮ ਸਿਧਾਂਤ ਦੀ ਗੱਲ ਕੀਤੀ ਗਈ ਨਾ, ਵੀ ਤੁਸੀਂ ਇੱਥੇ ਆਹ ਕਰੋਗੇ ਕਰਮਾਂ ਦੇ ਅਨੁਸਾਰ ਅਤੇ ਉੱਥੇ ਆਹ ਮਿਲੇਗਾ, ਉਸ ਚੈਪਟਰ ਦਾ ਨਾਮ ਹੈ ਕਰਮ ਕਾਂਡ। ਕਰਮ ਕਾਂਡ ਆਪਣੇ ਆਪ 'ਚ ਕੁਛ ਨਹੀਂ, ਕੋਈ ਚੀਜ਼ ਨਹੀਂ ਹੈ। ਕਰਮ ਸਿਧਾਂਤ ਦੀ ਜਿਸ ਚੈਪਟਰ 'ਚ ਗੱਲ ਕੀਤੀ ਗਈ ਹੈ ਉਸ ਨੂੰ ਕਿਹਾ ਜਾਂਦਾ ਹੈ ਕਰਮ ਕਾਂਡ। ਹੁਣ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਿਸ ਵੇਲੇ ਲਾਹੌਰ ਗਏ ਨੇ ਆਪਣਾ ਪਹਿਲਾ ਪ੍ਰਚਾਰਕ ਫੇਰੀ, ਲਾਹੌਰ ਪਹੁੰਚੇ ਇੱਕ ਘਰ ਦੇ ਅੱਗੇ ਬੜੇ ਸ਼ਮਿਆਨੇ ਲੱਗੇ ਨੇ, ਬੜੇ ਲੋਕ ਇਕੱਠੇ ਹੋਏ ਨੇ। ਘਰ ਦੇ ਉੱਪਰ ਇੱਕ ਝੰਡਾ ਲੱਗਾ, ਕਿਤੇ ਤੁਹਾਨੂੰ ਪੁਰਾਤਨ ਜਨਮ ਸਾਖੀ ਦਾ ਅਸਲੀ ਖਰੜਾ ਵੇਖਣ ਦਾ ਮੌਕਾ ਮਿਲੇ, ਜਿਹੜੀ ਵੈਸੇ ਭਾਈ ਵੀਰ ਸਿੰਘ ਨੇ ਵੀ ਐਡਿਟ ਕੀਤੀ ਹੈ ਅਤੇ ਹੁਣ ਸਾਨੂੰ ਮਿਲ ਵੀ ਜਾਂਦੀ ਹੈ। ਉਹਦੇ ਨਾਲ ਇੱਕ B42 ਜਨਮ ਸਾਖੀ ਦਾ ਕੈਟਾਲੋਗ ਨੰਬਰ ਹੈ B42। ਉਹਦੇ ਵਿੱਚ ਜਨਮ ਸਾਖੀ ਦੀਆਂ ਪੇਂਟਿੰਗਸ ਬਣੀਆਂ ਹੋਈਆਂ ਨੇ। ਉਸ ਪੇਂਟਿੰਗ ਦੇ ਵਿੱਚ ਇੱਕ ਪੇਂਟਿੰਗ ਬਣੀ ਹੈ ਕਿ ਲਾਹੌਰ ਦੇ ਵਿੱਚ ਗੁਰੂ ਨਾਨਕ ਸਾਹਿਬ ਅਤੇ ਮਰਦਾਨਾ ਜੀ ਬੈਠੇ। ਮਰਦਾਨਾ ਜੀ ਸਵਾਲ ਕਰਦੇ ਨੇ ਗੁਰੂ ਨਾਨਕ ਸਾਹਿਬ ਨੂੰ, ਇੱਥੇ ਇੰਨੀ ਭੀੜ, ਅਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮਰਦਾਨਿਆ ਅਮੀਰ ਕਾ ਗ੍ਰਹਿ ਹੈ ਧਵਜ ਝੂਲ ਰਹੇ, ਜ਼ਰੂਰ ਕਿਸੇ ਅਮੀਰ ਦਾ ਘਰ ਹੈ ਝੰਡਾ ਝੂਲ ਰਿਹਾ। ਹੁਣ ਝੰਡਾ ਝੂਲਣ ਨੂੰ ਸਮਝੀ ਮਤਲਬ, ਹੁਣ ਸਾਡੇ 'ਚੋਂ ਇਹ ਸ਼ਬਦਾਵਲੀ ਵਿਸਰਦੀ ਜਾ ਰਹੀ ਹੈ। ਮੈਂ ਸਵੇਰੇ ਵੀ ਲੈਕਚਰ ਦੇ ਵਿੱਚ ਇੱਕ ਗੱਲ ਕਹੀ ਸੀ, ਜਿਉਂ ਜਿਉਂ ਸਾਡੀ ਗੋਦ ਦੇ ਵਿੱਚੋਂ ਗੁਰਮੁਖੀ ਲਿਪੀ ਅਤੇ ਮਾਂ ਬੋਲੀ ਪੰਜਾਬੀ ਖਤਮ ਹੁੰਦੀ ਜਾਵੇਗੀ, ਅਸੀਂ ਵਿਰਸੇ ਦੇ ਨਾਲੋਂ ਟੁੱਟਦੇ ਜਾਵਾਂਗੇ, ਬਹੁਤ ਦੂਰ ਚਲੇ ਜਾਵਾਂਗੇ ਔਰ ਅਸੀਂ ਪਛਤਾਵਾਂਗੇ। ਇੱਕ ਗੱਲ ਮੰਨਿਓ, ਅਸੀਂ ਪਛਤਾਵਾਂਗੇ ਜਿਉਂ ਜਿਉਂ ਅਸੀਂ ਆਪਣੀ ਮਾਂ ਬੋਲੀ ਤੋਂ ਦੂਰ ਜਾਵਾਂਗੇ, ਅਸੀਂ ਪਛਤਾਵਾਂਗੇ। ਬਜ਼ੁਰਗਾਂ ਨੂੰ ਪਤਾ ਹੈ
ਪੁਰਾਣੇ ਸਮੇਂ ਦੇ ਵਿੱਚ ਆਪਸ 'ਚ ਵਾਰਤਾਲਾਪ ਹੋਣੀ ਨਾ, ਥੋੜ੍ਹੀ ਤਲਖ ਕਲਾਮੀ ਹੋ ਜਾਣੀ, ਅਤੇ ਕਿਸੇ ਨੇ ਕਹਿਣਾ ਗੱਲਾਂ ਕਰਦਾ ਫਿਰ ਤਾਂ ਤੇਰੇ ਕੋਲ ਕੀ ਹੈ, ਉਹਨੇ ਕਹਿਣਾ ਜੇ ਮੇਰੇ ਕੋਲ ਕੁਝ ਨਹੀਂ ਤੇਰੇ ਕਿਹੜੇ ਝੰਡੇ ਝੂਲਦੇ। ਇਹੀ ਜਵਾਬ ਹੁੰਦਾ ਸੀ। ਦਰਅਸਲ ਇਹ ਝੰਡਾ ਲਾਉਣ ਦੀ ਜਿਹੜੀ ਪਰੰਪਰਾ ਇਹ ਟਰਕਿਸ਼ ਫਿਨਾਮਨੇ ਦੇ ਵਿੱਚੋਂ ਆਈ ਹੈ, ਉੱਥੋਂ ਹਿੰਦੁਸਤਾਨ ਦੇ ਵਿੱਚ ਆਈ ਜਦੋਂ ਉਸ ਪਰਿਵਾਰ ਦੇ 'ਚੋਂ ਬਾਬਰ ਆਇਆ, ਅਤੇ 1857 ਤੱਕ ਰਹੀ ਹੈ। ਹੁਣ ਤੁਸੀਂ ਸਾਲ ਦੇ ਅੰਤ ਦੇ ਉੱਪਰ ਜਦੋਂ ਆਪਣੀ ITR ਇਨਕਮ ਟੈਕਸ ਰਿਟਰਨਸ ਜਿਹੜੀਆਂ ਨੇ ਜਦੋਂ ਉਹ ਫਾਈਲ ਕਰਦੇ ਹੋ, ਤੁਸੀਂ ਆਪਣੀ ਇਨਕਮ ਦੱਸਦੇ ਹੋ ਕਿ ਸਾਡੇ ਕੋਲ ਕਿੰਨਾ ਪੈਸਾ ਸੀ, ਕਿੰਨਾ ਅਸੀਂ ਖਰਚ ਕੀਤਾ, ਕਿੰਨਾ ਸਾਡੇ ਜਮ੍ਹਾਂ ਖਾਤੇ ਦੇ ਵਿੱਚ ਹੈ। ਉਹਨਾਂ ਸਮਿਆਂ ਦੇ ਵਿੱਚ ਜਿਹੜਾ ਬੰਦਾ 1 ਲੱਖ ਸੋਨੇ ਦੀ ਮੋਹਰ ਦੇ ਬਰਾਬਰ ਦੀ ਜਾਇਦਾਦ ਰੱਖਦਾ ਸੀ, ਉਹ ਆਪਣੇ ਘਰ 'ਤੇ ਇੱਕ ਝੰਡਾ ਲਾ ਸਕਦਾ ਸੀ। ਜਨਮ ਸਾਖੀ 'ਚ 2 ਵਾਰੀ ਝੰਡੇ ਦਾ ਜ਼ਿਕਰ ਆਉਂਦਾ ਹੈ, ਇੱਕ ਝੰਡੇ ਦਾ, ਇੱਕ ਗੁਜਰਾਤ ਦੇ 'ਚ 4 ਝੰਡਿਆਂ ਦਾ। ਗੁਜਰਾਤ ਦੇ ਜਿਹੜੇ 4 ਝੰਡੇ ਸੀ, ਬਾਬਾ ਸੌਣ ਦੇ ਘਰ ਦੇ ਉੱਪਰ ਲੱਗੇ ਸੀ, ਅਤੇ ਬਾਬਾ ਸੌਣ ਕੌਣ ਸੀ, ਜਿਸ ਦੇ ਪੁੱਤਰ ਦਾ ਨਾਮ ਬਾਬਾ ਅਰਥਾ ਸੀ, ਬਾਬੇ ਅਰਥੇ ਦੇ ਪੁੱਤਰ ਦਾ ਨਾਮ ਬਾਬਾ ਬਿੰਨਾ ਸੀ, ਬਾਬੇ ਬਿੰਨੇ ਦੇ ਪੁੱਤਰ ਦਾ ਨਾਮ ਬਾਬਾ ਦਾਸਾ ਸੀ, ਅਤੇ ਬਾਬੇ ਦਾਸੇ ਦੇ ਘਰ ਲਿਆ ਸੀ ਬਾਬਾ ਮੱਖਣ ਸ਼ਾਹ ਲਵਾਣਾ। ਬਾਬਾ ਮੱਖਣ ਸ਼ਾਹ ਲਵਾਣਾ ਦੇ ਕੋਲ 3 ਪੁੱਤਰ ਸੀ, ਇੱਕ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਇਆ ਜਵੰਤ ਸਿੰਘ, ਇੱਕ ਨਰਮੋਹਗੜ੍ਹ ਦੀ ਜੰਗ ਦੇ ਵਿੱਚ ਸ਼ਹੀਦ ਹੋਇਆ ਖੁਸ਼ਹਾਲ ਸਿੰਘ, ਅਤੇ ਤੀਸਰਾ ਲਾਲ ਸਿੰਘ ਜੀ ਦਾ ਪਰਿਵਾਰ ਚੱਲਦਾ ਰਿਹਾ। ਹੁਣ ਉਹ ਕਿੰਨਾ ਅਮੀਰ ਹੋਵੇਗਾ ਜਿਹਦੇ ਕਰਕੇ 4 ਝੰਡੇ ਲੱਗੇ? ਇੱਥੇ 1 ਝੰਡੇ ਦੀ ਗੱਲ ਹੋ ਰਹੀ ਹੈ। ਹੁਣ ਗੁਰੂ ਨਾਨਕ ਸੱਚੇ ਪਾਤਸ਼ਾਹ ਉਸ ਘਰ ਦੇ ਵਿੱਚ ਗਏ, ਘਰ ਦਾ ਮਾਲਕ ਹੈ ਦੁਨੀ ਚੰਦ। ਦੁਨੀ ਚੰਦ ਨੂੰ ਕਹਿੰਦੇ ਨੇ ਇੰਨੇ ਮਹਿਮਾਨ, ਇੰਨੇ ਸ਼ਮਿਆਨੇ, ਹੋ ਕੀ ਰਿਹਾ ਹੈ? ਇਹੀ ਦਿਨ ਸੀ, ਕਹਿੰਦਾ ਪਿਤਾ ਦਾ ਸ਼ਰਾਧ ਕਰ ਰਿਹਾ। ਪਾਤਸ਼ਾਹ ਕਹਿੰਦੇ ਉਹਦੇ ਨਾਲ ਕੀ ਹੋਵੇਗਾ? ਉਹ ਕਹਿੰਦਾ ਕਿ ਮੇਰੇ ਪਿਤਾ ਨੂੰ ਇੱਥੇ ਪੰਡਿਤ ਜੀ ਨੂੰ ਜਾਂ ਪੁਜ਼ਾਰੀ ਨੂੰ ਜਾਂ ਆਪਣੇ ਧਰਮ ਗੁਰੂ ਨੂੰ ਅਰਪਿਤ ਕੀਤੀਆਂ ਹੋਈਆਂ ਵਸਤਾਂ ਉੱਪਰ ਚੱਲੀਆਂ ਜਾਣਗੀਆਂ ਮੇਰੇ ਬਾਪ ਦੇ ਕੋਲ। ਦਰਅਸਲ ਜੇ ਕਿਤੇ ਤੁਹਾਨੂੰ ਗੁਰੂ ਪੁਰਾਣ ਨੂੰ ਪੜ੍ਹਨ ਦਾ ਮੌਕਾ ਮਿਲੇ, ਉਹਦੇ ਮੁਤਾਬਕ ਇਹ ਮੰਨਿਆ ਜਾਂਦਾ ਹੈ ਕਿ ਜਦੋਂ ਬੰਦਾ ਮਰ ਜਾਂਦਾ ਹੈ, ਪਹਿਲਾਂ ਤਾਂ ਉਹਦੀ ਆਤਮਾ ਨੂੰ ਰਾਹ ਵਿਖਾਉਣਾ ਪੈਂਦਾ। ਬੰਦਾ ਮਰ ਜਾਂਦਾ ਹੈ ਨਾ, ਲਾਗੇ ਦੀਵਾ ਰੱਖਦੇ ਨੇ, ਕਾਹਦੇ ਵਾਸਤੇ? ਆਤਮਾ ਨੂੰ ਰਾਹ ਵਿਖਾਉਣ ਦੇ ਵਾਸਤੇ। ਅਤੇ ਪਾਤਸ਼ਾਹ ਕਹਿੰਦੇ ਦੀਵਾ ਕਿਹੜਾ ਬਾਲਣਾ? ਦੀਵਾ ਮੇਰਾ ਏਕ ਨਾਮ, ਦੁੱਖ 'ਚ ਪਾਇਆ ਤੇਲ, ਉਹ ਚਾਨਣ ਉਹ ਸੋਕਿਆ ਚੁੱਕਾ ਜਮ ਸਿਓ ਮੇਲ। ਸਾਨੂੰ ਦੀਵਿਆਂ ਦੀ ਲੋੜ ਨਹੀਂ। ਮੈਂ ਜਦੋਂ ਚੰਡੀਗੜ੍ਹ ਪੜ੍ਹਦਾ ਸੀ ਨਾ, ਮੈਡੀਕਲ ਦਾ ਸਟੂਡੈਂਟ ਸੀ, ਮੇਰੇ ਨਾਲ ਇੱਕ ਬੱਚੀ ਪੜ੍ਹਦੀ ਸੀ ਹਿੰਦੂ ਪਰਿਵਾਰ ਦੇ ਵਿੱਚ। ਕੁਦਰਤਨ ਉਹਨੇ ਕਿਤੇ ਆਸਾ ਦੀ ਵਾਰ ਦਾ ਗੁਟਕਾ ਲਿਆ ਅਤੇ ਪੜ੍ਹਨਾ ਸ਼ੁਰੂ ਕਰ ਲਿਆ। ਇੰਨਾ ਮਨ ਦੇ ਉੱਪਰ ਅਸਰ ਹੋਇਆ ਕਿ ਮੈਨੂੰ ਲੱਗਦਾ ਕਿ ਸਿੱਖਾਂ ਨੇ ਉਹਨੇ ਧਰਮ ਦੇ ਸਿਧਾਂਤਾਂ ਨੂੰ ਗ੍ਰਹਿਣ ਨਹੀਂ ਕੀਤਾ ਹੋਵੇਗਾ ਜਿੰਨਾ ਉਸ ਬੱਚੀ ਨੇ ਗ੍ਰਹਿਣ ਕਰ ਲਿਆ। ਅਤੇ ਉਹਨੇ ਮੈਨੂੰ ਇੱਕ ਗੱਲ ਦੱਸੀ, ਕਹਿੰਦੀ ਮੇਰੇ ਦਾਦੇ ਦੀ ਮੌਤ ਹੋ ਗਈ, ਕਹਿੰਦੀ ਸੁਖਪ੍ਰੀਤ ਮੈਂ ਜਦੋਂ ਉੱਥੋਂ ਗਈ ਅਤੇ ਮੇਰੇ ਦਾਦੇ ਦੇ ਸਿਰਹਾਣੇ ਇੱਕ ਦੀਵਾ ਰੱਖਿਆ ਸੀ। ਕਹਿੰਦੀ ਮੈਂ ਆਪਣੇ ਧਰਮ ਗੁਰੂ ਨੂੰ, ਪੁਜਾਰੀ ਨੂੰ ਪੁੱਛਿਆ ਦੀਵਾ ਕਿਉਂ, ਕਹਿੰਦਾ ਆਤਮਾ ਨੂੰ ਰਾਹ ਵਿਖਾਉਣ ਦੇ ਵਾਸਤੇ। ਕਹਿੰਦੀ ਫਿਰ ਵੱਡੀ ਸਾਰੀ ਕੋਈ ਲਾਈਟ ਰੱਖੀ ਹੈ, ਹੁਣ ਦੀਵੇ ਦਾ ਕਿਹੜਾ ਜ਼ਮਾਨਾ, ਕਮ ਸੇ ਕਮ ਆਤਮਾ ਨੂੰ ਦੂਰ ਤੱਕ ਤਾਂ ਦੱਸੇ। ਕਹਿੰਦੀ ਇਹ ਗੱਲ ਖਤਮ ਹੋਈ ਅਤੇ ਫਿਰ ਇਹਨਾਂ ਦੇ ਵਿਸ਼ਵਾਸ ਦੇ ਮੁਤਾਬਕ ਮੌਤ ਦੇ 13 ਦਿਨ ਤੱਕ ਜਿਹੜੀ ਆਤਮਾ ਹੈ ਨਾ, ਉਹਨੂੰ ਤੁਸੀਂ ਤ੍ਰਿਪਤ ਕਰ ਸਕਦੇ ਹੋ, ਇੱਥੇ ਘੁੰਮ ਰਹੀ ਹੁੰਦੀ। ਉਹ ਕਹਿੰਦੀ ਰੋਜ਼ ਆਇਆ ਜਾਇਆ ਕਰਨ ਸਾਡੇ ਧਰਮ ਗੁਰੂ ਜੀ, ਅਤੇ ਰੋਜ਼ ਕਦੀ ਖੀਰ ਬਣੇ ਘਰ ਦੇ ਵਿੱਚ, ਕਦੀ ਗੁਲਾਬ ਜਾਮੁਨ, ਕਦੀ ਰਸਗੁੱਲੇ। ਕਹਿੰਦੀ ਇੱਕ ਦਿਨ ਮੈਂ ਪੁੱਛ ਹੀ ਲਿਆ ਕਿ ਇਹ ਕਿਉਂ, ਕਹਿੰਦਾ ਮੈਂ ਨਹੀਂ ਖਾ ਰਿਹਾ, ਇਹ ਤਾਂ ਤੇਰੇ ਬਾਪੂ ਕੋਲ ਜਾ ਰਹੇ ਨੇ, ਮੈਂ ਤਾਂ ਬਸ ਇੱਕ ਮਾਧਿਅਮ ਆ, ਮੈਂ ਤਾਂ ਬਸ ਇੱਥੋਂ ਦਾ ਸਮਾਨ ਉੱਥੇ ਭੇਜ ਰਿਹਾ, ਇਹ ਮੈਂ ਨਹੀਂ ਖਾ ਰਿਹਾ, ਇਹ ਉੱਥੇ ਜਾ ਰਹੇ। ਕਹਿੰਦੀ ਪਿਤਾ ਦੀ ਮੌਤ ਤੇ ਡਾਇਬਿਟੀਜ਼ ਦੇ ਨਾਲ ਹੋਈ ਸੀ। ਕਹਿੰਦੀ ਜਦੋਂ ਅਗਲੇ ਦਿਨ ਆਇਆ ਅਤੇ ਮੈਂ ਇਨਸੂਲੀਨ ਦਾ ਟੀਕਾ ਭਰ ਕੇ ਕੋਲ ਪੈ ਗਈ, ਮੈਂ ਕਿਹਾ ਜਿੰਨਾ ਮਰਜ਼ੀ ਮਿੱਠਾ ਖਾ ਲਓ, ਪਰ ਜਦੋਂ ਮੇਰਾ ਬਾਪੂ ਮਿੱਠਾ ਖਾਂਦਾ ਸੀ ਉਹਨੂੰ ਟੀਕਾ ਲਾਉਣਾ ਪੈਂਦਾ ਸੀ, ਹੁਣ ਜੇ ਗੁਲਾਬ ਜਾਮੁਨ ਤੁਹਾਡੇ ਰਾਹੀਂ ਪਹੁੰਚਾਉਣੇ ਨੇ ਤਾਂ ਦਵਾਈ ਵੀ ਤੁਹਾਡੇ ਰਾਹੀਂ ਪਹੁੰਚੂ। ਕਹਿੰਦੀ ਉਸ ਤੋਂ ਬਾਅਦ ਨਹੀਂ ਆਇਆ, ਇਹ ਤਾਂ ਪੰਗਾ ਪੈ ਗਿਆ, ਰੋਜ਼ ਟੀਕਾ ਲਾਉਣਾ ਪਵੇਗਾ। ਇਹ ਹੈ ਜਿਹਨਾਂ ਨੂੰ ਸੱਚਮੁੱਚ ਗਿਆਨ ਹੋ ਗਿਆ। ਹੁਣ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਦੁਨੀ ਚੰਦ ਕੀ ਕਰ ਰਿਹਾ? ਕਹਿੰਦਾ ਪਿਤਾ ਦਾ ਸ਼ਰਾਧ ਕੀ ਹੋਵੇਗਾ, ਮੇਰਾ ਧਰਮ ਗੁਰੂ ਮੇਰੇ ਬਾਪ ਤੱਕ ਸਭ ਕੁਝ ਪਹੁੰਚਾ ਦੇਵੇਗਾ। ਉਹਨੂੰ ਕਿਹਾ ਜਾਂਦਾ ਪਿੱਤਰ ਲੋਕ, ਗੁਰੂ ਪ੍ਰਾਣ ਦੇ ਚੁਸਤਾ ਜ਼ਿਕਰ ਹੈ। ਮੰਨਿਆ ਜਾਂਦਾ ਹੈ ਕਿ ਜਦੋਂ ਬੰਦੇ ਦੀ ਮੌਤ ਹੋ ਜਾਂਦੀ ਹੈ ਇਹਨਾਂ ਦੇ 1 ਸਾਲ
13 महीने आ साढ़े च वहम जिहड़ा असीं कहिंदे आ ना कि वरीने का पाठ साल तो पहला करोड़ा कहिंदे जी ये उस गल चो जन्म लैंदा है कि 13 महीने तो पहला पहला क्योंकि जिहड़ा ल्यूनर ईयर है वह एक साल 13 महीने का बनता क्योंकि 28 दिन का दिन हुंदा चंद्र साल का वह कहिंदे कि 13 महीने तो पहला पहला वरीना कर लो क्योंकि जो कुछ भेजांगे वह बापू तक पहुँच जाएगा वह पितर लोग ने एक ट्रांसिट मनिया जाता जो तुम सफ़र करते हो ना राह दे विच जहाज जिथे उतरदा तुसीं अगली फ्लाइट लैनी हुंदी वह पितर लोग एक तरह का ट्रांसिट आ भी उत्थे बंदा एक साल रहिंदा उस तो बाद दीआं फ्लाइटां पे नरकां नूं जांदी कोई स्वर्गां नूं जांदी वह बाद दी गल है। हुण दुनिया चंद गुरु नानक साहब नूं कहिंदा बाप दा श्राद्ध कर रहा ते जो कुछ इत्थे धर्म गुरु नूं भेट करेगा उपर जाएगा पातशाह बगल चों कढ के एक सूई दिंदे ने कहिंदे दुनिया चंद जिथे तू इनिया वस्तां भेजनिया ने ना आ एक मेरी सूई भी उपर भेज दे मैं उपर जाके लै लवांगा बस तू भेज देवी मेरी पित्तर लोग सूई। आए पुजारी जी सब कुछ खाधा सारा कुछ खाण तो बाद दुनी चंद ने सूई कढ़ी ते अगे रख दिती। मेरे घर एक महात्मा आए सी कहिंदे सी कि अपने धर्म गुरु नूं कहीं सूई उपर पहुँचा दे उत्थे जाके मैं आपे लै लूंगा। हुण पुजारी जी दुविधा दे विच सूई उपर कित्थे जाए समान तो घर च जाना है सूई किवें पहुँचाउणी उपर कहिंदा नहीं ये नहीं पहुँच सकती। पुजारी जी तो चले गए दुनी चंद दुविधा दे विच महात्मा घर आए सी इन्ना तो काम किया सी उन्हें नहीं किया घरवाली नूं पुछदा घरवाली बड़ी सियाणी सी कहिंदा मैं दुविधा दे विच आ कि महात्मा जी एक महापुरख घर आए सी इन्ना तो काम कह के गए सी मेरे धर्म गुरु ने उस तो भी इनकार कर दिता है कहिंदी फिर इंज करिए असी महापुरशा की सूई वापस कर आईए। लाहौर के बाहर बैठे से गुरु नानक साहब दुनी चंद सूई वापस कर गया तो गुरु नानक साहब मुस्करा रहे कहते आ गया दुनी चंद कहते हाँ कहते सूई भेज दी कहते नहीं पातशाह ये नहीं जा सकती। फिर पातशाह ने एक बड़ा प्यारा वचन उत्थे कीता जिहड़ा असी रोज़ पढ़ते हैं पर अमल नहीं जे करते आसा की वास्ते कहते दुनी चंद मैं तेन एक उदाहरण दे के समझाऊंगा कहते मन ला एक चोर दे पिता की मौत हो जाए जे मुहाका घर होए मुहाका कहा जाता चोर नूं असी आसा की वास्ते रोज पढ़ते जे मुहाका घर होए किसी चोर दे बाप की मौत हो जाए तो उहदे मन दे विच भी आउणा है ना कि जे लोगों के बाप उत्थे बैठे खीर ते रसगुल्ले खाण दे मेरा बापू क्यों भुखा रहे घर मैं पितरी दे वह भी अपने पितरां राशन पहुँचाने के वास्ते अपने पंडित जी को अपने धार्मिक गुरु को घर सदेगा। हुण जे मुहाका घर होए घर मैं पितरी दे ते जिन्नियां चीज़ां वह अर्पित करेगा वह सारियां चोरी दियाँ क्योंकि धंधा चोरी का वो घर के बर्तन चोरी दे उहदे घर के वस्त्र चोरी दे उहदे घर के अन्न चोरी का उहदा धन चोरी का ते गुरु नानक साहब कहिंदे जे सचमुच चीज़ां उपर जाण ते कहिंदे अगे वस्त सियाणी है जिन्हां दे घरां चों चोरी कीतियां ने उन्हां दे वडेरे भी उत्थे बैठे होणे आ उन्होंने अगे वस्त सियाणी उन्होंने अपनी चीज़ां पछाण लैणियां उन्हां चोर दा बापू ढा लैणा भी तुहाडा मुंडा ते साडे घरों चोरी करके उपर भेजी जांदा अगे वस्त सियाणी है पितरी चोर करे फिर पातशाह कहिंदे दोषी कौण है वड्डीए हथ दलाल के जिहड़े धर्म के नाम से इवें के कर्मकांड करते हैं ना वह दोषी है जिहड़े लोगों नूं इन्हां वहमां भरमां विच पाउंदे ने वह दोषी है वड्डीए हथ दलाल के मुसफी ये करे नानक अगे सेवले जे खट्टे काले दे अगे उही पहुंचना है जिहड़ी घाल कमाई तुसीं गुरु के शब्द के सदका कर लैणी बाकी मरण तो बाद वेखो अजीब गल है किन्नी प्यारी गल लिखी है फरीद कबीर साहब ने कहिंदे बंदा मर जांदा है मड़ियां च रोटियां रख के आउंदे आ ते जिउंदिआं पाणी दा घुट नहीं पुछदे जदों जिउंदिआं माँ बाप नूं पाणी दा घुट नहीं पुछणा ते मरन तो बाद मूँह खोल के उहदे अगे मूँह च देसी घिओ पाउणा उहदे सिर च वी देसी घिओ पाउणा उहदे उपरों दी ड्राई फ्रूट सुट्टणा इहदा कोई लाभ हैगा। कबीर साहब कहिंदे ने कहिंदे जीवत पितर ना माने कोऊ जिउंदिआं दे श्राद्ध करो शरदा जिउंदिआं ना रखो प्यार जिउंदिआं नूं करो रोटी जिउंदिआं नूं दो उहनां दी सेवा करो इज्जत करो असली श्राद्ध इह है कहिंदे जीवत पितर ना माने को मोए श्राद्ध कराई मरन तो बाद श्राद्ध करदे ने
केंद्र पितर भी बपरे कहा क्यों पावे, केंद्र उन्हों तक कुछ नहीं पहुँचता जेड़िया रोटियां मड़िया च भी रख के आते शमशान घाट च टूआ कूकर खाई। कां खा जाते हैं, कुत्ते खा जाते हैं, पितरां तक कुछ नहीं पहुँचता। जे इज्जत करनी है तो जींदिया नहीं करो। ये गल गुरु साहब ने सानू समझा दी। सो पर साढ़े च ये रस्मां क्यों आ रही हैं? दरअसल इस करके आ रही ने कि साढ़े धार्मिक जगत के यहोजे धार्मिक लोग ने जिड़े तैनू वहमां भरमां दे विच उलझा देंगे किसी न किसी रूप के अपने वास्ते उदों कर लेंगे ने जो साड़ी मानसिकता कमजोर होंगी है। आ बड़ा रवाजा चल पाया टैरो कार्ड्स राशि फल आ करो तो आ होगा, आ करो तो आ होगा। सवेरे मैं वेखता है कि जो बंदा अखबार फड़ता है ना वो खबर बाद च पढ़ता पहला राशि फल वेखता, वो पहला होरोस्कोप वेखता है। तो वो जी होरोस्कोप जी अंग्रेजी तो हिंदी पंजाबी अखबारों से पढ़ते हो वो नाम के आधारित है कि गगे की राशि आ होगी, सस्से की राशि आ होगी। तो मैं कई बार सोचता हूं कि राम तो रावण की राशि एक है, तुला कृष्ण तो कंस की राशि एक है, ओबामा तो ओसामा की राशि एक है। असं कि चक्कर च पै गए? बड़ी हैरानगी की गल है कि असी जोड़े लोग इन्हों वहम भरम सू पाते हैं। कोई कही जाता जी जाके तुसी बूट पालिश कर वालों पालिश वंडो ताडे ग्रह सीधे हो जाएंगे। कोई कहता बंदरों को केले खाओ ताडे ग्रह सीधे हो जाएंगे। भी जे तुहानू भविख का इन्ना ही पता है तो तुहानू क्यों ना पता लगे कि कारगिल दे च पाकिस्तान की फौज ने घुसपैठ की है, उदों ज्योतिषी कित्थे चले गए? उदों किसी ज्योतिषी को पता नहीं लगा। इन्ने वड्डे वरतारे साडे सामने वापरदे ने, असी फिर भी उसे वहम के शिकार। असी क्यों नहीं गुरु साहब की उस सिक्ख्या के उपर अमल करते जिहड़ा गुरु पातशाह ने कहा कि जो होना है वह होना ही है, जो आनी है उदो आनी ही है, तो जो कुछ भी संसार हो रहा है वह हमेशा तुहाडे भले लई हो रहा, वह हमेशा तुहाडे चंगे लई हो रहा। अरदास करते पूरी ना होने के भला हों, सतगुर सभना का भला जो कुछ भी हो रहा वो हुक्म दे विच सब कुछ ठीक हो रहा। तो तुहानू इक्को गल दे उपर अपना विश्वास करना पवेगा कि तू सदा सलामत रहूगा, जो तुद भावे साई भली कार। तुहानू अपने मन में इत्थे टिकाउणा पवेगा कि परमात्मा जो कुछ भी हो रहा तेरे हुक्म दे विच हो रहा, जो कुछ भी है वह तेरे हुक्म दे अनुसार हो रहा, तो जो कुछ भी हो रहा वह साड़ी रजा ते साड़ी भलाई दे वास्ते हो रहा, कुछ भी हुक्म तो बाहर नहीं है। समस्या कित्थे है? समस्या इत्थे है कि जदों साडे धर्म का बाणा पा के चाणक्य ने एक गल बड़ी वधिया लिखी है, उन्हें समझना पवेगा। चाणक्य नीति च लिखता है कि धनिक शत्रु राजा नदी वैद अस्त पंचम पंचम यत्र न विदत है तत्र देव संसित। कहिंदा जिस कौम को शरीरक तौर पर खत्म करना है ना उस कौम दीआं पंज चीज़ां खोलो, धनिक उद्योग, शत्रु फौज भर्ती, राजा इंसाफ, नदी पानी, वैद डाक्टरी ते सेहत सहूलत, विद्या खोईया नहीं गई पंजाब के कोल। पानी खोया गया, उद्योग खोया गया, सेना च भर्ती घटा दिती गई, इंसाफ नहीं दिता गया। दिल्ली के कितनी वड्डी साड़ी नस्ल कुशी हुई, इंसाफ नहीं मिलिया। विद्यक संस्थावां दे विच साडे इतिहास को खत्म कर दिता गया। यह शरीरक कतलेआम की पहली विद है चाणक्य नीति। धनिक शत्रु राजा नदी वैद अस्त पंचम पंचम यत्र न विदत है तत्र देव संसितम। तो कहता फिर दूजी गल, कहता जो कोई कौम शरीरक तौर पर खत्म हो जाए फिर मानसिक तौर पर खत्म किवें करनी है? कहता मात शत्रु पिता वैरी यैन बालक ना पठित ना सोते सभा मदत है हंस मदत है बको जथा। कहता फिर उस कौम के तरह के प्रचारक पैदा करो जिहड़े होण ते उन्होंने लिबास के जिहड़े लगन ते उन्हां दे धर्म दे ने, जिहड़े लगन के उन्हां दे धर्म की रहनुमाई करदे ने, पर वह गल साडी कर, वह गल उन्हां दी ना कर। ते सच जाणो जदों गुरद्वारां दे विच ग्रंथी सिंह ते साडे प्रचारक सिंह कुछ करदे आ फिर मैनूं चाणक्य दी इह गल चेते आउंदी है कि सचमुच जिहड़ी गल भाई साहिब भाई गुरदास ने समझाई है ना असीं उत्ते अमल नहीं कीता, समझण दा जतन नहीं कीता। एक असीं आम मुहावरा पढ़दे नीम हकीम खतरा है जान, नीम हकीम
खतरा च। मैं एक बच्चे का कैंप लगा सी, तुहानू गल दसदा, तो मैं उस कैंप दे विच क्योंकि असी मुहावरे हुण घरां दे विच पंजाबी छड़ दित्ती है, इन्हां मुहावरियां दा भी बच्चों नहीं पता अच्छा। मैं कैंप दे विच सवाल किया, मैं क्या नीम हकीम खतरा है जान का मतलब दसो। एक बच्ची खड़ी हुई कहिंदी सर हिंदी च, सर इसका मतलब है ए हकीम तू नीम के पेड़ पर मत चढ़, तेरी जान को खतरा है। ये कुछ हो रहा, ये नुकसान ने जो साड़ी गोदी दे विच्चों पढ़ रहे बच्चों के जवाब के साड़ी मां बोली खत्म होती जा रही है। तो भाई साहब भाई गुरदास जी की बहुत वड्डी उदाहरण दिती है, कहिंदे जदों कौम के प्रचारक नीम हकीम खतरा है जान वाली अवस्था च पहुँच जाते हैं ना, उदों कौम का नुकसान होंदा। उन्होंने बहुत प्यारी उदाहरण दिती है, वो कहिंदे पुराने समयां दे विच जानवरां दा ते मनुखां दा इलाज वैद करिया करदे सी। अज भी वैटनरी ते ह्यूमन मैडिसन दे विच डोज दा क्वांटिटी दा फर्क हुंदा है, जिहड़े उहदे रसायन ने, जिहड़े उहदे साल्ट ने, जिहड़े उहदे इनग्रीडियंट्स ने, वह सारे एक ही हुंदे। डोज वध घट हुंदी है कि आदमी नूं थोड़ी असीं घट डोज दिंदे हां, जिहड़े छोटे कुत्ते ने उहनां नूं होर घट दे देईदी है, जिहड़े घोड़े ते गावां ते मज्जां ने उहनां नूं वध डोज च दित्ती जांदी है। गल की है कि इनग्रीडियंट्स उही हुंदे ने, हुण डाक्टर वक्खरे वक्खरे हो गए, ह्यूमन दे वक्खरे ने, वैटनरी वक्खरे ने, प्रैक्टिस ऑफ मैडिसिन जिहड़ी उही है, दवाइयां उही। हुण उहनां समयां दे विच दो चीज़ां वख नहीं सी, जिहड़े वैद सी उही मनुखां दा इलाज करदे सी, उही ओह जानवरां दा इलाज करदे सी। वैद चंगेरी उठनी, भाई साहब भाई गुरदास कहिंदे एक वैद अपने वैदखाने च बैठा है, एक किसान जिहड़ा है अपने ऊठ नूं लै के आया। वैद चंगेरी उठनी, आके उसने की किया, वैद जी मेरी उठनी मादा ऊठ बहुत बीमार है, कल दी ना तो पानी पी रही है, ना चारा खा रही है, इहदे गल चों घरड़ घरड़ की आवाज़ आ रही है। हुण वैद जिहड़ा सी उसने दी गर्दन दे उपर हाथ फेरिया। अज ते वेखो मैं डॉक्टर है मैडिसन का, अज सानूं ना जदों मरीज आके ये गल कहिंदा है कि मैं बीमार हाँ, असी सारे टैसट लिख दिंदे हां। उहदा कारण है कि मरीज दवाई ना भी लवे, टैसटां चों कमीशन सानूं आ ही जांदा है। एक दिहाड़ी च चार मरीजां दे टैसट लिख दो ना, तो डॉक्टर नूं रोटी खाण जोगा कमीशन आ जांदा। लैबोरेटरियां वाले कमीशन देंदे ने, आके कहिंदे ने जी साडी लैबोरेटरी चों कराओ इन्ने परसेंट देवांगे, साडी चों कराओ इन्ने परसेंट देवांगे। सो डॉक्टर नूं मेहनत करन दी लोड़ नहीं है, उहदी उहदे विच ही कमाई है। मैं कई वारी सोचदा हुंदा, मैं खुद डॉक्टर हां, मैं कई वारी सोचदा हुंदा कि बादशाह कारू जिहड़ा ना जन्म साखियां दे विच असीं उसनूं बड़ा बदनाम कहिंदे हां कि इन्ना ज़्यादा लालची सी कि उन्हां समयां 'च जिहड़े मुरदे दफन किए जाते उन्हां दे मूँह 'च सिक्का रखा जाता सी, ते ओह कबरां खुदवा के मूँह दे चों सिक्का भी कढ लैंदा सी। पर मैं कहिंदा साडे डाक्टरां तों फिर भी चंगा सी, कम से कम मरे दे मूँह चों बाद 'च कढदा सी, अजे तां मरिया भी नहीं हुंदा पहले कढ़ने शुरू कर दिंदे। साडे तों तां चंगा सी, बहुत चंगा सी, ओह तां मरे दे मूँह दे चों सिक्का कढदा सी, ते असीं ते बीमार दे मूँह चों कढ़ने शुरू कर दिंदे। ਇਹ ਹਾਲਾਤ ਸਾਡੇ ਬੜੇ ਪਏ। ਦੂਜੀ ਗੱਲ ਮੇਰੀ ਉਹ ਭੈਣ, ਇੱਕ ਤੁਹਾਡੀ ਵੀ ਮਾਨਸਿਕਤਾ, ਤੁਹਾਡੀ ਮਾਨਸਿਕਤਾ ਵਿੱਚ ਇੱਕ ਭਰਮ ਜਨਮ ਲੈ ਚੁੱਕਾ ਹੈ। ਤੁਸੀਂ ਡਾਕਟਰ ਦੇ ਕੋਲ ਆਓ ਨਾ, ਅਤੇ ਜੇ ਡਾਕਟਰ ਕਹਿ ਦੇਵੇ ਤੁਹਾਨੂੰ ਕੋਈ ਰੋਗ ਨਹੀਂ, ਤੁਸੀਂ ਠੀਕ ਹੋ, ਤੁਸੀਂ ਡਾਕਟਰ 'ਤੇ ਵਿਸ਼ਵਾਸ ਹੀ ਨਹੀਂ ਕਰਦੇ। ਤੁਹਾਡਾ ਡਾਕਟਰ ਕੌਣ ਦਾ ਮਤਲਬ ਇਹ ਹੁੰਦਾ ਡਾਕਟਰ ਕੋਈ ਨਾ ਕੋਈ ਬਿਮਾਰੀ ਦੱਸੇ, ਇਹ ਸਾਡੀ ਮਾਨਸਿਕਤਾ ਦਾ ਭਰਮ ਹੈ। ਮੈਂ ਜਦੋਂ ਪ੍ਰੈਕਟਿਸ ਸ਼ੁਰੂ ਕੀਤੀ ਨਾ, ਅਤੇ ਸਾਨੂੰ ਇਹ ਪੜ੍ਹਾਇਆ ਜਾਂਦਾ ਹੈ ਕਿ ਹਾਈਪੋਟੈਂਸ਼ਨ ਬਲੱਡ ਪ੍ਰੈਸ਼ਰ ਦਾ ਘੱਟ ਜਾਣਾ ਕੋਈ ਬਹੁਤ ਵੱਡੀ ਬਿਮਾਰੀ ਨਹੀਂ ਹੈ। ਮਰੀਜ਼ ਨੂੰ ਦੱਸੋ ਕਿ ਤੂੰ ਚੰਗੀ ਡਾਇਟ ਲੈ, ਤੂੰ ਦੁੱਧ ਲੈ, ਡਰਾਈ ਫਰੂਟ ਲੈ, ਫਰੂਟ ਲੈ, ਠੀਕ ਹੋ ਜਾਵੇਗਾ, ਕੋਈ ਗੱਲ ਨਹੀਂ। ਮਰੀਜ਼ਾਂ ਨੇ ਆਉਣਾ, ਮੈਂ ਬਲੱਡ ਪ੍ਰੈਸ਼ਰ ਚੈੱਕ ਕਰਕੇ ਕਹਿਣਾ ਜੀ ਕੋਈ ਨੁਕਸ ਨਹੀਂ, ਜਾਓ ਖਾਓ ਪੀਓ। 15 ਕੁ ਦਿਨਾਂ 'ਚ ਪਿੰਡ ਦੇ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਡਾਕਟਰ ਸਵਾਹ ਦਾ, ਇਹਨੂੰ ਤਾਂ ਬਲੱਡ ਪ੍ਰੈਸ਼ਰ ਵੀ ਵੇਖਣਾ ਆਉਂਦਾ, ਸਾਰਿਆਂ ਨੂੰ ਕਹੀ ਜਾਂਦਾ ਠੀਕ ਹੀ ਨੇ। ਇਹ ਤਾਂ ਮਤਲਬ ਕੀ ਹੈ ਕਿ ਤੁਸੀਂ ਬਿਮਾਰ ਬਣਨਾ ਚਾਹੁੰਦੇ ਹੋ। ਉਹ ਤੋਂ ਬਾਅਦ ਫਿਰ ਮੈਨੂੰ ਢੰਗ ਆ ਗਿਆ, ਫਿਰ ਬਲੱਡ ਪ੍ਰੈਸ਼ਰ ਵੇਖਦੇ ਕਹਿੰਦੇ ਜਾ ਸੀ ਮਾਤਾ ਤੁਰ ਕੇ ਕਿਤਰਾ ਆਈ ਹੈ, ਜੇ ਕਿਤੇ 10 ਮਿੰਟ ਨਾ ਆਉਂਦੀ ਤਾਂ ਤੇਰਾ ਆਰਾਮ ਨਾਲ ਸੱਤ ਹੋ ਜਾਣਾ ਸੀ। ਸੋ ਬੀਬੀਆਂ ਪੈਸੇ ਵੀ ਦਿੰਦੀਆਂ ਨੇ ਅਤੇ ਖੁਸ਼ ਵੀ ਹੁੰਦੀਆਂ ਨੇ, ਡਾਕਟਰ ਬੜਾ ਸਿਆਣਾ। ਇਹ ਸਾਡੀ ਮਾਨਸਿਕਤਾ ਦਾ ਵਹਿਮ ਜੀ। ਇਸੇ ਤਰ੍ਹਾਂ ਅਸੀਂ ਜੋਤਸ਼ੀਆਂ ਦੇ ਕੋਲ ਜਾਂਦੇ, ਜੋਤਸ਼ੀ ਦੇ ਕੋਲ ਜਾ ਕੇ ਵੀ
ਉਹ ਸਾਨੂੰ ਕਿਸੇ ਨਾ ਕਿਸੇ ਵਹਿਮ ਭਰਮ 'ਚ ਪਾ ਜਾਂਦਾ। ਕਿਤੇ ਸ਼ਨੀ ਦਾ ਵਹਿਮ, ਕਿਤੇ ਕਹਿ ਦਿੰਦਾ ਤਾਂ ਕੜੇ ਵੰਡੋ, ਕਿਸੇ ਧਾਤ ਦੇ ਕੜੇ ਪਾਓ, ਉਹ ਸਾਰੇ ਸਾਡੇ ਮਨ ਦੇ ਅੰਦਰ ਵਹਿਮ ਪੈਦਾ ਕੀਤੇ ਜਾਂਦੇ। ਪਰ ਉਹ ਗੱਲ ਜਿਹੜੀ ਆ ਉਹ ਨੀਮ ਹਕੀਮੀ 'ਚੋਂ ਨਿਕਲਦੀ ਹੈ। ਅਤੇ ਭਾਈ ਸਾਹਿਬ, ਭਾਈ ਗੁਰਦਾਸ ਜੀ ਦੇ ਵੈਦ ਬੜਾ ਸਿਆਦਾ ਸੀ। ਉਹਨੇ ਊਠ ਦੀ ਗਰਦਨ ਦੇ ਉੱਪਰ ਹੱਥ ਫੇਰਿਆ ਅਤੇ ਸਾਈਨ ਐਂਡ ਸਿਪਟਨ, ਜਿਹਨੂੰ ਅਸੀਂ ਕਹਿੰਦੇ ਚਿੰਨ੍ਹ ਅਤੇ ਲੱਛਣ, ਉਹਨਾਂ ਦੇ ਵਿੱਚੋਂ ਬਿਮਾਰੀ ਨੂੰ ਲੱਭਣ ਦਾ ਯਤਨ ਕੀਤਾ। ਉਦੋਂ ਕੋਈ ਟੈਸਟ ਨਹੀਂ ਸੀ ਹੁੰਦੇ। ਉਹ ਕਿਸਾਨ ਨੂੰ ਪੁੱਛਦਾ ਇੰਨੇ ਖਾਧਾ ਕੀ ਸੀ? ਉਹ ਕਹਿੰਦਾ ਕਿ ਆਮ ਚੱਲ। ਕਹਿੰਦਾ ਕੋਈ ਖਾਸ ਘਟਨਾ ਵਾਪਰੀ ਹੋਏ? ਕਹਿੰਦਾ ਦੋ ਦਿਨ ਹੋਏ ਨੇ, ਇਹਦਾ ਰੱਸਾ ਟੁੱਟ ਗਿਆ ਸੀ ਅਤੇ ਗੁਆਂਢੀਆਂ ਦੇ ਖੇਤ 'ਚ ਚਲੀ ਗਈ ਸੀ। ਹੁਣ ਵੈਦ ਅਗਲਾ ਸਵਾਲ ਕਰਦਾ, ਕਹਿੰਦਾ ਗੁਆਂਢੀਆਂ ਦੇ ਖੇਤ ਦੇ ਵਿੱਚ ਕੀ ਸੀ? ਕਹਿੰਦਾ ਖਰਬੂਜੇ ਬੀਜੇ ਹੋਏ ਸੀ। ਵੈਦ ਸਮਝ ਗਿਆ ਕਿ ਕੋਈ ਛੋਟਾ ਜਿਹਾ ਖਰਬੂਜਾ ਇਹਨੇ ਨਿਗਲਿਆ ਅਤੇ ਇਹਦੇ ਗਲੇ 'ਚ ਫਸ ਗਿਆ। ਹੁਣ ਵੈਦ ਨੇ ਉਹਦਾ ਇਲਾਜ ਕੀਤਾ, ਸਰਜਰੀ ਨਹੀਂ ਕੀਤੀ। ਵੈਦ ਸਿਆਣਾ ਸੀ। ਲੈ ਸਿਲਵੱਟਾ, ਇਹ ਭਾਈ ਸਾਹਿਬ ਗੁਰਦਾਸ ਕਹਿੰਦੇ ਨੇ, ਲੈ ਸਿਲਵੱਟਾ ਟੱਚਰ ਭਰਨਾ, ਉਸ ਊਠ ਨੂੰ ਲਟਾਇਆ, ਉਹਦੀ ਗਰਦਨ ਦੇ ਥੱਲੇ ਇੱਕ ਸਿੱਲ ਰੱਖੀ, ਉੱਪਰ ਹੌਲੀ ਜਿਹੀ ਇੱਕ ਪੱਥਰ ਮਾਰਿਆ, ਖਰਬੂਜਾ ਟੁੱਟ ਗਿਆ, ਅੰਦਰ ਲੰਘ ਗਿਆ, ਊਠ ਬਿਲਕੁਲ ਠੀਕ ਠਾਕ, ਚਾਰਾ ਖਾਧਾ, ਪਾਣੀ ਪੀਤਾ, ਗਲੇ 'ਚੋਂ ਘੜ ਘੜ ਦੀ ਆਵਾਜ਼ ਵੀ ਠੀਕ ਹੋ ਗਈ ਕਿਉਂਕਿ ਖਰਬੂਜਾ ਅੰਦਰ ਲੰਘ ਚੁੱਕਾ ਸੀ। ਲਾਗੇ ਖੜਾ ਸੀ ਮੇਰੇ ਵਰਗਾ ਕੰਪਾਊਂਡਰ, ਕਹਿੰਦਾ ਇਲਾਜ ਕਰਨਾ ਤਾਂ ਬੜਾ ਸੌਖਾ ਹੈ, ਜਿਹਨੂੰ ਸਾਹ ਨਾ ਆਵੇ, ਜਿਹਦੇ ਗਲੇ 'ਚੋਂ ਘੜੜ ਘੜੜ ਦੀ ਆਵਾਜ਼ ਆਵੇ, ਜਿਹਨੂੰ ਪਾਣੀ ਨਾ ਲੰਘੇ, ਜਿਹਨੂੰ ਰੋਟੀ ਨਾ ਲੰਘੇ, ਇੱਕ ਪੱਥਰ ਥੱਲੇ ਰੱਖੀਦਾ, ਇੱਕ ਉੱਤੋਂ ਮਾਰੀ ਦਾ ਮਰੀਜ਼ ਠੀਕ ਹੋ ਜਾਂਦਾ। ਜਾ ਕੇ ਆਪਣੀ ਦੁਕਾਨ ਖੋਲ੍ਹ ਕੇ ਸੇਵਕ ਸਿੱਖੀ ਵੈਦਗੀ, ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ, ਉਹਨੇ ਸੋਚ ਲਿਆ ਮੈਂ ਸਿੱਖ ਲਈ ਹੈ, ਜਾ ਕੇ ਦੁਕਾਨ ਖੋਲ੍ਹ ਲਈ ਅਤੇ ਇੱਕ ਬੱਚਾ ਆਇਆ, ਵੈਦ ਜੀ ਛੇਤੀ ਸਾਡੇ ਘਰ ਆਓ, ਮੇਰੀ ਦਾਦੀ ਬੜੀ ਬਿਮਾਰ ਹੈ, ਨਾ ਪਾਣੀ ਪੀਵੇ, ਨਾ ਰੋਟੀ ਖਾਵੇ, ਗਲੇ 'ਚੋਂ ਘੜੜ ਘੜੜ ਦੀ ਆਵਾਜ਼ ਆਉਂਦੀ। ਕਹਿੰਦਾ ਗੱਲ ਹੀ ਕੋਈ ਨਹੀਂ, ਸਪੈਸ਼ਲਿਸਟ ਹੀ ਇਸ ਚੀਜ਼ 'ਤੇ, ਬਸ ਦੋ ਪੱਥਰਾਂ ਦਾ ਇੰਤਜ਼ਾਮ ਕਰੋ, ਮੈਂ ਹੁਣੇ ਆਇਆ। ਉਹਨਾਂ ਦੇ ਘਰ ਗਿਆ, ਮਾਤਾ ਨੂੰ ਮੰਜੇ ਤੋਂ ਥੱਲੇ ਲਾਇਆ, ਉਹਦੇ ਗਲ 'ਚ ਕੈਂਸਰ ਦਾ ਟਿਊਮਰ ਸੀ, ਥੱਲੇ ਲਾਇਆ, ਇੱਕ ਸਿਰ ਥੱਲੇ ਰੱਖੀ, ਉੱਤੋਂ ਮਾਰਿਆ ਪੱਥਰ, ਅਤੇ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਸੇਵਕ ਸਿੱਖੀ ਵੈਦਗੀ ਮਾਰੀ ਬੁੱਢੀ ਰੋਵਣ ਰੰਨਾ, ਅਤੇ ਮਾਤਾ ਦਾ ਸਤਿਨਾਮ ਵਾਹਿਗੁਰੂ ਕਰਾਤਾ। ਇਹ ਨੀਂਹ ਹਕੀਮੀ, ਜਦੋਂ ਸਾਨੂੰ ਕਿਸੇ ਗੱਲ ਦਾ ਪੂਰਨ ਇਲਮ ਨਹੀਂ ਹੈ, ਉਹਦਾ ਗਿਆਨ ਨਹੀਂ ਹੈ, ਉਹਨਾਂ ਚਿਰ ਤੱਕ ਚਾਹੇ ਕੋਈ ਡਾਕਟਰ ਹੈ, ਚਾਹੇ ਕੋਈ ਫਿਲਾਸਫਰ ਹੈ, ਚਾਹੇ ਕੋਈ ਪ੍ਰਚਾਰਕ ਹੈ, ਉਹ ਨੁਕਸਾਨ ਦਾ ਕਾਰਨ ਬਣੇ। ਜਿੰਨਾ ਚਿਰ ਸਾਡੇ 'ਚ ਪਰਪੱਕਤਾ ਨਹੀਂ ਹੈ, ਉਹਨਾਂ ਚਿਰ ਅਸੀਂ ਗੁਰਮਤ ਦੇ ਮਾਰਗ ਦੇ ਉੱਪਰ ਨਹੀਂ ਚੱਲਣਾ। ਔਰ ਸਾਡੇ ਜੀਵਨ ਦੇ 'ਚ ਨਿੱਤ ਆ ਰਹੇ ਨਿਘਾਰ ਦਾ ਕਾਰਨ ਕੀ ਹੈ? ਅਸੀਂ ਪਿਛੋਕੜ ਨੂੰ ਸਮਝਣਾ ਛੱਡ ਦਿੱਤਾ। ਅਸੀਂ ਜਿਹੜੇ ਮੂਲ ਕਾਰਨ ਨੇ ਕਿਸੇ ਤੱਤ ਦੇ, ਅਸੀਂ ਉਹਨਾਂ ਨੂੰ ਸਮਝਣਾ ਛੱਡ ਦਿੱਤਾ, ਅਸੀਂ ਸਮਝਣਾ ਚਾਹੁੰਦੇ ਵੀ ਨਹੀਂ। ਇਸੇ ਕਰਕੇ ਸਾਡੇ 'ਚ ਇਹ ਅਲਾਮਤਾਂ ਜਨਮ ਲੈ ਰਹੀਆਂ ਨੇ। ਅਸੀਂ ਗੁਰੂ ਨੂੰ ਛੱਡ ਕੇ ਕਿਸੇ ਹੋਰ ਦੇ ਅੱਗੇ ਸਿਰ ਝੁਕਾਉਂਦੇ ਹਾਂ, ਅਤੇ ਇੱਥੇ ਆ ਕੇ ਪਤਾ ਕੀ ਕਹਿੰਦੇ ਹਾਂ? ਅਰਦਾਸ ਖੜੇ ਹੋ ਕੇ, ਸਭ ਸਿੱਖਤ ਕੋ ਹੁਕਮ ਹੈ ਗੁਰੂ ਮਾਨਿਓ, ਸਾਰੇ ਕਹਿੰਦੇ ਹਨ, ਪਰ ਮੰਨਦੇ ਕਿਉਂ ਨਹੀਂ? ਫਿਰ ਸਿੱਖ ਦਾ ਸਿਰ ਤਾਂ ਕਿਸੇ ਹੋਰ ਦੇ ਅੱਗੇ ਝੁਕਣਾ ਹੀ ਨਹੀਂ ਚਾਹੀਦਾ। ਆ ਮੈਨੂੰ ਯਾਦ ਹੈ ਪਿੱਛੇ ਜੇ ਇੱਕ ਗਾਇਕ ਹੈ ਜਸਵੀਰ ਜੱਸੀ ਉਹਦਾ ਨਾਮ, ਉਹਨੇ ਇਹ ਗੱਲ ਕਹਿ ਦਿੱਤੀ ਕਿ ਮੈਂ ਕਬਰਾਂ 'ਤੇ ਨਹੀਂ ਗਾਉਣਾ, ਅਤੇ ਬਹੁਤ ਸਾਰੇ ਗਾਇਕਾਂ ਨੇ ਉਹਦੇ ਖਿਲਾਫ ਇੱਕ ਮੁਹਾਜ਼ ਖੜਾ ਕਰ ਲਿਆ ਕਿ ਕਬਰਾਂ 'ਤੇ ਕਿਉਂ ਨਹੀਂ ਗਾਉਣਾ, ਪੈਸੇ ਮਿਲਦੇ ਨੇ, ਹੁਣ ਸਿੱਖ ਕਬਰ 'ਤੇ ਕਿਉਂ ਚੱਲਦਾ ਜੀ? ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇੱਕ ਬਹੁਤ ਪਿਆਰਾ ਪ੍ਰਮਾਣ ਹੈ, ਉਹ ਕਹਿੰਦੇ ਨੇ, ਪੂਰਨ ਪ੍ਰੇਮ ਪ੍ਰਤੀਤ ਸਜੇ ਵਰਤ ਗੋੜ ਬੜੀ ਮੱਠ ਭੂਲ ਨਾ ਮਾਨੇ। ਉਹ ਸ਼ੁਰੂ ਕਰਦੇ ਨੇ, ਉਹ ਕਹਿੰਦੇ ਨੇ, ਜਾਗਤ ਜੋਤ ਜਗੇ ਘੱਟ ਮੈਂ, ਕਹਿੰਦੇ ਉਸ ਜੋਤ ਦਾ ਜਾਗਰਤ ਹੋਣਾ, ਅਤੇ ਆਰੰਭ ਸ਼ੁਰੂ 'ਚ ਕਿੱਥੋਂ ਕਰਦੇ ਨੇ ਉਹਨੂੰ ਸਮਝਣ ਦਾ ਚੁਣ ਕਰੀਏ। ਕਹਿੰਦੇ ਪੂਰਨ ਪ੍ਰੇਮ ਪ੍ਰਤੀਤ ਸਜੇ, ਪੂਰਾ ਪਿਆਰ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਪਿਆਰ ਅਧੂਰਾ ਵੀ ਹੁੰਦਾ? ਪਾਤਸ਼ਾਹ ਕਹਿੰਦੇ ਪੂਰਨ ਪ੍ਰੇਮ ਪ੍ਰਤੀਤ ਸਜੇ, ਪੂਰੇ ਪ੍ਰੇਮ ਦੇ ਵਿੱਚ, ਪੂਰੀ ਪ੍ਰੀਤ ਦੇ ਵਿੱਚ ਸਜ ਜਾਵੇ। ਅਤੇ ਫਿਰ ਸਵਾਲ ਪੈਦਾ ਹੁੰਦਾ, ਜੇ ਪੂਰਨ ਪ੍ਰੀਤ ਦੀ ਗੱਲ ਹੈ ਤਾਂ ਕਿਤੇ ਪ੍ਰੀਤ ਅਧੂਰੀ ਵੀ ਹੁੰਦੀ ਹੈ? ਪਿਆਰ ਅਧੂਰਾ ਵੀ ਹੁੰਦਾ? ਬਿਲਕੁਲ ਹੁੰਦਾ। ਜਦੋਂ ਤੁਸੀਂ ਕੱਚੇ ਗੁਰੂ ਦੇ ਦਰ 'ਤੇ ਜਾਓਗੇ, ਤੁਹਾਡੇ ਪਿਆਰ 'ਚ ਪੂਰਨਤਾ ਤਾਂ ਹੋ ਸਕਦੀ ਹੈ, ਪਰ ਕੱਚਾ ਗੁਰੂ ਤੁਹਾਨੂੰ ਪਿਆਰ ਨਹੀਂ ਦੇ ਸਕਦਾ। ਮੁਸਲਮਾਨ ਜਿਹੜਾ ਸੱਚਾ ਮੁਸਲਮਾਨ ਹੈ, ਉਹ ਕਦੀ ਵੀ ਕਬਰ ਦੇ ਉੱਪਰ ਇਬਾਦਤ ਨਹੀਂ ਕਰਦਾ। ਉਹਨਾਂ ਦੇ ਤਲੀਮੁਲ ਇਸਲਾਮ, ਹਾਜ਼ੀ ਅਨਾਇਤੁੱਲਾ ਸਾਹਿਬ ਦੀ ਲਿਖੀ ਹੋਈ ਇਸਲਾਮ ਦੀ ਤਲੀਮ ਚਾਰ ਹਿੱਸਿਆਂ ਦੇ ਵਿੱਚ, ਉਹਨੂੰ ਪੜ੍ਹਨ ਦਾ ਯਤਨ ਕਰੋ। ਉਹਦੇ ਆਖਰ 'ਤੇ ਆ ਜਾਂਦੇ ਨੇ ਗੁਨਾਹ, ਕਿ ਇਸਲਾਮ 'ਚ ਗੁਨਾਹ ਕਿਹੜੇ ਕਿਹੜੇ ਨੇ। ਪਹਿਲਾ ਹੈ ਸ਼ਿਰਕ,
परमात्मा की शरीकेबाजी करनी। दूजा है शिरक फिल इबादत, परमात्मा की शरीकेबाजी करदिया अपनी इबादत करवानी कि मैं रब हाँ। तीसरा कुफर, परमात्मा नूं मनना ही ना। ते एक गुनाह है बिद्दत, किसी भी कबर ते जा के नमाज पढ़नी, वजू करना जां कबर की पूजा करनी, उन्हां च गुनाह है। सच्चा मुसलमान इंज नहीं करता। वो चाहते ने अपने बुजुर्गों दी कबरां कबरां दे उपर सत्कार दे वास्ते, पर साढ़े साढ़े तो कबरों के उपर मनता मनन जाते हैं। मैं हैरान हाँ, पंजाब दे विच ना कुछ कबर ने बड़िया लम्मिया बनाईया हुई, बहुत लम्मिया, तो उन्होंने उपर पता की लिखा, नौ गजे पीर की कबर, नौ गज उहदा कद सी। नहीं बई, इंज नहीं है। जिहड़े इस्लाम के नौजवान जहाद के वास्ते प्रण करते होंगे सी कि असी अपने धर्म के वास्ते लड़ांगे, उन्होंने कहा जाता सी नौ गाजी, नवा गाजी, नवा सूरमा, धर्म के वास्ते लड़न वाला। तो जदों वो लड़दा कितने शहीद हो जाता सी, उन्होंने कहा जाता सी नौ गाजी की कबर। साढ़े कमलियां नूं पता नहीं, उन्हें नौ गाजी नूं नौ गज बना दिता, तो नौ गज लम्मिया कबरां बना के उत्ते मत्थे टेकी जा। उस गायक ने बड़ी चंगी गल कही कि मैं कबर के उपर नहीं गाँवदा। तो दूजे पासे पंजाबी दी मां बोली दा सपूत कहण वाला गुरदास मान जिहड़ा उहदी वीडियो आ रही है, कहिंदा जिहड़ा मेरा मुर्शद है ना, वह तो घोड़े ते जांदा जांदा पानी दे नाल सिगरट जगा के पी लैंदा सी। ये अजीब गल है, सिगरट की मशहूरी की जा रही है, वह चीज़ जिसनों साढ़े गुरु ने जगत जूठ के है, असी उहनू पंजाबी दा गायक समझ के प्रवान कर रहे हैं। और मैं हैरान हो जाता, इन्नी रहमत की गुरु पातशाह ने। मैं दो चीज़ा बड़िया अहम देखिया ने, तंबाकू शब्द को हमेशा ही सिखां दे रहतनामे च जगत जूठ शब्द के रूप वरत्या गया। क्यों? जगत जूठ UNDCP यूनाइटेड नेशन ड्रग कंट्रोल प्रोग्राम WHO वर्ल्ड हैल्थ ऑर्गेनाइजेशन, इहदियां खोजां तां जे 60 साल पहलां आईयां ने कि एक्टिव ते पैसिव स्मोकर हुंदे ने। एक्टिव स्मोकर वो है जिहड़ा एक्टिव है, जिहड़ा पी रहा है, जिहड़ा मूँह चो धुआं सुट रहा है, तो जिहड़ा वह साडे अंदर जा रहा सी पैसिव स्मोकर है। इहदा मतलब एक जू बंदा पी रहा है तो वह जगत नूं जूठा कर रहा है। यह खोजां साइंस ने ते अज कीतियां ने, ते साडे गुरु पातशाह ने किन्ना समां पहलां कह दिता कि जगत झूठ है। एक बंदा सारे संसार नूं जूठा करता है, वह अपने मूँह चो जिहड़ा धुआं कढ़दा है वह जूठा हुंदा है, तो सारा ही साडे अंदर जांदा है। एक्टिव ते पैसिव स्मोकर की गल डाक्टरां दी विज्ञान ने 60 साल पहलां कीती है, ते साढ़े रहतनाम्यां दे विच 1712 च दर्ज हो चुकी है, जगत झूठ तंबाकू नशा। फिर अगली गल, तंबाकू दे बारे मैडिकल साइंस कहती है कि सब तो माड़ा ते घृणित नशा है। एक ऐसा नशा है जिहड़ा प्रेसेंटल बैरियर नूं अक्रॉस करता है। मैडिकल टर्म्स दे विच इह शब्द वरत्या जांदा, मैं समझा देवां कि जे कोई गर्भवती औरत तंबाकू दा सेवन करती है तो जिन्नी मात्रा दे विच उहदे शरीर च जांदा है, उहदे गर्भ च पल रहे बच्चे दे अंदर भी उन्नी मात्रा च जांदा है, बच्चे दे वास्ते नुकसानदेह। इह विज्ञान ने 32 साल पहलां कहा, ते मैं जदों अपने गुरु दे सिक्खां दे रहतनामे पढ़दा मैं हैरान हो जांदा। उह कहिंदे मथुरा दुहिथा एक गुल भांग, मथुरा दुहिथा एक गुल भांग दहे तन एक, कि जिहड़ा बंदा शराब पींदा उहदी तां एक पुल गर्भ हुंदी है, जिहड़ा भंग पींदा उह अपने आप नूं ही बर्बाद कर लैंदा। उह अगले कहिंदे जगत झूठ सत कुल दहै, जिहड़ा तंबाकू दा सेवन करदा उहदी कुल दे विच इहदे माड़े गुण आउंदे, परसेंटल बैरियर क्रॉस करदा। उह कहिंदे कुल दे विच जनैटिक्स दे विच इह परिवार दे विच आ जांदा। सच जाणो, साइंस तां अज कह रही है, गुरसिखां ने किन्ना समां पहलां कह दिता। तो जो इन्हें तंबाकू का सेवन करने वाले इन कबरों के उपर बैठे मजावर ने, अच उन्होंने तारीफ की जा रही है। तो जे कोई गायक इस गल की विरोधता करता है तो असी विरोध खड़े हो जाते कि नहीं, कबर से जाना चाहिए। तो सच जाने सानू अपना इतिहास क्यों भुल जाता है? कलगीधर पातशाह गुरु गोबिंद सिंह महाराज जदों जा रहे थे आनंदपुर साहब को छड़ के नदेड़ की धरती वल, रस्ते दे विच दादू राम की समाध आउंदी है जैत राम दे कोल, उत्थे रुकदे ने, घोड़े तो उतरते ने तीर की नोक के नाल सिजदा कर लगे। दया सिंह ने बांह फड़ ली, पातशाह सानू तो कहिंदे जागत जोत जपै किस बासर, एक बिना मन नैक ना आनै, पूर्ण प्रेम प्रतीत सजे व्रत, गोड़ मठी मठ भूल ना मानै, तीर्थ दान दया तप संजम, एक बिना नै एक पछाने, पूर्ण जोत जगे घट बै तब खालस तहें निखालस जाने।
ਪਾਤਸ਼ਾਹ ਸਾਨੂੰ ਆਹ ਉਪਦੇਸ਼ ਤੇ ਤੀਰ ਨਾਲ ਸਿਜਦਾ ਕਰਨ ਲੱਗੇ ਹੋ ਤੇ ਪਾਤਸ਼ਾਹ ਦੇ ਕੁੱਟ ਕੇ ਜੱਫੀ ਚ ਲੈ ਲਿਆ ਦਿਆਲ ਸਿੰਘ ਨੂੰ। ਕਹਿੰਦੇ ਮੈਂ ਇਹੀ ਵੇਖਣਾ ਚਾਹੁੰਦਾ ਸੀ ਕਿ ਸਿੱਖ ਤਾਂ ਕੀ ਜੇ ਗੁਰੂ ਵੀ ਐਸਾ ਕਰਮ ਕਰੇ ਤੇ ਸਿੱਖ ਦੇ ਕੋਲ ਰੋਕਣ ਦੀ ਜ਼ਰੂਰਤ ਚਾਹੀਦੀ ਹੈ। ਮੈਂ ਇਹੋ ਜ਼ਰੂਰਤ ਖਾਲਸੇ ਚ ਭਰਨਾ ਚਾਹੁੰਦਾ ਸੀ। ਦਿਆਲ ਸਿੰਘ ਪਤਾ ਕੀ ਕਹਿੰਦਾ, ਕਹਿੰਦਾ ਬੇਸ਼ੱਕ ਗੁਰੂ ਹੋ, ਜਦੋਂ ਖੰਡੇ ਬਾਟੇ ਦੀ ਬਹੁਤ ਬਖਸ਼ੀ ਸੀ ਨਾ, ਤੁਸੀਂ ਕਿਹਾ ਸੀ ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਪਿੰਡ ਪ੍ਰਾਣ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਇਸ਼ਟ ਸਿਰਦ, ਖਾਲਸਾ ਮੇਰੋ ਕਹੀਅਤ ਬਿਰਦ, ਹਉ ਖਾਲਸੇ ਕੋ ਖਾਲਸਾ ਮੇਰੋ ਓਤ ਪੋਤ ਸਾਗਰ ਬੰਦੇਰੋ। ਹੁਣ ਪਾਤਸ਼ਾਹ ਖਾਲਸਾ ਗੁਰੂ ਹੈ, ਤਨਖਾਹ ਲੱਗੇਗੀ। ਉਹਨਾਂ ਸਮੇਂ 'ਚ ਪ੍ਰਾਪਤਨ ਸਰੋਤਾਂ ਨੂੰ ਪੜ੍ਹ ਕੇ ਵੇਖ ਲਓ, 21 ਰੁਪਈਏ ਤਨਖਾਹ ਲਾਈ ਗਈ ਗੁਰੂ ਸਾਹਿਬ। ਐਸਾ ਸੀ ਸਾਡੇ ਸਿੱਖਾਂ ਦਾ ਕਿਰਦਾਰ। ਅੱਜ ਅਸੀਂ ਕਬਰਾਂ 'ਤੇ ਮੱਥੇ ਟੇਕਦੇ ਉਸ ਗੁਰੂ ਦੇ ਸਿੱਖ ਜਿਹੜੇ ਗੁਰੂ ਨੇ ਕਿਹਾ ਕਿ ਇਹ ਪੂਰਨ ਪ੍ਰੀਤ ਹੋ ਹੀ ਨਹੀਂ ਸਕਦੀ। ਹੁਣ ਇਸ ਗੱਲ 'ਤੇ ਆਈਏ, ਪੂਰਨ ਪ੍ਰੀਤ ਕੋਈ ਅਧੂਰੀ ਵੀ ਹੋਵੇਗੀ? ਬਿਲਕੁਲ। ਪਿਆਰ ਦੀਆਂ ਬਹੁਤ ਉਦਾਹਰਨਾਂ ਨੇ ਗੁਰਬਾਣੀ ਦੇ ਵਿੱਚ। ਮ੍ਰਿਗ ਮੀਨ ਪਤੰਗ ਪ੍ਰੇਮ ਕੁੰਚਰ ਏਕ ਦੁੱਖ ਵਿਨਾਸ਼, ਪਾਂਚ ਦੁੱਖ ਸਾਰ ਜਾਗੇ ਤਾਂ ਕੀ ਕੇ ਤਕਾਸ। ਮੱਛੀ ਤੇ ਪਾਣੀ ਦੇ ਪਿਆਰ ਦੀ ਉਦਾਹਰਨ ਹੈ ਗੁਰਬਾਣੀ 'ਚ। ਭਵਰੇ ਤੇ ਫੁੱਲ ਦੇ ਪਿਆਰ ਦੀ ਉਦਾਹਰਨ ਹੈ ਗੁਰਬਾਣੀ ਦੇ ਵਿੱਚ। ਚੰਦਰਮਾ ਤੇ ਚਕੋਰ ਦੇ ਪਿਆਰ ਦੀ ਉਦਾਹਰਨ ਹੈ। ਸੂਰਜ ਤੇ ਚੱਕਵੇ ਦੇ ਚਕੋਰ ਦੀ ਉਦਾਹਰਨ ਹੈ। ਮ੍ਰਿਗ ਤੇ ਰਾਗ ਦੇ ਪ੍ਰੀਤ ਦੀ ਉਦਾਹਰਨ ਹੈ। ਤੇ ਭਾਈ ਸਾਹਿਬ ਭਾਈ ਗੁਰਦਾਸ ਇੱਕ ਬੜੀ ਪਿਆਰੀ ਗੱਲ ਕਹਿੰਦੇ ਨੇ, ਕਹਿੰਦੇ ਦੀਪਕ ਪਤੰਗ, ਦੀਪਕ ਨੂੰ ਪਿਆਰ ਕਰਦਾ ਪਤੰਗਾ, ਸ਼ਮਾ ਜਲਦੀ ਹੈ, ਪਰਵਾਨਾ ਆਉਂਦਾ, ਪਤੰਗਾ ਆਉਂਦਾ, ਉਹਨੂੰ ਪਤਾ ਹੁੰਦਾ ਮੌਤ ਹੋਣੀ ਹੈ, ਉਹ ਪਿਆਰ ਦੇ ਵਿੱਚ ਮਰ ਜਾਂਦਾ। ਅਲ ਕਮਲ, ਕਮਲ ਦੇ ਫੁੱਲ ਨੂੰ ਭਵਰਾ ਪਿਆਰ ਕਰਦਾ, ਉਹਦੇ ਕੋਲ ਆਉਂਦਾ, ਸ਼ਾਮਾਂ ਪੈਂਦੀਆਂ ਕਮਲ ਦਾ ਫੁੱਲ ਬੰਦ ਹੁੰਦਾ, ਮੌਤ ਹੋ ਜਾਂਦੀ ਹੈ। ਸਲਲ ਮੀਨ, ਮੱਛੀ ਪਾਣੀ ਨੂੰ ਪਿਆਰ ਕਰਦੀ ਹੈ, ਬਾਹਰ ਕੱਢ ਦੋ ਮਰ ਜਾਂਦੀ ਹੈ। ਚੱਕਵਾ ਚਕੋਰ ਮ੍ਰਿਗ ਰਵ ਸੱਸ ਨਾਦ ਹੈ, ਚੱਕਵਾ ਸੂਰਜ ਨੂੰ ਪਿਆਰ ਕਰਦਾ ਪਰ ਕਦੀ ਸੂਰਜ ਉਹਨੂੰ ਆ ਕੇ ਮਿਲਿਆ। ਚਕੋਰ ਚੰਦਰਮਾ ਨੂੰ ਪਿਆਰ ਕਰਦਾ, ਕਦੀ ਚੰਦਰਮਾ ਚਕੋਰ ਨੂੰ ਆ ਕੇ ਮਿਲਿਆ। ਫਿਰ ਮ੍ਰਿਗ ਰਵ ਸੱਸ ਨਾਦ ਹੈ, ਮ੍ਰਿਗ ਜਿਹੜਾ ਰਾਗ ਨੂੰ ਪਿਆਰ ਕਰਦਾ, ਫਾਹੀ ਦਾ ਸ਼ਿਕਾਰ ਹੋ ਜਾਂਦਾ, ਫੜਿਆ ਜਾਂਦਾ ਪਰ ਕਦੀ ਉਹਨੂੰ ਰਾਗ ਗ੍ਰਹਿਣ ਕਰਦਾ ਨਹੀਂ। ਤੇ ਭਾਈ ਸਾਹਿਬ ਭਾਈ ਗੁਰਦਾਸ ਪਤਾ ਕੀ ਕਹਿੰਦੇ, ਕਹਿੰਦੇ ਪ੍ਰੀਤ ਇੱਕ ਅੰਗੀ ਬਹੁਰੰਗੀ, ਨਾ ਸੰਗੀ ਕੋਈ, ਸਭੇ ਦੁੱਖਦਾਈ ਨਾ ਸਹਾਈ, ਅੰਤ ਆਦਾ ਜੀਵਤ ਨਾ ਸਾਧ ਸੰਗ ਮੋਏ, ਨਾ ਪਰਮ ਗਤ ਗਿਆਨ ਧਿਆਨ ਪ੍ਰੇਮ ਰਸ ਪ੍ਰੀਤਮ ਪ੍ਰਸਾਦ ਹੈ। ਕਹਿੰਦੇ ਵਨ ਸਾਈਡਡ ਲਵ ਹੈ, ਇੱਕ ਕਰ ਰਿਹਾ ਦੂਜੇ ਨੂੰ ਪਤਾ ਹੀ ਨਹੀਂ। ਪਰ ਪਿਆਰ ਦੀ ਪੂਰਨਤਾ ਕਿੱਥੇ ਹੈ? ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇ। ਇਹ ਪਿਆਰ ਦੀ ਸੰਪੂਰਨਤਾ, ਜਿੱਥੇ ਗੁਰੂ ਵੀ ਪੂਰਾ ਹੈ ਤੇ ਜਿੱਥੇ ਸਿੱਖ ਦਾ ਪਿਆਰ ਵੀ ਪੂਰਾ। ਉਸ ਪਿਆਰ ਦੀ ਪੂਰਨਤਾ ਉੱਥੋਂ ਪੈਦਾ ਹੁੰਦੀ ਹੈ ਜਦੋਂ ਸਿੱਖ ਕਹਿੰਦਾ ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਇਤ ਮਾਰਗ ਪੈਰ ਧਰੀ, ਜੇ ਸਿਰ ਦੀਜੇ ਤਾਲ ਨਾ ਦੀਜੇ। ਜਿੱਦਣ ਅਸੀਂ ਇੰਨਾ ਸਮਰਪਣ ਕਰਨਾ ਸਿੱਖ ਦੇਵਾਂ ਕਿ ਸਭ ਕੁਛ ਗੁਰੂ ਨੂੰ ਅਰਪਿਤ ਕਰ ਦਿੱਤਾ ਹੈ, ਸਭ ਕੁਛ ਗੁਰੂ ਨੂੰ ਭੇਟਾ ਕਰ ਦਿੱਤਾ, ਸੱਚ ਜਾਣੇ ਮਨ ਦੇ ਵਿੱਚੋਂ ਡਰ ਨਿਕਲ ਜਾਵੇਗਾ, ਮਨ ਦੇ ਵਿੱਚੋਂ ਵਹਿਮ ਨਿਕਲ ਜਾਵੇਗਾ, ਮਨ ਦੇ ਵਿੱਚੋਂ ਭਰਮ ਨਿਕਲ ਜਾਵੇਗਾ। ਔਰ ਦਰਅਸਲ ਸਾਰੀ ਸਮੱਸਿਆ ਭਰਮ 'ਤੇ ਟਿਕੀ ਹੈ, ਔਰ ਭਰਮ ਦਾ ਮੂਲ ਕਾਰਨ ਹੈ ਡਰ। ਸਾਨੂੰ ਮਰਨ ਤੋਂ ਡਰ ਹੁੰਦਾ, ਕਿਤੇ ਜਾਨ ਨਾ ਨਿਕਲ ਜਾਵੇ। ਅਤੇ ਇਹ ਵੀ ਸਾਰਿਆਂ ਨੂੰ ਪਤਾ ਹੈ ਕਿ ਰਹਿਣਾ ਕਿਸੇ ਨੇ, ਨਾ ਮੈਂ ਰਹਿਣਾ, ਨਾ ਮੇਰੇ ਮਾਪੇ ਨੇ ਰਹਿਣਾ, ਨਾ ਮੇਰੇ ਬੱਚਿਆਂ ਨੇ ਰਹਿਣਾ, ਸਾਰੇ ਅਸੀਂ ਜਾਣਾ। ਇਸ ਸੱਚ ਨੂੰ ਸਵੀਕਾਰ ਕਿਉਂ ਨਹੀਂ ਕਰਦੇ? ਜਿੰਨਾ ਚਿਰ ਤੱਕ ਤੁਸੀਂ ਇਸ ਸੱਚ ਨੂੰ ਸਵੀਕਾਰ ਨਹੀਂ ਕਰੋਗੇ ਕਿ ਅਸੀਂ ਸਾਰੇ ਸਭਨਾ ਸਹੁਰੇ ਬੰਨਣਾ, ਅਸੀਂ ਇਸ ਜਗਤ ਤਮਾਸ਼ੇ ਦੇ ਵਿੱਚ ਆਏ ਹਾਂ, ਨੇਕ ਕਰਮ ਕਰੀਏ, ਪਰ ਇਹ ਨਾ ਸਮਝੀਏ ਕਿ ਅਸੀਂ ਇੱਥੇ ਥਿਰ ਰਹਿਣਾ। ਸ਼ੇਖ ਫਰੀਦਾ ਜੱਗ ਨਾ ਕਹੂ ਥਿਰ ਰਹਿਆ, ਜਿਸ ਆਸਣ ਨੂੰ ਬੈਠੇ ਕਿਤੇ ਬੈਠ ਗਿਆ, ਸਾਡੇ ਤੋਂ ਪਹਿਲਾਂ ਕਈ ਇੱਥੇ ਬੈਠੇ, ਕਈ ਚਲੇ ਗਏ, ਅਸੀਂ ਬਹਿਣਾ ਚਲੇ ਜਾਣਾ, ਸਾਡੇ ਤੋਂ ਬਾਅਦ 'ਚ ਵੀ ਕਈ ਆਉਣੇ ਨੇ, ਉਹਨਾਂ ਨੇ ਵੀ ਬਹਿਣਾ ਚਲੇ ਜਾਣਾ, ਰਹਿਣਾ ਇੱਥੇ ਕਿਸੇ ਨੇ। ਪਰ ਅਸੀਂ ਵਹਿਮਾਂ ਦੇ, ਭਰਮਾਂ ਦੇ, ਪਖੰਡਾਂ ਦੇ ਸ਼ਿਕਾਰ ਹੁੰਦੇ ਜਾ ਰਹੇ, ਔਰ ਉਹਨਾਂ ਚਿਰ ਹੁੰਦੇ ਰਹਾਂਗੇ ਜਿੰਨਾ ਚਿਰ ਸਾਡੇ ਅੰਦਰੋਂ ਚੇਤਨਤਾ ਪ੍ਰਗਟ ਨਹੀਂ ਹੋਵੇਗੀ। ਜਦੋਂ ਉਹ ਚੇਤਨਤਾ ਪ੍ਰਗਟ ਹੋਵੇਗੀ, ਉਹ ਕੇਵਲ ਸ਼ਬਦ ਦੇ ਸਦਕਾ ਹੋਵੇਗੀ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਲੇਹ, ਲਦਾਖ, ਨੀਮੋ ਇਹਨਾਂ ਇਲਾਕਿਆਂ ਦੇ ਵਿੱਚੋਂ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਮਟਨ ਪਹੁੰਚੇ ਨੇ। ਮਟਨ ਇੱਕ ਬ੍ਰਾਹਮਣ ਨੂੰ ਬਹੁਤ ਅਹੰਕਾਰ ਹੈ, ਮੇਰੇ ਕੋਲ ਗਿਆਨ ਬੜਾ ਹੈ। ਪੰਡਿਤ ਬ੍ਰਹਮ ਦੱਤ, ਨਰੈਣ ਦੱਤ ਦਾ ਪੁੱਤਰ, ਉਸ ਦਾ ਬੇਟਾ ਅੜੂ ਰਾਮ,
अड़ू राम का बेटा कृपा राम दत्त। हुण उहनूं बड़ा ज़्यादा अहंकार है। अहंकार किस चीज़ का है कि मैं हिंदू धर्म के चार वेद, छे शास्त्र, 18 पुराण, 27 सिमृतियां, 52 उपनिषद, एक गायत्री मंत्र, 108 दे 8 धर्म ग्रंथ पढ़े हुए, मेरे जिन्ना ज्ञान किसी को नहीं। और यह सब तो हानिकारक चीज़ होती है। ज्ञान होना बहुत चंगी गल है, तो ज्ञान का अहंकार होना सब तो माड़ी गल है। आ तुसीं वेख्या ना कुछ बाबिया के डेरिया के उपर लिखा होंगे 108 ब्रह्म व्यापी बाबा फलाना सिंह, इन्हों पता ही नहीं 108 का मतलब की है। जिस तरह तुम 5 साल MBBS करते हो, कोई थोड़े समय के BCOM करता है, कोई LLB करता है, कोई LLM करता है, एक खास डिग्री प्राप्त करने तो बाद अपने नाम के अगे उस डिग्री लिख सकते हो। जिन्हें गुरुकुल परंपरा के अनुसार इन्हों 108 धर्म ग्रंथों का अध्ययन किया हो ना, वह अपने अगे 108 शब्द की वरतों कर सकता है। तो हूँ जिन्होंने पंजाबी पढ़नी नहीं आती, उन्हों दी गड्डियां दे उपर भी 108 लिखा होंदा। मेरे लागे एक डेरा बाबे दा, उन्हें 1008 लिख दिता, 1008। मैं गया देखो, मैं क्या बाबा आ की करता है, 108 ते मन्या लोग लिख लेंदे ने, तू 1008 कित्थों पढ़ा ला, इन्ने तो उन्हें धर्म ग्रंथ ही नहीं है। इहदा मैनूं नहीं पता की मतलब होंदा, मैनूं तो इन्ना पता भी जिहड़ा गुआंढ च बाबा उन्हें 108 लिखा तो मैं 1 0 वत लौड़ी लौड़ी, मेरा डेरा वड्डा, मैं तो 0 वत लौड़ी लौड़ी। ਕਹਿੰਦਾ ਜੇ ਉਹਨੇ 1008 ਲਿਖਿਆ ਹੁੰਦਾ, ਮੈਂ 1 0 3 ਵੀ ਲਾ ਦੇਣੀਆਂ ਸੀ, ਮੈਂ 1 0 8 ਵੀ ਕਰ ਦੇਣਾ ਸੀ, ਪਰ ਉਹਦੇ ਮੂਲ ਮਕਸਦ ਦਾ ਨਹੀਂ ਪਤਾ, ਜਿਹਦਾ ਮੰਤਵ ਕੀ ਹੈ, ਬਸ ਲਿਖ ਲਿਆ ਸੀ ਗੱਡੀਆਂ ਦੇ ਉੱਪਰ, ਲਿਖ ਲਿਆ ਡੇਰਿਆਂ ਦੇ ਉੱਪਰ। ਸੋ ਉਹਨੂੰ ਇਹ ਅਹੰਕਾਰ ਹੈ ਕਿ ਮੈਂ ਬਹੁਤ ਕੁਛ ਜਾਣਦਾ। ਅਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਦੋਂ ਉਹਦੇ ਕੋਲ ਗਏ, ਉਹਦੇ ਕਿਤਾਬਾਂ ਦੇ ਅੰਬਾਰ ਨੂੰ, ਢੇਰ ਨੂੰ ਵੇਖਿਆ, ਅਤੇ ਉਹਦੇ ਉਸ ਗਿਆਨ ਦੇ ਅਹੰਕਾਰ ਨੂੰ ਵੇਖਿਆ ਨਾ, ਅਤੇ ਮੇਰੇ ਪਾਤਸ਼ਾਹ ਨੇ ਬੜੀ ਇੱਕ ਛੋਟੀ ਜਿਹੀ ਗੱਲ ਕੀਤੀ, ਉਹਦਾ ਮਤਲਬ ਬੜਾ ਵੱਡਾ ਸੀ। ਪਾਤਸ਼ਾਹ ਨੇ ਕਿਹਾ, ਨਾਨਕ ਲੇਖੇ ਇੱਕ ਗੱਲ ਹੋਰ ਹੋਮੇ ਝੱਖਣਾ ਚਾਰ, ਇੱਕ ਨਾਲ ਜੁੜ ਜਾਵੋਗੇ ਅਤੇ ਉਸ ਗਿਆਨ ਦੀ ਪ੍ਰਾਪਤੀ ਦੇ ਵਿੱਚੋਂ ਤੁਹਾਨੂੰ ਉਸ ਸਰਬ ਗਿਆਨ ਦੀ ਪ੍ਰਾਪਤੀ ਹੋ ਜਾਵੇਗੀ। ਬਾਕੀ ਜੇਕਰ ਕਿਤਾਬਾਂ ਪੜ੍ਹ ਕੇ ਮਨ ਦੇ ਅੰਦਰ ਅਹੰਕਾਰ ਨੂੰ ਹੀ ਪੈਦਾ ਕਰਨਾ, ਫਿਰ ਇਸ ਵਿੱਦਿਆ ਦਾ ਕੀ ਲਾਭ। ਇਹਦੇ ਨਾਲ ਤਾਂ ਨਿਰਮਾਣਤਾ ਆਉਣੀ ਚਾਹੀਦੀ ਹੈ, ਨੀਵਾਂਪਨ ਆਉਣਾ ਚਾਹੀਦਾ, ਉਧਾਰਤਾ ਆਉਣੀ ਚਾਹੀਦੀ ਹੈ, ਜੀਵਨ ਵਿੱਚ ਤਬਦੀਲੀ ਆਉਣੀ ਚਾਹੀਦੀ ਹੈ। ਜੇ ਪੜ੍ਹ ਕੇ ਅਹੰਕਾਰ ਨੇ ਜਨਮ ਲੈ ਲਿਆ। ਭਾਈ ਸਾਹਿਬ, ਭਾਈ ਗੁਰਦਾਸ ਨੇ ਇੱਕ ਬੜੀ ਪਿਆਰੀ ਉਦਾਹਰਣ ਦਿੱਤੀ ਹੈ, ਬਹੁਤ ਸੋਹਣੀ ਗੱਲ ਕਰਦੇ ਨੇ। ਵੈਸੇ ਇਸ ਜੇ ਖਾਨਦਾਨ ਦੀ ਗੱਲ ਕਰਾਂ, ਤੇ ਜਦੋਂ ਗੁਰੂ ਨਾਨਕ ਸਾਹਿਬ ਨੇ ਇੱਕ ਗੱਲ ਕਹੀ ਸੀ ਤਾਂ ਨਾਨਕ ਲਿਖੇ ਇੱਕ ਗੱਲ ਰਹੋਮੇ ਝੱਕਣਾ ਝਾਕ, ਤੇ ਇਹਨੇ ਉਦੋਂ ਹੀ ਆਪਣਾ ਜਨੇਊ ਲਾ ਕੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਗ੍ਰਹਿਣ ਕਰ ਲਈ ਸੀ। ਅੱਗੋਂ ਇਹਦਾ ਪੁੱਤਰ ਸੀ ਅੜੂ ਰਾਮ, ਅੜੂ ਰਾਮ ਦਾ ਪੁੱਤਰ ਸੀ ਕਿਰਪਾ ਰਾਮ ਦੱਤ, ਜਿਹੜਾ ਕਸ਼ਮੀਰ ਦੇ ਪੰਡਤਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਲੈ ਕੇ ਆਇਆ ਸੀ। ਗੁਰੂ ਸਾਹਿਬ ਦੀ ਇੱਥੇ ਸ਼ਹਾਦਤ ਹੋਈ ਅਤੇ ਕਿਰਪਾ ਰਾਮ ਦੱਤ ਅੰਮ੍ਰਿਤ ਛਕ ਕੇ ਕਿਰਪਾ ਸਿੰਘ ਬਣਿਆ ਅਤੇ ਆਪਣੇ ਦੋ ਪੁੱਤਰਾਂ ਦੇ ਨਾਲ ਚਮਕੌਰ ਦੀ ਗੜੀ ਵਿੱਚ ਜੂਝਦਾ ਹੋਇਆ ਸ਼ਹੀਦ ਹੋ ਗਿਆ ਸੀ। ਉਹ ਇਸ ਪਰਿਵਾਰ ਦੇ ਵਿੱਚ ਸੀ। ਇਹ ਹੈ ਜਿਨ੍ਹਾਂ ਦੇ ਉੱਪਰ ਗੁਰੂ ਰਹਿਮਤ ਕਰ ਦਿੰਦਾ ਹੈ। ਅਤੇ ਭਾਈ ਸਾਹਿਬ, ਭਾਈ ਗੁਰਦਾਸ ਨੇ ਇੱਕ ਬੜਾ ਪਿਆਰਾ ਪ੍ਰਮਾਣ ਦਿੱਤਾ। ਉਹ ਕਹਿੰਦੇ, ਗਿਆਨ ਹੋਣਾ ਬੜੀ ਚੰਗੀ ਗੱਲ ਹੈ, ਪਰ ਜਦੋਂ ਗਿਆਨ ਦਾ ਅਹੰਕਾਰ ਹੋ ਜਾਂਦਾ ਨਾ, ਫਿਰ ਪਰਮਾਤਮਾ ਉਸ ਅੱਤ ਦਾ ਅੰਤ ਵੀ ਕਰਦਾ, ਜਦੋਂ ਬੰਦੇ ਨੂੰ ਗਿਆਨ ਦਾ ਅਹੰਕਾਰ ਹੋ ਜਾਂਦਾ। ਕਹਿੰਦੇ ਇੱਕ ਪੰਡਿਤ ਨੂੰ ਬੜਾ ਅਹੰਕਾਰ ਹੋ ਗਿਆ ਕਿ ਮੇਰੇ ਕੋਲ ਬੜਾ ਜ਼ਿਆਦਾ ਗਿਆਨ ਹੈ, ਬਹੁਤ ਜ਼ਿਆਦਾ ਕਿਤਾਬਾਂ ਨੇ। ਰਾਜੇ ਦੇ ਦਰਬਾਰ ਦੇ ਵਿੱਚ ਆ ਗਿਆ ਅਤੇ ਰਾਜੇ ਦੇ ਦਰਬਾਰ ਦੇ ਵਿੱਚ ਆ ਕੇ ਉਸ ਅਹੰਕਾਰ 'ਚ ਕਹਿੰਦਾ, ਰਾਜਨ ਮੈਂ ਇਹ 108 ਧਰਮ ਗ੍ਰੰਥ ਪੜ੍ਹੇ ਹੋਏ, ਕੀ ਤੇਰੇ ਦਰਬਾਰ ਦੇ ਵਿੱਚ ਕੋਈ ਐਸਾ ਤੇਰਾ ਰਾਜਗੁਰੂ, ਰਾਜ ਪੰਡਿਤ, ਧਰਮ ਪੁਰੋਹਿਤ ਹੈ ਜਿਹੜਾ ਮੇਰੇ ਨਾਲ ਧਰਮ ਦੀ ਚਰਚਾ ਕਰ ਸਕੇ? ਅਤੇ ਜੇ ਕੋਈ ਮੇਰੇ ਨਾਲ ਧਰਮ ਦੀ ਚਰਚਾ ਨਹੀਂ ਕਰ ਸਕਦਾ, ਫਿਰ ਤੇਰਾ ਰਾਜਗੁਰੂ ਮੈਂ ਹੋਣਾ ਚਾਹੀਦਾ, ਮੇਰੇ ਕੋਲ ਗਿਆਨ ਜ਼ਿਆਦਾ। ਰਾਜੇ ਨੇ ਆਪਣੇ ਰਾਜਗੁਰੂ, ਰਾਜ ਪੰਡਿਤ, ਰਾਜ ਪੁਰੋਹਿਤ, ਧਰਮ ਗੁਰੂ ਸਾਰੇ ਬੁਲਾਏ, ਉਹਦੀਆਂ ਕਿਤਾਬਾਂ ਵੇਖ ਕੇ ਸਾਰੇ ਡਰ ਗਏ, ਕਹਿੰਦੇ ਨਹੀਂ ਅਸੀਂ ਇਹਦੇ ਨਾਲ ਚਰਚਾ ਨਹੀਂ ਕਰ ਸਕਦੇ। ਰਾਜੇ ਦੇ ਵਾਸਤੇ ਹੇਠੀ ਦੀ ਗੱਲ ਸੀ, ਇੱਕ ਰਾਜ ਦਾ ਮਾਲਕ ਹੋਵੇ ਅਤੇ ਉਸ ਰਾਜ ਦੇ ਵਿੱਚ ਇੱਕ ਵੀ ਐਸਾ ਵਿਅਕਤੀ ਨਾ ਹੋਵੇ ਜਿਹੜਾ ਧਰਮ ਦੀ ਚਰਚਾ ਕਰ ਸਕੇ। ਉਹਨੇ ਬਿਲਕੁਲ ਓਪਨਲੀ, ਖੁੱਲ੍ਹੇ ਆਮ ਇਹ ਢੰਡੋਰਾ ਫੜਾ ਦਿੱਤਾ ਕਿ ਜਿਹੜਾ ਵੀ ਇਸ ਪੁਰਸ਼ ਨੂੰ ਚਰਚਾ ਦੇ ਵਿੱਚ ਹਰਾ ਦੇਵੇਗਾ, ਮੈਂ ਅੱਧਾ ਰਾਜ ਦੇ ਦੇਵਾਂ। ਹੁਣ ਰਾਜੇ ਦਾ ਇਹ ਐਲਾਨ ਹੋਇਆ ਅਤੇ ਦੂਜੇ ਦਿਨ ਰਾਜੇ ਦੇ ਦਰਬਾਰ 'ਚ ਚਿੱਠੀ ਪਹੁੰਚਦੀ ਹੈ, ਰਾਜਾ ਮੈਂ ਤੈਨੂੰ ਮਿਲਣਾ ਚਾਹੁੰਦਾ ਅਤੇ ਮੈਂ ਇਸ ਪੰਡਿਤ ਨੂੰ ਚਰਚਾ 'ਚ ਹਰਾ ਸਕਦਾ। ਰਾਜੇ ਨੇ ਉਸ ਵਿਅਕਤੀ ਨੂੰ ਬੁਲਾ ਲਿਆ ਅਤੇ ਜਦੋਂ ਬੁਲਾ ਲਿਆ ਤਾਂ ਵੇਖ ਕੇ ਹੈਰਾਨ ਬੜਾ ਹੋਇਆ। ਜਿਹਨੇ ਚਿੱਠੀ ਭੇਜੀ ਸੀ ਉਹ 1 ਅੱਖ ਤੋਂ ਕਾਣਾ ਸੀ,
ਉਹ ਕੰਨਾਂ ਤੋਂ ਸੁਣ ਨਹੀਂ ਸੀ ਸਕਦਾ ਅਤੇ ਜ਼ਬਾਨ ਤੋਂ ਗੂੰਗਾ ਸੀ। ਰਾਜਾ ਹੱਸਿਆ, ਕਹਿੰਦਾ ਤੂੰ ਚਰਚਾ ਕਰੇਗਾ। ਉਸਨੇ ਲਿਖ ਕੇ ਜਵਾਬ ਦਿੱਤਾ, ਕਹਿੰਦਾ ਰਾਜਨ ਚਰਚਾ ਕਰੂੰਗਾ, ਚਰਚਾ ਜਿੱਤੂੰਗਾ ਵੀ, ਅਤੇ ਜੇ ਨਾ ਜਿੱਤ ਸਕਿਆ ਤਾਂ ਮੇਰਾ ਸਿਰ ਕਲਮ ਕਰ ਦੇਵੀਂ। ਉਹਨੇ ਇੰਨੀ ਜ਼ਿਆਦਾ ਦ੍ਰਿੜਤਾ ਦੇ ਨਾਲ, ਕੌਨਫੀਡੈਂਸ ਦੇ ਨਾਲ ਇਹ ਗੱਲ ਕੀਤੀ, ਰਾਜਾ ਤਿਆਰ ਹੋ ਗਿਆ। ਅਗਲੇ ਦਿਨ ਦਰਬਾਰ ਲੱਗਾ, ਸਾਰੇ ਸ਼ਹਿਰ ਦੇ ਲੋਕ ਚਰਚਾ ਨੂੰ ਵੇਖਣ ਦੇ ਵਾਸਤੇ ਆ ਗਏ। ਰਾਜਾ ਵਿਚਕਾਰ ਬੈਠਾ, ਇੱਕ ਪਾਸੇ ਉਹ ਵਿਦਵਾਨ ਪੰਡਿਤ ਆਪਣੀਆਂ ਕਿਤਾਬਾਂ ਲੈ ਕੇ ਬਹਿ ਗਿਆ, ਇੱਕ ਪਾਸੇ ਉਹ ਗੂੰਗਾ ਅਤੇ ਬੋਲਾ ਵਿਅਕਤੀ ਬੈਠ ਗਿਆ। ਕਾਣਾ ਵੀ ਸੀ ਇੱਕ ਅੱਖ ਤੋਂ, ਅਤੇ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ, ਗੋਸ਼ਟ ਗੰਗੇ ਤੇਲੀਏ ਪੰਡਿਤ ਨਾਲ ਹੋਵੇ ਜੱਗ ਵੇਖੇ। ਉਸ ਚਰਚਾ ਨੂੰ ਵੇਖਣ ਦੇ ਵਾਸਤੇ ਸਾਰਾ ਜਗਤ ਇਕੱਠਾ ਹੋ ਗਿਆ ਕਿ ਬੜੀ ਵਿਲੱਖਣ ਚਰਚਾ ਹੋਣੀ ਹੈ। ਲਿਖ ਕੇ ਪੰਡਿਤ ਉਸਨੂੰ ਕਹਿੰਦਾ, ਕਹਿੰਦਾ ਨਾ ਤਾਂ ਤੂੰ ਬੋਲ ਸਕਦਾ, ਨਾ ਤੂੰ ਸੁਣ ਸਕਦਾ, ਚਰਚਾ ਕਿਵੇਂ ਕਰੇਗਾ? ਉਹਨੇ ਲਿਖ ਕੇ ਜਵਾਬ ਦਿੱਤਾ, ਚਰਚਾ ਇਸ਼ਾਰਿਆਂ ਦੇ ਨਾਲ ਕਰਾਂਗਾ। ਉਸਨੇ ਫਿਰ ਲਿਖ ਕੇ ਪੁੱਛਿਆ, ਪਹਿਲਾ ਸਵਾਲ ਕੌਣ ਕਰੇਗਾ? ਉਸਨੇ ਲਿਖ ਕੇ ਜਵਾਬ ਦਿੱਤਾ, ਪੰਡਿਤ ਜੀ ਪਹਿਲਾ ਸਵਾਲ ਤੁਸੀਂ ਕਰੋਗੇ। ਪੰਡਿਤ ਨੇ ਪੁੱਛਿਆ, ਸਵਾਲ ਕਿੰਨੇ ਹੋਣਗੇ? ਉਹਨੇ ਕਿਹਾ, ਤੁਸੀਂ ਆਪਣੀ ਇੱਛਾ ਦੇ ਨਾਲ ਨਿਰਧਾਰਿਤ ਕਰ ਲਓ। ਪੰਡਿਤ ਨੇ ਲਿਖ ਕੇ ਕਿਹਾ, ਦੋ ਸਵਾਲ ਹੋਣਗੇ, ਜੇ ਤੂੰ ਦੋਵਾਂ ਦੇ ਜਵਾਬ ਦੇ ਦਿੱਤੇ ਮੈਂ ਹਾਰ ਤਸਲੀਮ ਕਰ ਲਵਾਂਗਾ। ਇਹ ਗੱਲ ਤੈਅ ਹੋ ਗਈ। ਹੁਣ ਰਾਜੇ ਦੇ ਸਾਹਮਣੇ ਇਸ਼ਾਰਿਆਂ 'ਚ ਚਰਚਾ ਸ਼ੁਰੂ ਹੋਈ ਹੈ ਅਤੇ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ, ਸਵਾਲ ਕੀਤਾ ਪੰਡਿਤ ਨੇ, ਖੜੀ ਕਰੇ ਇੱਕ ਉਂਗਲੀ। ਪੰਡਿਤ ਨੇ ਇੱਕ ਉਂਗਲੀ ਖੜੀ ਕੀਤੀ ਹੈ, ਗੂੰਗਾ ਦੋਏ ਹਿਲਾਏ ਅਰੇਖੇ, ਗੂੰਗੇ ਨੇ ਅੱਗੋਂ ਦੋ ਉਂਗਲਾਂ ਖੜੀਆਂ ਕਰ ਦਿੱਤੀਆਂ। ਪੰਡਿਤ ਚੁੱਪ ਸ਼ਾਂਤ। ਅਗਲਾ ਸਵਾਲ, ਫਿਰ ਹਿਲਾਏ ਪੰਜ ਉਂਗਲਾਂ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ, ਪੰਜ ਉਂਗਲਾਂ ਖੜੀਆਂ ਕਰ ਦਿੱਤੀਆਂ, ਗੂੰਗਾ ਮੁੱਠ ਹਿਲਾਏ ਅਰੇਖੇ, ਗੂੰਗੇ ਨੇ ਮੁੱਠੀ ਬੰਦ ਕਰਕੇ ਤਰਾ ਅੱਗੇ ਕਰ ਦਿੱਤਾ। ਪੰਡਿਤ ਜੀ ਨੇ ਆਪਣੀਆਂ ਕਿਤਾਬਾਂ ਲਾਂਭੇ ਕੀਤੀਆਂ ਅਤੇ ਮੱਥਾ ਟੇਕ ਦਿੱਤਾ। ਲੋਕ ਬੜੇ ਹੈਰਾਨ ਹੋਏ, ਸਵਾਲ ਕੀ ਹੋਏ, ਜਵਾਬ ਕੀ ਹੋਏ, ਪੰਡਿਤ ਨੇ ਹਾਰ ਕਿਉਂ ਮੰਨ ਲਈ? ਸਾਰੇ ਲੋਕ ਇਕੱਠੇ ਹੋ ਕੇ ਪੰਡਿਤ ਦੇ ਕੋਲ ਗਏ, ਪੰਡਿਤ ਜੀ ਸਵਾਲ ਕੀ ਹੋਏ, ਸਾਨੂੰ ਪਤਾ ਨਹੀਂ ਲੱਗਾ, ਜਵਾਬ ਕੀ ਸੀ, ਸਾਨੂੰ ਪਤਾ ਨਹੀਂ ਲੱਗਾ, ਤੁਸੀਂ ਹਾਰ ਕਿਉਂ ਮੰਨ ਲਈ? ਕਹਿੰਦਾ ਉਹਨੇ ਦੋਵਾਂ ਸਵਾਲਾਂ ਦੇ ਠੀਕ ਜਵਾਬ ਦਿੱਤੇ। ਕਹਿੰਦਾ ਮੈਂ ਪਹਿਲਾ ਸਵਾਲ ਕੀਤਾ ਸੀ, ਪਰਮਾਤਮਾ ਇੱਕ ਹੈ। ਕਹਿੰਦਾ ਉਹਨੇ ਜਵਾਬ ਦਿੱਤਾ, ਬੇਸ਼ੱਕ ਪਰਮਾਤਮਾ ਇੱਕ ਹੈ, ਪਰਮਾਤਮਾ ਦੇ ਦੋ ਰੂਪ ਨੇ, ਇੱਕ ਨਿਰਾਕਾਰ ਅਤੇ ਇੱਕ ਸਰਾਕਾਰ। ਇੱਕ ਸਰਾਕਾਰ ਹੈ ਜਦੋਂ ਅਸੀਂ ਕਹਿੰਦੇ ਘੱਟ ਘੱਟ ਮਿਹਰ ਜੂ ਬਸੇ, ਜਾਂ ਕਹਿੰਦੇ ਅਸੀਂ ਸਭੇ ਘੱਟ ਰਾਮ ਬੋਲੇ, ਜਿਹੜਾ ਨਜ਼ਰ ਆ ਰਿਹਾ ਕੁਦਰਤ ਦੇ ਰੂਪ 'ਚ। ਇੱਕ ਨਿਰਾਕਾਰ ਹੈ ਜਿਨ ਉਪਾਈ ਰੰਗ ਰਵਾਈ ਬੈਠਾ ਵੇਖੇ ਵੱਖ ਅਕੇਲਾ, ਜਿਹੜਾ ਸਾਨੂੰ ਨਜ਼ਰ ਨਹੀਂ ਆ ਰਿਹਾ, ਜਿਹਨੂੰ ਅਸੀਂ ਕਹਿੰਦੇ ਅਕਾਲ ਮੂਰਤ, ਜਿਹਨੂੰ ਅਸੀਂ ਕਹਿੰਦੇ ਅਜੂਨੀ, ਜਿਹਨੂੰ ਅਸੀਂ ਕਹਿੰਦੇ ਸਵੈ ਭੰਗ, ਜਿਹਨੂੰ ਅਸੀਂ ਕਹਿੰਦੇ ਕਰਤਾ ਪੁਰਖ, ਉਹ ਹੈ ਨਜ਼ਰ ਨਹੀਂ ਆ ਰਿਹਾ, ਪਰ ਉਹਦਾ ਸਰਾਕਾਰ ਸਾਡੇ ਸਾਰਿਆਂ ਦੇ 'ਚ ਹੈ। ਸਭ ਮੈਂ ਜੋਤ ਜੋਤ ਹੈ, ਸੋ ਇਹ ਤਿਸ ਦੇ ਚਾਨਣ, ਸਭ ਦੇ ਚਾਨਣ ਹੋਏ। ਉਹ ਚਾਨਣ ਵਾਲਾ ਨਿਰਾਕਾਰ ਹੈ, ਉਹਦੀ ਜੋਤ ਸਾਰਿਆਂ 'ਚੋਂ ਸਰਾਕਾਰ ਹੈ। ਜਵਾਬ ਦਰੁਸਤ ਸੀ। ਕਹਿੰਦਾ ਮੈਂ ਦੂਜਾ ਸਵਾਲ ਕੀਤਾ ਕਿ ਸੰਸਾਰ ਪੰਜਾਂ ਤੱਤਾਂ ਤੋਂ ਬਣਿਆ ਹੋਇਆ, ਅਗਨੀ, ਹਵਾ, ਪਾਣੀ, ਧਰਤੀ, ਮਿੱਟੀ, ਆਕਾਸ਼। ਕਹਿੰਦਾ ਉਹਨੇ ਜਵਾਬ ਦਿੱਤਾ ਕਿ ਬੇਸ਼ੱਕ ਪੰਜਾਂ ਤੱਤਾਂ ਤੋਂ ਬਣਿਆ, ਪਰ ਪੰਚ ਭੂਤ ਸੱਚ ਪੈਰ ਅਤੇ ਜਿੰਨਾ ਚਿਰ ਇਹ ਇਕੱਠੇ ਨਹੀਂ ਹੁੰਦੇ ਉਹਨਾਂ ਚਿਰ ਤੱਕ ਸੰਸਾਰ ਨਹੀਂ ਬਣਦਾ। ਅਗਨੀ ਵੱਖਰੀ ਹੈ, ਮਿੱਟੀ ਵੱਖਰੀ ਹੈ, ਜਿੰਨਾ ਚਿਰ ਇਹ ਇਕੱਠੇ ਨਹੀਂ ਹੁੰਦੇ। ਬੇਸ਼ੱਕ ਪੰਜ ਤੱਤ ਨੇ, ਪਰ ਸੰਸਾਰ ਦੀ ਰਚਨਾ ਦੇ ਵਾਸਤੇ ਪੰਜ ਤੱਤਾਂ ਦਾ ਇਕੱਠੇ ਹੋਣਾ ਜ਼ਰੂਰੀ ਹੈ। ਸਾਡਾ ਸਰੀਰ ਹੈ ਨਾ, ਇਹਦੇ 'ਚ ਪੰਜ ਤੱਤ ਨੇ, ਸਾਡੇ 'ਚ ਅਗਨ ਵੀ ਹੈ, ਸਾਡੇ 'ਚ ਪਾਣੀ ਵੀ ਹੈ, ਸਾਡੇ 'ਚ ਹਵਾ ਵੀ ਹੈ, ਸਾਡੇ ਜਿਸਮ ਦੀ ਮਿੱਟੀ ਵੀ ਹੈ, ਸਾਡੇ 'ਚ ਆਕਾਸ਼ ਵੀ ਹੈ ਕਿ ਅਸੀਂ ਇੱਕ ਜਗ੍ਹਾ ਨੂੰ ਘੇਰਿਆ ਹੋਇਆ। ਮੈਂ ਜਿੱਥੇ ਖੜ੍ਹਾ ਮੈਂ ਇੱਕ ਜਗ੍ਹਾ ਨੂੰ ਘੇਰਿਆ ਹੋਇਆ। ਇਹ ਜਿਹੜਾ ਵੈਕਿਊਮ ਹੈ, ਜਿਹੜੀ ਮੇਰੀ ਜਗ੍ਹਾ ਹੈ, ਸਪੇਸ ਹੈ, ਉਹ ਆਕਾਸ਼ ਹੈ। ਕਹਿੰਦਾ ਉਹਨੇ ਜਵਾਬ ਦਿੱਤਾ ਕਿ ਜਿੰਨਾ ਚਿਰ ਪੰਜ ਇਕੱਠੇ ਨਹੀਂ ਹੁੰਦੇ ਉਹਨਾਂ ਚਿਰ ਕੁਝ ਵੀ ਹੋਣ ਦੇ ਵਿੱਚ ਨਹੀਂ ਆਉਂਦਾ। ਲੋਕ ਬੜੇ ਹੈਰਾਨ, ਬੰਦਾ ਤਾਂ ਆਮ ਸੀ, ਜਵਾਬ ਕਿਵੇਂ ਦੇ ਗਿਆ, ਔਰ ਇੰਨੇ ਸੋਹਣੇ ਜਵਾਬ ਕਿਵੇਂ ਦੇ ਗਿਆ? ਹੁਣ ਸਾਰੇ ਇਕੱਠੇ ਹੋ ਕੇ ਉਹਦੇ ਕੋਲ ਚਲੇ ਗਏ, ਲਿਖ ਕੇ ਉਹਨੂੰ ਸਵਾਲ ਪੁੱਛਦੇ ਨੇ, ਲਿਖ ਕੇ ਉਹ ਜਵਾਬ ਦਿੰਦਾ। ਕਹਿੰਦੇ ਤੇਰੇ ਕੋਲ ਇੰਨਾ ਗਿਆਨ ਕਿੱਥੋਂ ਆਇਆ ਕਿ ਤੂੰ ਇੰਨੇ ਔਖੇ ਸਵਾਲਾਂ ਦੇ ਜਵਾਬ ਦੇ ਦਿੱਤੇ? ਅਤੇ ਉਹ ਲਿਖ ਕੇ ਪਤਾ ਕੀ ਕਹਿੰਦਾ, ਕਹਿੰਦਾ ਸਾਡਾ ਤਾਂ ਰਾਜਾ ਹੀ ਕਮਲਾ। ਰਾਜੇ ਨੇ ਜਿਹੜੇ ਬੰਦੇ ਨੂੰ ਮੇਰੇ ਸਾਹਮਣੇ ਚਰਚਾ ਲਈ ਬਿਠਾ ਲਿਆ, ਉਹਨੂੰ ਤਾਂ ਚਰਚਾ ਦੇ ਅਸੂਲ ਦਾ ਨਹੀਂ ਪਤਾ, ਉਹਨੂੰ ਤਾਂ ਐਟੀਕੇਟ ਹੀ ਨਹੀਂ ਹੈਗੇ। ਕਹਿੰਦਾ ਫਿਰ ਕੀ ਹੋਇਆ, ਮੈਂ ਕਾਣਾ ਹੈ, ਮੇਰੀ ਇੱਕ ਅੱਖ ਹੈ। ਕਹਿੰਦਾ ਮੈਂ ਜਾ ਕੇ ਬੈਠਾ ਅਤੇ ਮੈਨੂੰ ਉਂਗਲੀ ਕਰਕੇ ਕਹਿੰਦਾ ਤੇਰੀ ਇੱਕ ਅੱਖ ਹੈ, ਮੈਂ ਤੇਰੀ ਦੂਜੀ ਵੀ ਉਂਗਲ ਨਾਲ ਕੱਢ ਦੇਣੀ। ਕਹਿੰਦਾ ਮੈਨੂੰ ਬੜਾ ਗੁੱਸਾ ਚੜਿਆ, ਮੈਂ ਕਿਹਾ ਤੂੰ ਮੇਰੀ ਇੱਕ ਕੱਢੇਗਾ, ਮੈਂ ਤੇਰੀਆਂ ਦੋਵੇਂ ਕੱਢ ਦੂੰ। ਕਹਿੰਦਾ ਮੈਂ ਅੱਗੋਂ ਦੋ ਉਂਗਲਾਂ ਖੜੀਆਂ ਕਰ ਦਿੱਤੀਆਂ, ਤੂੰ ਮੇਰੀ ਇੱਕ ਅੱਖ ਕੱਢੇਗਾ? ਕਹਿੰਦਾ ਫਿਰ ਮੈਨੂੰ ਥੱਪੜ ਵਿਖਾਇਆ ਅਤੇ ਕਹਿੰਦਾ ਫਿਰ ਮੈਨੂੰ ਹੋਰ ਗੁੱਸਾ ਚੜਿਆ। ਕਹਿੰਦਾ ਮੈਂ ਅੱਗੋਂ ਮੁੱਕੀ ਗਈ, ਜਾੜਾਂ ਦੋਵੇਂ ਕੱਢ ਸਾਂ ਕਿ ਮੈਂ ਮੁੱਕੀ ਮਾਰ ਕੇ ਤੇਰੀਆਂ ਦਾੜਾਂ ਬਾਹਰ ਕੱਢ ਦੂੰਗਾ।
ਤੇ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਕਿ ਜਿਹੜੇ ਅਹੰਕਾਰ ਕਰਦੇ ਨੇ ਨਾ ਮੂਰਖ ਪੰਡਿਤ ਹੁਕਮ ਸਿੱਖ ਹੈ। ਫਿਰ ਇਹ ਹਾਲ ਹੁੰਦਾ ਹੈ। ਗਿਆਨ ਹੋਣਾ ਬੜੀ ਚੰਗੀ ਗੱਲ ਹੈ, ਪਰ ਗਿਆਨ ਦਾ ਅਹੰਕਾਰ ਹੋਣਾ ਜਿਹੜਾ ਇਹ ਸਭ ਤੋਂ ਮਾੜੀ ਗੱਲ ਹੈ। ਔਰ ਸੱਚ ਜਾਣਿਓ ਉਸੇ ਅਗਿਆਨ ਦੇ ਵਿੱਚ, ਇੱਕ ਤਾਂ ਗਿਆਨ ਹੈ ਇੱਕ ਅਗਿਆਨ ਹੈ, ਉਸੇ ਅਗਿਆਨ ਦੇ ਵਿੱਚ ਅਸੀਂ ਧਰਮ ਤੋਂ ਦੂਰ ਹੁੰਦੇ ਜਾ ਰਹੇ। ਵਕਤ ਥੋੜ੍ਹਾ ਜ਼ਿਆਦਾ ਹੋ ਗਿਆ ਜੀ, ਸਮਾਪਤੀ ਇਹ ਤੁਸੀਂ ਦੱਸ ਦਿਓ ਜੀ, ਮੈਂ ਜਾਰੀ ਰੱਖਾਂ ਕਿ ਚਲੋ ਠੀਕ ਹੈ, ਜਿਹਨੇ ਜਾਣਾ ਹੋਈ ਸ਼ਾਂਤੀ ਨਾਲ ਚਲੇ ਜੇ, ਆਪਾਂ ਕੁਛ ਵਕਤ ਹੋਰ ਲਾ ਲਈਏ। ਜਿੰਨਾ ਚਿਰ ਅਗਿਆਨ ਦਾ ਹਨੇਰਾ ਹੈ ਉਹਨਾਂ ਚਿਰ ਸਾਡੇ ਕੋਲ ਗਿਆਨ ਦੀ ਚੇਤਨਤਾ ਹੈ। ਔਰ ਮੈਂ ਵੇਖਦਾ ਕਿ ਅਸੀਂ ਉਹ ਕਰਮ ਕਰਦੇ ਜਾ ਰਹੇ ਹਾਂ ਜਿਹਨਾਂ ਕਰਮਾਂ ਤੋਂ ਸਾਨੂੰ ਗੁਰੂ ਪਾਤਸ਼ਾਹ ਨੇ ਵਰਜਿਆ, ਜਾਂ ਫਿਰ ਉਹ ਕਰਮ ਕੀਤੇ ਜਾਂਦੇ ਨੇ ਜਿਹਨਾਂ ਦੇ ਪਿਛੋਕੜ ਦਾ ਸਾਨੂੰ ਨਹੀਂ ਪਤਾ। ਵਿਆਹ ਸ਼ਾਦੀਆਂ ਹੁੰਦੇ ਨੇ ਘਰਾਂ ਦੇ ਵਿੱਚ, ਤੁਸੀਂ ਅਕਸਰ ਵੇਖਿਆ ਹੋਵੇਗਾ, ਬੱਚੀ ਦੇ ਹੱਥ ਦੇ ਉੱਪਰ ਕਲੀਰੇ ਬੰਨ ਦਿੱਤੇ ਜਾਂਦੇ ਨੇ। ਕੀ ਕਦੀ ਇਸ 'ਤੇ ਪਿਛੋਕੜ ਨੂੰ ਜਾਣਨ ਦਾ ਯਤਨ ਕੀਤਾ ਹੈ? ਕਿਉਂ, ਕੀ ਜੇਕਰ ਇਹ ਨਹੀਂ ਬੰਨੇ ਜਾਣਗੇ ਆਨੰਦ ਕਾਰਜ ਨਹੀਂ ਹੋਵੇਗਾ? ਕੀ ਆਨੰਦ ਕਾਰਜ ਦੇ ਵਿੱਚ ਕੋਈ ਘਾਟ ਰਹਿ ਜਾਵੇਗੀ? ਕੀ ਇਹਨਾਂ ਤੋਂ ਬਿਨਾਂ ਜਿਹੜੀ ਲੜਕੀ ਹੈ ਉਹਦਾ ਵਿਆਹ ਦਾ ਜਿਹੜਾ ਉਹ ਕਹਿ ਸਕਦੇ ਹੋ ਰਸਮ ਹੈ, ਰਵਾਇਤ ਹੈ, ਅਧੂਰੀ ਰਹਿ ਜਾਵੇਗੀ? ਨਹੀਂ, ਇਹਦੇ ਪਿਛੋਕੜ ਨੂੰ ਸਮਝਣ ਦਾ ਕਦੇ ਯਤਨ ਕੀਤਾ? ਸ਼ਬਦ ਕਲੀਰੇ ਨਹੀਂ ਹੈ, ਸ਼ਬਦ ਕਲੀਅਰ ਹੈ। ਕਲੀਅਰ ਪਿੰਡ ਹੈ ਜਿਹੜਾ ਹਰਿਦੁਆਰ ਤੋਂ 26 ਕਿਲੋਮੀਟਰ ਦੂਰ ਹੈ। ਫਰੀਦ ਸਾਹਿਬ ਦੇ ਬਾਰੇ ਜਾਣਦੇ ਹੋ ਤੁਸੀਂ, ਜਿਹਨਾਂ ਦੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ? ਇਹ ਫਰੀਦ ਸਾਹਿਬ ਦੇ ਸਮੇਂ ਦੀ ਘਟਨਾ ਹੈ। ਫਰੀਦ ਸਾਹਿਬ ਦੇ ਕੋਲ ਇੱਕ ਸ਼ਿਕਾਇਤ ਪਹੁੰਚੀ ਹੈ ਇਸ ਹਰਿਦੁਆਰ ਦੇ ਲਾਗੇ ਲੋਕਾਂ ਦੀ ਕਿ ਇੱਕ ਪਿੰਡ ਦੇ ਵਿੱਚ ਕੁਝ ਧਾਰਮਿਕ ਲੋਕਾਂ ਨੂੰ ਬਹੁਤ ਗੁਬਰਾਹ ਕਰਦੇ ਨੇ। ਉਹ ਜਿਹੜੀ ਵੀ ਬੱਚੀ ਵਿਆਹ ਦੇ ਕਾਬਲ ਹੁੰਦੀ, ਜਵਾਨ ਹੁੰਦੀ ਹੈ, ਕਹਿ ਦਿੰਦੇ ਨੇ ਇਹਦੇ ਉੱਪਰ ਕਿਸੇ ਪ੍ਰੇਤ ਆਤਮਾ ਦਾ ਸਾਇਆ, ਅਤੇ ਉਹਨੂੰ ਸਾਡੇ ਧਾਰਮਿਕ ਆਸ਼ਰਮ 'ਚ ਭੇਜੋ ਅਤੇ ਉਸਦਾ ਸਰੀਰਕ ਅਤੇ ਆਰਥਿਕ ਸ਼ੋਸ਼ਣ ਕੀਤਾ ਜਾਂਦਾ। ਇਸ ਚੀਜ਼ ਨੂੰ ਰੋਕਣਾ ਹੈ, ਅਤੇ ਰੋਕਣ ਵਾਸਤੇ ਕਿਸੇ ਨੂੰ ਭੇਜਿਆ? ਫਰੀਦ ਸਾਹਿਬ ਦੇ 2 ਬੜੇ ਕਾਮਲ ਚੇਲੇ ਸੀ, ਇੱਕ ਤੋਂ ਨਿਜ਼ਾਮੀ ਸਿਲਸਿਲਾ ਚੱਲਿਆ ਹੈ, ਇੱਕ ਤੋਂ ਸਾਬਰੀ ਚੱਲਿਆ ਹੈ, ਇੱਕ ਤੁਹਾਡੇ ਦਿੱਲੀ ਦੇ ਹਜ਼ਰਤ ਨਿਜ਼ਾਮੂਦੀਨ ਔਲੀਆ, ਅਤੇ ਦੂਸਰੇ ਸੀ ਅਲਾਉਦੀਨ ਅਲੀ ਅਹਿਮਦ ਸਾਬਰੀ। ਇਹ ਵੀ ਬੜੇ ਉਹਨਾਂ ਦੇ ਮਸ਼ਹੂਰ ਚੇਲੇ ਸੀ, ਜਿਹੜੇ ਬਾਬਾ ਭੀਖਣ ਸ਼ਾਹ ਉਹ ਉਸ ਪਰਿਵਾਰ ਦੇ ਵਿੱਚੋਂ ਹੋਏ ਨੇ, ਪੀਰ ਬੁੱਧੂ ਸ਼ਾਹ ਨਿਜ਼ਾਮੀ ਖਾਨਦਾਨ ਦੇ ਵਿੱਚੋਂ ਹੋਏ ਨੇ। ਸੋ ਖੈਰ, ਇਹ ਗੱਲ ਵਿਸ਼ਾ ਵੱਖਰਾ ਹੈ। ਬਾਬਾ ਫਰੀਦ ਜੀ ਅਲਾਉਦੀਨ ਅਲੀ ਅਹਿਮਦ ਸਾਬਰ ਜੀ ਨੂੰ ਕਹਿੰਦੇ ਨੇ, ਕਹਿੰਦੇ ਤੁਸੀਂ ਉਸ ਪਿੰਡ ਦੇ ਵਿੱਚ ਜਾਓ ਅਤੇ ਲੋਕਾਂ ਨੂੰ ਇਸ ਕੰਮ ਤੋਂ ਵਰਜੋ। ਹੁਣ ਮੈਂ ਪਹਿਲਾਂ ਆਰੰਭ ਦੇ ਵਿੱਚ ਗੱਲ ਕਹੀ ਸੀ ਨਾ ਕਿ ਜਦੋਂ ਮਨ ਦੇ ਅੰਦਰ ਵਹਿਮ ਪੈ ਜਾਂਦਾ ਹੈ ਨਾ, ਅਤੇ ਉਹਨੂੰ ਕਿਸੇ ਵਿਗਿਆਨਕ ਢੰਗ ਨਾਲ ਹੀ ਦੂਰ ਕੀਤਾ ਜਾਂਦਾ। ਸਾਬਰੀ ਸਾਹਿਬ ਉੱਥੇ ਗਏ, ਉੱਥੇ ਜਾ ਕੇ ਉਹਨੇ ਪਿੰਡ ਦੇ ਲੋਕਾਂ ਨੂੰ ਇਕੱਠਾ ਕੀਤਾ ਅਤੇ ਉਹਨਾਂ ਨੂੰ ਕਿਹਾ ਕਿ ਮੈਂ 40 ਦਿਨ ਤੁਹਾਡੇ ਇਸ ਪਿੰਡ ਦੇ ਵਿੱਚ ਬੰਦਗੀ ਕਰਨੀ ਹੈ, ਅਤੇ 40 ਦਿਨ ਬੰਦਗੀ ਕਰਨ ਤੋਂ ਬਾਅਦ ਜੋ ਮੈਂ ਤੁਹਾਨੂੰ ਦੇਵਾਂਗਾ ਨਾ, ਉਹਦੇ ਨਾਲ ਤੁਹਾਡੇ ਉੱਪਰ ਕਦੀ ਪ੍ਰੇਤ ਆਤਮਾ ਦਾ ਸਾਇਆ ਨਹੀਂ ਆਵੇਗਾ, ਤੁਹਾਡੀਆਂ ਬੱਚੀਆਂ ਉਸ ਚੀਜ਼ ਤੋਂ ਮੁਕਤ ਹੋ ਜਾਣਗੀਆਂ। ਲੋਕ ਖੁਸ਼ ਹੋ ਗਏ। ਉਹਨਾਂ ਨੇ 40 ਦਿਨ ਬੰਦਗੀ ਕਰਨ ਤੋਂ ਬਾਅਦ, ਆ ਹੁਣ ਤਾਂ ਨਹੀਂ ਹੁੰਦੀਆਂ ਕੌਡੀਆਂ ਹੁੰਦੀਆਂ ਸੀ, ਲਾਲ ਧਾਗੇ 'ਚ ਬੰਨੀਆਂ ਹੁੰਦੀਆਂ ਸੀ, ਉਹਨਾਂ ਨੇ ਕੌਡੀਆਂ ਦੇ ਦਿੱਤੀਆਂ ਹਰ ਪਰਿਵਾਰ ਨੂੰ ਇੱਕ ਇੱਕ ਕਿ ਆਪਣੀ ਬੱਚੀ ਦੇ ਹੱਥ 'ਤੇ ਬੰਨ੍ਹ, ਇਹਨੂੰ ਪ੍ਰੇਤ ਦਾ ਸਾਇਆ ਨਹੀਂ ਪਵੇਗਾ। ਦਰਅਸਲ ਹੈ ਕੁਛ ਨਹੀਂ ਸੀ, ਪਰ ਵਹਿਮ ਨੂੰ ਕੱਢਣ ਦੇ ਵਾਸਤੇ ਇਸ ਚੀਜ਼ ਦੀ ਲੋੜ ਸੀ। ਲੋਕਾਂ ਦੇ ਮਨ 'ਚੋਂ ਵਹਿਮ ਨਿਕਲ ਗਿਆ, ਉਸ ਨੂੰ ਕਲੀਰੇ ਕਿਹਾ ਜਾਣ ਲੱਗਾ। ਆ ਹੁਣ ਬੜੇ ਨਵੀਂ ਤਰ੍ਹਾਂ ਦੇ ਆ ਗਏ ਨੇ, ਪੁਰਾਣੀਆਂ ਬਜ਼ੁਰਗ ਮਾਤਾ ਨੂੰ ਪਤਾ ਨੇ, ਲਾਲ ਧਾਗੇ ਵਿੱਚ ਕੌਡੀਆਂ ਅਤੇ ਠੂਠੀ ਬੰਨੀ ਹੁੰਦੀ ਸੀ, ਉਹਨੂੰ ਕਲੀਰੇ ਕਿਹਾ ਜਾਂਦਾ ਸੀ। ਹੁਣ ਤਾਂ ਬੜੇ ਡਿਜ਼ਾਈਨਾਂ ਦੇ ਆ ਗਏ, ਮਹਿੰਗੇ ਆ ਗਏ, ਸਸਤੇ ਆ ਗਏ, ਉਹ ਗੱਲਾਂ ਵੱਖਰੀਆਂ ਨੇ, ਪਰ ਇਹ ਰਸਮ ਇੱਥੋਂ ਸ਼ੁਰੂ ਹੋਈ। ਇਹਦਾ ਪਿਛੋਕੜ ਇਹ ਸੀ, ਇਹਦੇ ਪਿਛੋਕੜ ਦੇ ਪਿੱਛੇ ਇਹ ਗੱਲ ਜੁੜੀ ਹੈ ਕਿ ਲੋਕਾਂ ਨੂੰ ਉਸ ਵਹਿਮ ਦੇ ਵਿੱਚੋਂ, ਜਾਂ ਜਿਹੜਾ ਸਾਡੀਆਂ ਬੱਚੀਆਂ ਦਾ ਸ਼ੋਸ਼ਣ ਹੋ ਰਿਹਾ ਸੀ ਉਹਦੇ ਤੋਂ ਉਹਨਾਂ ਨੂੰ ਮੁਕਤ ਕਿਵੇਂ ਕਰਨਾ। ਇਸੇ ਤਰ੍ਹਾਂ ਕੋਈ ਸਮਾਂ ਸੀ ਜਦੋਂ ਬਰਾਤਾਂ ਲੁੱਟ ਲਈਆਂ ਜਾਂਦੀਆਂ ਸੀ, ਰਾਤ ਦੇ ਵਿਆਹ ਹੁੰਦੇ ਸੀ, ਮੁਗਲ ਹਾਕਮ ਜਿਹੜੇ ਸੀਗੇ ਉਹ ਬਰਾਤ ਨੂੰ ਰਾਹ 'ਚ ਲੁੱਟ ਲੈਂਦੇ ਸੀ। ਇਸ ਲੁੱਟਮਾਰ ਦੇ ਵਿੱਚ ਕਈ ਵਾਰੀ ਲਾੜਾ ਵੀ ਮਾਰਿਆ ਜਾਂਦਾ ਸੀ। ਹੁਣ ਅੱਜ ਕੱਲ੍ਹ ਤਾਂ ਲੜਕਾ ਅਤੇ ਲੜਕੀ ਵਿਆਹ ਤੋਂ ਪਹਿਲਾਂ ਹੀ ਆਪਸ 'ਚ ਇੱਕ ਦੂਜੇ ਨੂੰ ਜਾਣਨਾ ਸ਼ੁਰੂ ਕਰ ਦਿੰਦੇ ਨੇ, ਉਦੋਂ ਤਾਂ ਵੇਖਿਆ ਵੀ ਨਹੀਂ ਸੀ ਹੁੰਦਾ। ਹੁਣ ਉਹ ਬੱਚੀ ਜਿਹਨੇ ਆਪਣੇ ਪਤੀ ਨੂੰ ਵੇਖਿਆ ਵੀ ਨਹੀਂ, ਪਤੀ ਨੂੰ ਰਸਤੇ ਦੇ ਵਿੱਚ ਮਾਰ ਦਿੱਤਾ ਲੁੱਟਮਾਰ ਦੇ ਦੌਰਾਨ ਹਾਕਮਾਂ ਨੇ, ਪਰ ਉਸ ਬੱਚੀ ਨੂੰ ਵਿਧਵਾ ਤਸਲੀਮ ਕਰ ਲਿਆ ਜਾਂਦਾ ਸੀ। ਹੁਣ ਉਹਦਾ ਕਸੂਰ ਕੀ ਬੱਚੀ ਉਸਦਾ? ਉਹਦਾ ਤਾਂ ਵਿਆਹ ਵੀ ਨਹੀਂ ਪਿਆ, ਉਹਨੇ ਤਾਂ ਆਪਣੇ ਪਤੀ ਨੂੰ ਵੇਖਿਆ ਵੀ ਨਹੀਂ, ਅਤੇ ਸਮਾਜ ਨੇ ਉਹਨੂੰ ਵਿਧਵਾ ਬਣਾ ਦਿੱਤਾ। ਨਹੀਂ, ਹੁਣ ਤੂੰ ਚਿੱਟੀ ਚੁੰਨੀ ਲਵੇਂਗੀ, ਔਰ ਕੁਛ ਕਬੀਲਿਆਂ ਦੇ ਤਾਂ ਸਿਰ ਵੀ ਮੁੰਨ ਦਿੱਤਾ ਜਾਂਦਾ ਸੀ। ਕਸੂਰ ਕੁਛ ਵੀ ਨਹੀਂ, ਬਸ ਬੱਚੀ ਦੀ ਜ਼ਿੰਦਗੀ ਬਰਬਾਦ। ਅਤੇ ਕੁਝ ਸਿਆਣੇ ਪੁਰਖਾਂ ਨੇ ਇੱਕ ਗੱਲ ਸੋਚੀ, ਉਹਨਾਂ ਨੇ ਸੋਚਿਆ ਕਿ ਇਹਦਾ ਹੱਲ ਤਾਂ ਕੱਢੀਏ ਕੋਈ ਨਾ।
ਬੱਚਿਆਂ ਦਾ ਕਸੂਰ ਕੀ ਹੈ ਅਸੀਂ ਵਿਧਵਾ ਦਾ ਦਰਜਾ ਦੇ ਦਿੰਦੇ ਕੋਈ ਹੱਲ ਹੱਲ ਇਹ ਸੋਚਿਆ ਗਿਆ ਕਿ ਜਦੋਂ ਵੀ ਬਰਾਤ ਚੱਲੇ ਉਸ ਬਰਾਤ ਦੇ ਵਿੱਚ ਲਾੜੇ ਦੀ ਉਮਰ ਦਾ ਉਹਦਾ ਚਾਚੇ ਦਾ ਉਹਦੀ ਮਾਸੀ ਦਾ ਉਹਦੇ ਮਾਮੇ ਦਾ ਉਹਦੇ ਹੋਰ ਕਿਸੇ ਭੂਆ ਫੁੱਫੜ ਦਾ ਜਾਂ ਕਿਸੇ ਹੋਰ ਰਿਸ਼ਤੇਦਾਰੀ ਦੇ ਵਿੱਚੋਂ ਇੱਕ ਬਰਾਬਰ ਦੀ ਉਮਰ ਦਾ ਲੜਕਾ ਲਾੜੇ ਵਾਂਗੂ ਤਿਆਰ ਕੀਤਾ ਜਾਵੇ ਪਰ ਉਹ ਪਿੱਛੇ ਰਹੇਗਾ ਲੜਕੀ ਹੈ ਬਾਲਾ ਲੜਕਾ ਹੈ ਵਰ ਇੱਕ ਵਰ ਅਤੇ ਬਾਲਾ ਦੇ ਉੱਪਰ ਸਬਸਟੀਚਿਊਟ ਪੈਦਾ ਕੀਤਾ ਗਿਆ ਸਰਬਾਲਾ ਕਿ ਮੰਨ ਲਓ ਜੇਕਰ ਮੁਗਲਾਂ ਦੀ ਜਾਂ ਹਾਕਮਾਂ ਦੀ ਮੁੱਠਭੇੜ ਦੇ ਵਿੱਚ ਉਸ ਬੱਚੀ ਦੇ ਪਤੀ ਦੀ ਮੌਤ ਹੋਵੇ ਤਾਂ ਇਹ ਜਿਹੜਾ ਦੂਸਰਾ ਤਿਆਰ ਕੀਤਾ ਹੋਇਆ ਉਸ ਲਾੜੇ ਦੇ ਰੂਪ ਦੇ ਵਿੱਚ ਹੈ ਉਹ ਉਸ ਬੱਚੀ ਦੇ ਨਾਲ ਵਿਆਹ ਕਰਾਵੇਗਾ ਹੁਣ 5 ਸਾਲ ਦੇ ਬੱਚੇ ਦੇ ਗਲ 'ਚ ਪਾ ਕੇ ਹਾਰ ਅਤੇ ਪਾ ਕੇ ਕੱਪੜੇ ਦੇ ਖਿੰਦੇ ਸਰਬਾਲਾ ਪਿਛੋਕੜ ਦਾ ਪਤਾ ਹੀ ਨਹੀਂ ਰਸਮ ਕਦੋਂ ਸ਼ੁਰੂ ਹੋਈ ਅਤੇ ਰਸਮ ਕਿਉਂ ਸ਼ੁਰੂ ਹੋਈ ਸੋ ਜਿੰਨਾ ਚਿਰ ਤੱਕ ਅਸੀਂ ਇਹਨਾਂ ਰਸਮਾਂ ਦੇ ਮੂਲ ਨੂੰ ਪਿਛੋਕੜ ਨੂੰ ਨਹੀਂ ਸਮਝਾਂਗੇ ਉਹਨਾਂ ਚਿਰ ਅਸੀਂ ਗੱਲ ਤੋਂ ਮੁਕਤ ਨਹੀਂ ਹੋਵਾਂਗੇ ਮੈਂ ਹੈਰਾਨ ਰਹਿ ਗਿਆ ਮੈਂ ਕਈ ਵਾਰੀ ਕਿਉਂਕਿ ਮੈਨੂੰ ਜਾਣਾ ਪੈਂਦਾ ਹੈ ਪੰਡਾਂ ਵਹੀਆਂ ਦੇ ਉੱਪਰ ਅਤੇ ਭੱਟ ਵਹੀਆਂ ਦੇ ਉੱਪਰ ਖੋਜ ਕਰਨ ਦੇ ਵਾਸਤੇ ਅਤੇ ਮੈਂ ਬੜਾ ਹੈਰਾਨ ਰਿਹਾ ਕਿ ਦਿੱਲੀ ਤੱਕ ਸਰਦਾਰ ਜੀ ਗਏ ਅਤੇ ਮੈਨੂੰ ਮਿਲ ਗਏ ਮੈਂ ਕਿਹਾ ਜੀ ਤੁਸੀਂ ਇੱਥੇ ਕਿਵੇਂ ਕਹਿੰਦੇ ਜੀ ਸਾਡੇ ਜਿਹੜੇ ਗ੍ਰਹਿ ਪੰਡਿਤ ਨੇ ਜਿਨ੍ਹਾਂ ਨੂੰ ਅਸੀਂ ਮੰਨਦੇ ਹਾਂ ਉਹਨਾਂ ਨੇ ਕਿਹਾ ਕਿ ਤੁਹਾਡੇ ਵਡੇਰਿਆਂ ਦੀ ਮੁਕਤੀ ਨਹੀਂ ਹੋਈ ਤੁਸੀਂ ਗਊ ਦਾਨ ਕਰੋ ਗਊ ਲੈ ਕੇ ਨਹੀਂ ਗਏ ਉੱਥੇ ਉਹਨਾਂ ਧਾਰਮਿਕ ਪੁਜਾਰੀਆਂ ਨੇ ਇੱਕ ਗਊ ਰੱਖੀ ਹੁੰਦੀ ਹੈ ਉਹਨੂੰ ਹੀ ਸਾਰਾ ਦਿਨ ਵੇਚਦੇ ਰਹਿੰਦੇ ਨੇ ਕਿ 10,000 ਰੁਪਈਆ ਦੇ ਦਿਉ 15 ਦੇ ਦਿਉ 21 ਦੇ ਦਿਉ 51 ਦੇ ਦਿਉ ਉਸੇ ਨੂੰ ਵਾਰ ਵਾਰ ਦਾਨ ਕਰੀ ਜਾਂਦੇ ਨੇ ਹੁਣ ਇਹ ਗੱਲ ਆਈ ਕਿੱਥੋਂ ਕਿਤੇ ਤੁਹਾਨੂੰ ਪਹੇਵੇ ਜਾਣ ਦਾ ਮੌਕਾ ਮਿਲੇ ਨਾ ਮੇਰਾ ਇੱਕ ਡਰਾਈਵਰ ਸੀ ਉਹ ਹਿੰਦੂ ਪਰਿਵਾਰ ਦੇ ਵਿੱਚੋਂ ਸੀ ਉਹਦੀ ਮਾਤਾ ਦੀ ਮੌਤ ਹੋ ਗਈ ਗਰੀਬ ਪਰਿਵਾਰ ਸੀ ਡਰਾਈਵਰੀ ਕਰਦਾ ਸੀ ਅਤੇ ਉਹਨੂੰ ਵੀ ਉਹਨਾਂ ਦੇ ਰਿਸ਼ਤੇਦਾਰਾਂ ਨੇ ਦਬਾਅ ਪਾ ਕੇ ਜ਼ੋਰ ਲਾ ਕੇ ਪਹੇਵੇ ਪਹੁੰਚ ਦਿੱਤਾ ਕਿ ਮਾਤਾ ਦੇ ਪਿੰਡ ਭਰਾਉਣ ਵਾਸਤੇ ਜਾਣਾ ਪਿੰਡ ਭਰਾਉਣ ਦਾ ਮਤਲਬ ਹੁੰਦਾ ਕਿ ਮਾਤਾ ਦੇ ਵਾਸਤੇ ਸਮਾਨ ਉੱਪਰ ਭੇਜਣਾ ਜ਼ਰੂਰੀ ਵਸਤਾਂ ਅਤੇ ਉਹ ਮੈਨੂੰ ਕਹਿੰਦਾ ਵੀਰ ਜੀ ਬਾਅਦ ਦੇ ਵਿੱਚ ਕੋਈ ਗੱਲ ਛੱਡ ਗਿਆ ਬਾਅਦ 'ਚ ਨਹੀਂ ਗਿਆ ਇੱਕੋ ਵਾਰੀ ਗਿਆ ਕਹਿੰਦਾ ਵੀਰ ਜੀ ਮੈਂ ਜਾ ਕੇ ਉੱਥੇ ਹੈਰਾਨ ਹੋ ਗਿਆ ਕਿ ਜਿਹੜਾ ਸਾਡੀਆਂ ਪੁਸ਼ਤਾਂ ਦਾ ਜਿਹੜਾ ਪੰਡਿਤ ਸੀ ਉਹ ਮੈਨੂੰ ਕਹਿੰਦਾ ਹੈ ਕਿ ਪਹਿਲਾਂ ਇਹ ਦੱਸ ਕਿ ਮਾਤਾ ਨੂੰ ਉੱਪਰ ਬੈੱਡ ਕਿਵੇਂ ਦਾ ਚਾਹੀਦਾ ਜੇ ਤਾਂ ਕੁਈਨ ਬੈੱਡ ਚਾਹੀਦਾ ਤਾਂ 20,000 ਰੁਪਈਆ ਲੱਗੇਗਾ ਜੇਕਰ ਸਿੰਪਲ ਬੈੱਡ ਚਾਹੀਦਾ ਤਾਂ 10,000 ਅਤੇ ਜੇਕਰ ਫੋਲਡਿੰਗ ਨਾਲ ਕੰਮ ਚਲਾਉਣਾ ਹੈ ਤਾਂ 600 ਰੁਪਈਆ ਮਾਤਾ ਨੂੰ ਉੱਪਰ ਕਹਿੰਦਾ ਮੈਂ ਕਿਹਾ ਜੀ 600 ਵਾਲਾ ਦੇ ਦਿਉ ਗਰੀਬ ਬੰਦਾ ਕਹਿੰਦਾ ਉਹਨੇ 600 ਰੁਪਈਆ ਲੈ ਲਿਆ ਫਿਰ ਮੈਨੂੰ ਕਹਿੰਦਾ ਕਿ ਮਾਤਾ ਨੂੰ ਟਾਰਚ ਕਿਹੜੀ ਮਾਤਾ ਨੇ ਨਹੀਂ ਰੇਸਰੇ ਕਿਤੇ ਜਾਣਾ ਉੱਥੇ ਮਾਤਾ ਨੂੰ ਟਾਰਚ ਕਿਹੜੀ ਭੇਜਣੀ ਹੈ 1100 ਵਾਲੀ 500 ਵਾਲੀ ਕਿ 150 ਵਾਲੀ ਕਹਿੰਦਾ ਮੈਂ ਕਿਹਾ ਜੀ 150 ਵਾਲੀ ਭੇਜ ਦਿਉ ਫਿਰ ਕਹਿੰਦਾ ਮਾਤਾ ਦੇ ਵਾਸਤੇ ਸੋਟੀ ਕਿਹੜੀ ਭੇਜਣੀ ਹੈ ਇੱਕ 500 ਵਾਲੀ ਹੈ ਕਿਉਂਕਿ ਮਾਤਾ ਬੁਜ਼ੁਰਗ ਸੀ ਇੱਕ 250 ਵਾਲੀ ਹੈ ਇੱਕ 150 ਵਾਲੀ ਹੈ ਕਹਿੰਦਾ ਮੈਂ ਕਿਹਾ ਜੀ 100 ਵਾਲੀ ਸੋਟੀ ਭੇਜ ਦਿਉ ਫਿਰ ਕਹਿੰਦਾ ਕਿ ਮਾਤਾ ਦੇ ਵਾਸਤੇ ਚਾਦਰਾਂ ਬਿਸਤਰਾਂ ਅਤੇ ਬੈਗ ਕਿਹੜਾ ਭੇਜਣਾ ਕਹਿੰਦਾ ਮੇਰੇ ਕੋਲ ਰਿਹਾ ਨਾ ਗਿਆ ਕਹਿੰਦਾ ਮੈਂ ਕਿਹਾ ਮਾਤਾ ਨੂੰ ਸਮਾਨ ਭੇਜਣ ਦੇ ਹੋ ਕਿ ਜੰਗਲ 'ਚ ਸ਼ਿਕਾਰ ਕਰਨ ਵਾਸਤੇ ਭੇਜਣ ਲੱਗੇ ਟਾਰਚਾਂ ਮੰਗੀ ਜਾਂਦੇ ਹੋ ਛਤੜੀ ਮੰਗੀ ਜਾਂਦੇ ਹੋ ਸੋਟੀ ਮੰਗੀ ਜਾਂਦੇ ਹੋ ਸੋ ਇਹ ਕੁਛ ਧਰਮ ਦੇ ਨਾਮ 'ਤੇ ਕੀਤਾ ਜਾ ਰਿਹਾ ਸਾਡੇ ਸਮਾਜ 'ਚ ਹੋ ਰਿਹਾ ਔਰ ਉਸ ਸਮਾਜ ਦੇ ਵਿੱਚ ਹੋ ਰਿਹਾ ਜਿੱਥੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਇੱਕੋ ਗੱਲ ਕਹਿ ਕੇ ਖੰਡਨ ਕਰ ਦਿੱਤਾ ਕਿ ਇਹ ਕਰ ਕਰੇ ਸੋ ਇਹ ਕਰ ਪਾਏ ਜੇ ਅਸੀਂ ਚੰਗੇ ਕਰਮ ਇੱਥੇ ਕਰਾਂਗੇ ਤਾਂ ਸੰਸਾਰ ਸਾਨੂੰ ਚੰਗਾ ਕਹੇਗਾ ਉਹਨਾਂ ਹੀ ਕਰਮਾਂ ਦਾ ਲੇਖਾ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਹੈ ਅਸੀਂ ਕਿਸੇ ਤਰ੍ਹਾਂ ਵੀ ਇੰਝ ਨਹੀਂ ਕਰ ਸਕੇ ਕਿ ਮੈਂ ਤੁਹਾਡੇ ਵਾਸਤੇ ਪਾਠ ਕਰਾਂ ਅਤੇ ਤੁਹਾਡਾ ਭਲਾ ਹੋ ਜਾਵੇ ਤੁਹਾਨੂੰ ਪਾਠ ਆਪ ਹੀ ਕਰਨਾ ਪੈਣਾ ਹੈ ਤੁਹਾਨੂੰ ਆਪਣੀ ਅਰਦਾਸ ਆਪ ਹੀ ਕਰਨੀ ਪੈਣੀ ਹੈ ਇਸ ਵਹਿਮ ਦੇ ਵਿੱਚੋਂ ਨਿਕਲ ਜਾਓ ਕਿ ਪਾਠ ਮੈਂ ਕਰਾਂ ਅਤੇ ਭਲਾ ਤੁਹਾਡਾ ਹੋਵੇ ਇੰਝ ਨਹੀਂ ਹੋ ਸਕਦਾ ਗੁਰੂੜ ਪ੍ਰਾਣ ਦੀ ਇੱਕ ਘਟਨਾ ਤੁਹਾਡੇ ਨਾਲ ਸਾਂਝੀ ਕਰਕੇ ਉਸ ਦਿੱਲੀ ਵਾਲੇ ਵੀਰ ਦੀ ਮੈਂ ਸਮਾਪਤੀ ਕਰਦਾ ਥੋੜ੍ਹਾ ਵਕਤ ਹੋਰ ਲੈਂਦਾ ਮੈਂ ਕਿਹਾ ਜੀ ਗਊ ਦਾਨ ਕਿਉਂ ਕਹਿੰਦਾ ਜੀ ਬਾਪੂ ਮੇਰੇ ਪਿਤਾ ਜੀ ਉਹ ਤੋਂ ਬਿਨਾਂ ਸਵਰਗਾਂ 'ਚ ਨਹੀਂ ਜਾ ਸਕਦੇ ਹੁਣ ਇਹ ਗੱਲ ਕਿੱਥੋਂ ਆਈ ਇਹ ਗੱਲ ਵੀ ਗੁਰੂੜ ਪ੍ਰਾਣ ਦੇ ਵਿੱਚੋਂ ਆਈ ਹੋਰ ਵੀ ਬਹੁਤ ਸਾਰੇ ਗ੍ਰੰਥ ਨੇ ਪਾਸਕਰ ਗ੍ਰਹਿ ਸੂਤਰ ਇਹਨਾਂ ਦੇ ਵਿੱਚ ਵੀ ਇਵੇਂ ਦੀਆਂ ਗੱਲਾਂ ਤੁਹਾਨੂੰ ਮਿਲ ਜਾਣਗੀਆਂ ਪਰ ਉਹਦੇ ਵਿੱਚ ਕਿਹਾ ਜਾਂਦਾ ਕਿ ਜਦੋਂ ਬੰਦਾ ਪਿੱਤਰ ਲੋਕ ਚਲਾ ਜਾਂਦਾ ਮਰਨ ਤੋਂ ਬਾਅਦ ਉਹਦੀ ਆਤਮਾ ਅਤੇ ਪਿੱਤਰ ਲੋਕ ਤੋਂ ਸਵਰਗਾਂ ਦੇ ਵਿੱਚ ਇੱਕ ਨਦੀ ਵਹਿੰਦੀ ਜਿਹਨੂੰ ਵੈਤਰ ਨਹੀਂ ਕਿਹਾ ਜਾਂਦਾ ਅਤੇ ਉਹ ਨਦੀ ਉਨ੍ਹਾਂ ਚਿਰ ਪਾਰ ਨਹੀਂ ਕੀਤੀ ਜਾ ਸਕਦੀ ਜਿੰਨਾ ਚਿਰ ਮਰਨ ਵਾਲੇ ਵਿਅਕਤੀ ਦਾ ਬੱਚਾ ਗਊ ਦਾਨ ਨਾ ਕਰੇ ਕਿਉਂਕਿ ਗਊ ਮਾਤਾ ਦੀ ਪੂਛ ਫੜ ਕੇ ਉਹ ਨਦੀ ਪਾਰ ਕੀਤੀ ਜਾ ਸਕੇ ਨਹੀਂ ਤਾਂ ਬੰਦਾ ਰਹੂਗਾ ਪਿੱਤਰ ਲੋਕ ਦੇ ਵਿੱਚ ਅਤੇ ਉਹਨਾਂ ਨੇ ਵੀ ਇੱਕੋ ਗਊ ਰੱਖੀ ਆ 600 ਰੁਪਈਏ ਵਾਲੀ
सारा दिन उन्होंने ही मोटरबोट बनाई फिरते हैं, दे दो 11,000, दे दो 21,000, दे दो 31,000, लोगों को पैसे नहीं चलते। तो वह सारी गल समझ के ना मैं पंजाब की लोकधारा वाइट किताब है तो मैं गल याद आ गई तो मैं उन्होंने सुना दी। मैं क्या किसी जिमीदार के बाप की मौत हो गई, गरीब बंदा सी, घर एक गऊ सी, दुध बच्चे पीते वेच के गुजारा चलता से, उन्हें गऊ दान ना की। पुराने समय तो लोग इन्हों के प्रभाव अधीन से, उन्हें गऊ दान ना की। तो पिंड के पुजारी ने सोचा कि अज बंता सिंह ने गऊ दान नहीं की, कल किसी होर ने नहीं करनी, परसों ने होर नहीं करनी, मेरा तो काम बंद हो जाए। चार दिन बाद जाके वह दरवाजा खड़काया जिमीदार का, कहिंदा बंता सिंह दरवाजा खोल। उन्हें दरवाजा खोलिया, कहिंदा तेरे बापू की मौत हुई? कहिंदा हाँ। कहिंदा बड़ा औखा है, राती मैं सुपने च आया, सारे लोग पार चले गए, वो पार नहीं हो गया, वो तड़फण दिया पितर लोग दे विच। कहिंदा क्यों? कहिंदा तू गऊदान नहीं की, गऊदान तो बिना वैतरनी नदी पार नहीं कर सकता। हुण जिमीदार बेचारा गल्लां च आ गया, करे की, गऊ दवांगे तो घर की आर्थिकता खत्म हो जानी है, दुध भी नहीं है, पैसे भी नहीं है, करे की गरीब बंदा। सोच साच के उन्हें गाय अपनी जिहड़ी सी खोली, हालां घर वाली लड़ी, कहिंदी इह की करन लगा, सानू पता ही बीबी नूं सौरा रहिंदा भुखा दे रहिण दी कोई गल नहीं, गऊ तो घर रहनी चाहीदी है। उन्हें संगल खोलिया तो पंडित जी नूं फड़ा दिता, घर च लड़ाई पै गई। वह कहिंदा हौसला रखो, गऊ भी वापस आ जाएगी, कोई गल नहीं। जो चार दिन लंघ गए तो उन्हें जाके फिर पुजारी जी का दरवाजा खड़काया, पुजारी जी दरवाजा खोलो, मैं बंता सिंह बोलदा। उन्हें दरवाजा खोलिया, कहिंदे कि सारे मंत्र मुंत्र तुसी पढ़ने ने? कहिंदा बिल्कुल पढ़ ले। कहिंदा हुण मेरे बापू की हालत है? कहिंदा कि मैं आउंदे जो तेरे को गऊ लियांदी, आउंदिया ही मैं गुरड़ पुराण के मंत्र पढ़े, मैं हवन किया, मैं जप किया, तो रात में ही तेरा बाप जिहड़ा सीगा वो पितर लोग तो स्वर्गों के चला गया, तो मैंनू सुपने च आके दसिया कि हुण मैं स्वर्गों के विच। कहिंदा हुण स्वर्गों तो वापस तो नहीं कि इधर आ सकता? कहिंदा नहीं, जिहड़ा एक बार स्वर्ग चला गया वो दोबारा पितर लोग च नहीं आ सकता। तो अपने मुंडे को आवाज मार के कहिंदा, कहिंदा जग्गिया खोल बगाई का संगल, लै चल घर, आप बापू ही पार करवाना सी, और पंडित जी ने की कर दिया, गाई फिर खोल के घर लै गया, बापू तो पार करा लिया ना, इन्ना ही काम करवाना सी। यही काम हरिद्वार च हो रहा, एक गाई लिया के सारा दिन लोगों के बापू पार कराई जाते। सो जिन्ना चिर साढ़े मन के वहम ना खत्म होया, ये भरम ना खत्म होया ना, उन्ना चिर असी इन्हों लोगों के कोलों इस तरह के मानसिक शोषण का शिकार होते रहेंगे। सानू इस ज्ञान की लोड़ है। तो जिदन मैं जितों गल शुरू की थी, फूटो आंडा भरम का, जिदन ताडे मन चो भरम का भांडा फुट जाना है ना कि गुरु तो बिना तुहाडा कोई नहीं है, तो जे गुरु वाल है ना, जाम गुरु है वल लख वाहे क्या कीजे, जे गुरु तुहाडे वल है तुहाडा कोई कुछ नहीं जे बिगाड़ सकता, कुछ नहीं बिगाड़ सकता। सिर्फ एक गुरु के टेक ला, पावन गुरबाणी च कि सोहनी गल लिखी है, तै पढ़िया एक मन धरिया एक, कर एक वखाण्यो नैण बैण मोह एक, एक दोए ठाए ना जाण्यो, सुपन एक प्रतख एक एक समय लीण्यो, एक तो बिना दूजी गल ही नहीं है। जिदन तुसी अपने मन च यह गल वसा ली ना कि एक तो बिना साडा कोई भी नहीं हो, सच जाण्यो तुहाडा कुछ नहीं जे बिगड़ना। तुसी चढ़दी कला च रहोगे, तुसी खेड़े च रहोगे, तुसी विगास दे विच रहोगे, बस एक नूं अपना लो। जदों असी दुविधा दे विच पै जांदे ना ते भाई साहिब भाई गुरदास कहिंदे ने, बड़ी प्यारा प्रमाण दिंदे ने, कहिंदे दोए दर्पण देखिया एक से अनेक रूप। कहिंदे एक बंदा होवे ते अपने सामने दो शीशे रख ले, तुसी भी रख के वेख्यो, ते दो शीशियां दे विच उहनूं दो रूप ही दिसणे ना, एक नहीं दिसेगा। दोए दर्पण देखा एक से अनेक रूप, दोए ना पाप धरे पहुंचे ना पार है, दो किश्तियां का सवार कभी पार नहीं पहुंचता। अगे कहिंदे ने कि दोए भूप जाके गाओ पर जाना सुखी होत, जिस शहर के दो राजे होण उस शहर के लोग सुखी नहीं हो सकते, दोए पुरख ने कि ना नार कुला धार है। फिर अगली गल पढ़ी पैंदे, कहिंदे ने कि दो राहे दुचित होए भूल पग धार है, दुराहे ते आके असीं दुबदा च पै जांदे, पर जिहड़ा गुरसिख है उहदे वास्ते इही उपदेश है कि उहने एक दे नाल जुड़ना। जिदन असी एक दे नाल जुड़ गए, एक नूं अपना बना लिया ते एक नूं अपना आपा समर्पित कर दिता, ना तुहानूं किसे जादू टूणे का डर, ना तुहानूं किसे, मैं तो हैरान रह जांदा
ਸਾਨੂੰ ਪਾਵਨ ਗੁਰਬਾਣੀ ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਨੇ ਆਪਣੀਆਂ ਰਚਨਾਵਾਂ ਵਿੱਚ ਸਮਝਾ ਦਿੱਤਾ ਕਿ ਸ਼ਨਿਚਰਵਾਰ ਸੌਣ ਸਾਸਤ ਵਿਚਾਰ ਹੋਮੇ ਮੇਰਾ ਭਰਮੇ ਸੰਸਾਰ, ਗੁਰੂ ਨੇ ਕਹਿ ਦਿੱਤਾ। ਅਤੇ ਮੈਂ ਅਜੇ ਵੀ ਹੈਰਾਨ ਹੈ ਕਿ ਜਦੋਂ ਦਿੱਲੀ ਦੀਆਂ ਸੜਕਾਂ ਦੇ ਉੱਪਰ ਸ਼ਨੀਵਾਰ ਵਾਲੇ ਦਿਨ ਜਾਂ ਫਿਰ ਅਕਸਰ ਇਹਨਾਂ ਦਿਨਾਂ ਦੇ ਵਿੱਚ ਵੀ ਨਿੰਬੂ ਅਤੇ ਮਿਰਚਾਂ ਵੇਖਦੇ ਹੋ ਤੁਸੀਂ, ਹਰੀਆਂ ਮਿਰਚਾਂ ਅਤੇ ਨਿੰਬੂ ਸੜਕਾਂ 'ਤੇ ਵਿਕ ਰਹੀਆਂ ਹੁੰਦੀਆਂ ਅਤੇ ਸਾਡੇ ਸਿੱਖ ਵੀਰ ਵੀ ਖਰੀਦੀ ਜਾਂਦੇ। ਅਤੇ ਮੈਂ ਬੜਾ ਹੈਰਾਨ ਹੁੰਦਾ ਇਹਨਾਂ ਦੇ ਨਾਲ ਕੀ ਹੋਵੇਗਾ। ਅਤੇ ਸੱਚ ਜਾਣਿਓ ਨਿੰਬੂ ਅਤੇ ਮਿਰਚਾਂ, ਚਲੋ ਇਹ ਤਾਂ ਕੰਮ ਦੀ ਚੀਜ਼ ਹੈ, ਹੋ ਸਕਦਾ ਇਹਨਾਂ ਤੋਂ ਤਾਂ ਕੋਈ ਦੇਵਤਾ ਪ੍ਰਸੰਨ ਹੋ ਜਾਂਦਾ ਹੋਵੇ। ਅੱਜ ਕੱਲ੍ਹ ਚੀਨ ਦੀਆਂ ਪਲਾਸਟਿਕ ਦੀਆਂ ਬਣੀਆਂ ਆ ਗਈਆਂ, ਮੈਂ ਕਹਿੰਦਾ ਰੱਬ ਨਾਲ ਵੀ ਧੋਖਾ ਕਰੀ ਜਾਂਦੇ, ਨਕਲੀ ਨਿੰਬੂ ਅਤੇ ਨਕਲੀ ਮਿਰਚਾਂ ਪਲਾਸਟਿਕ ਦੀਆਂ ਬਣੀਆਂ ਬੂਹਿਆਂ 'ਤੇ ਟੰਗੀਆਂ ਨੇ, ਸਾਡੇ ਘਰ ਮਾੜਾ ਗ੍ਰਹਿ ਨਹੀਂ ਆਵੇਗਾ। ਵੀ ਰੱਬ ਵੀ ਉਹ ਕਿਵੇਂ ਦਾ ਜਦੋਂ ਇਹ ਪਛਾਣ ਨਹੀਂ ਆਉਂਦੀ ਵੀ ਅਸਲੀ ਨਿੰਬੂ ਨਹੀਂ ਅਤੇ ਚੀਨ ਦੀਆਂ ਬਣੀਆਂ ਨੇ। ਇਹ ਸਾਡੇ ਜਿਹੜੇ ਮਨਾਂ ਦੇ ਵਹਿਮ ਨੇ, ਇਹਨਾਂ ਵਹਿਮਾਂ ਨੂੰ ਸਾਨੂੰ ਕੱਢਣਾ ਪਵੇਗਾ ਅਤੇ ਕਿਸ ਰੂਪ 'ਚ ਕੱਢਣਾ ਪਵੇਗਾ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਹਾਦਰ ਸ਼ਾਹ ਦੇ ਨਾਲ ਮੁਲਾਕਾਤ ਹੁੰਦੀ ਹੈ। ਇਸ ਮੁਲਾਕਾਤ ਤੋਂ ਬਹਾਦਰ ਸ਼ਾਹ ਦੇ ਕਾਜ਼ੀ ਅਤੇ ਧਾਰਮਿਕ ਆਗੂ ਬੜੇ ਘਬਰਾ ਗਏ ਕਿ ਬਹਾਦਰ ਸ਼ਾਹ ਨੇ ਆਪਣਾ ਧਾਰਮਿਕ ਰਹਿਬਰ ਗੁਰੂ ਨੂੰ ਤਸਲੀਮ ਕਰ ਲਿਆ। ਉਹ ਚਾਹੁੰਦੇ ਨੇ ਗੁਰੂ ਨੂੰ ਖਤਮ ਕਰਾਇਆ ਜਾਵੇ। ਉਹਦਾ ਇੱਕ ਜਰਨੈਲ ਬਖਸ਼ੀ ਸਰਬਲੰਦ ਖਾਨ ਅਤੇ ਉਹਦਾ ਇੱਕ ਕਾਜ਼ੀ ਅਮੀਨ ਖਾਨ, ਉਹਨੂੰ ਕਹਿੰਦੇ ਸਾਨੂੰ ਪਤਾ ਲੱਗਾ ਹੈ ਗੁਰੂ ਗੋਬਿੰਦ ਸਿੰਘ ਨੇ 3 ਵਾਰ ਸ਼ੇਰ ਦਾ ਸ਼ਿਕਾਰ ਕੀਤਾ ਅਤੇ ਸਾਡੇ ਇੱਥੇ ਆਗਰੇ ਦੇ ਕੋਲ ਜੰਗਲ ਦੇ ਵਿੱਚ ਇੱਕ ਸ਼ੇਰ ਹੈ ਆਦਮਖੋਰ, ਅਤੇ ਬਾਦਸ਼ਾਹ ਭਲਾ ਵੇਖੀਏ ਗੁਰੂ ਨੇ ਸੱਚੀ ਸ਼ਿਕਾਰ ਕੀਤਾ ਕਿ ਲੋਕ ਕਹਿੰਦੇ ਨੇ, ਸ਼ਿਕਾਰ ਤਾਂ ਕਰਕੇ ਵੇਖੀਏ। ਸਵੇਰੇ ਜਦੋਂ ਗੁਰੂ ਪਾਤਸ਼ਾਹ ਬਹਾਦਰ ਸ਼ਾਹ ਨਾਲ ਬੈਠੇ ਨੇ ਅਤੇ ਬਖਸ਼ੀ ਸਰਬਲੰਦ ਕਹਿੰਦਾ ਹੈ, ਕਹਿੰਦਾ ਗੁਰੂ ਜੀ ਸਾਨੂੰ ਪਤਾ ਲੱਗਾ ਤਾਂ ਅਸੀਂ 3 ਵਾਰੀ ਸ਼ੇਰ ਦਾ ਸ਼ਿਕਾਰ ਕੀਤਾ ਅਤੇ ਅਸੀਂ ਚਾਹੁੰਦੇ ਸਾਡੇ ਸਾਹਮਣੇ ਕਰੋ। ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ, ਜਦੋਂ ਚੱਲਣਾ ਦੱਸ ਦਿਓ ਚੱਲਾਂਗੇ। ਅਗਲਾ ਦਿਨ ਚੱਲਿਆ, ਉੱਧਰੋਂ ਬਹਾਦਰ ਸ਼ਾਹ ਸ਼ਾਹਜ਼ਾਦਾ ਮੁਅੱਜ਼ਮ ਜਿਸਦਾ ਪਹਿਲਾ ਨਾਮ ਸੀ ਤੁਹਾਡੇ ਦਿੱਲੀ ਤੋਂ ਰਹਿਣ ਵਾਲਾ, ਔਰੰਗਜ਼ੇਬ ਦਾ ਬੇਟਾ ਜੇਬੁਲਿਸਾ ਦਾ ਭਰਾ, ਉਹਦੇ ਨਾਲ ਬਖਸ਼ੀ ਬੁਲੰਦ ਖਾਨ, ਅਮੀਨ ਖਾਨ ਅਤੇ ਉਹਨਾਂ ਦੇ 50 ਹੋਰ ਹਾਕਮ। ਦੂਜੇ ਪਾਸੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਾਝ ਘੋੜੇ 'ਤੇ ਸਵਾਰ ਨੇ, ਨਾਲ ਬਾਬਾ ਦਿਆ ਸਿੰਘ ਨੇ, ਬਾਬਾ ਮਾਨ ਸਿੰਘ ਨੇ ਅਤੇ ਨਾਲ ਬਾਬਾ ਰੋਸ਼ਨ ਸਿੰਘ, ਭਾਈ ਰੋਸ਼ਨ ਸਿੰਘ ਜੀ, ਇਹ ਸਾਰੇ ਜੰਗਲ 'ਚ ਜਾ ਰਹੇ ਨੇ। ਜਦੋਂ ਉਹ ਇਲਾਕਾ ਆਇਆ ਅਤੇ ਸ਼ੇਰ ਦੇ ਪੈਰਾਂ ਦੇ ਨਿਸ਼ਾਨ ਵੇਖੇ, ਜਿਹੜੀ ਉਹਦੀ ਗਾਰ ਸੀ, ਜਿਹੜੀ ਉਹਦੀ ਗੁਫਾ ਸੀ, ਅਤੇ ਬਖਸ਼ੀ ਬੁਲੰਦ ਖਾਨ ਕਹਿੰਦਾ ਕਿ ਗੁਰੂ ਜੀ ਇਸ ਇਲਾਕੇ 'ਚ ਸ਼ੇਰ ਹੈ, ਇੱਥੇ ਨੇੜੇ ਹੈ, ਅਤੇ ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ ਸ਼ਿਕਾਰ ਕਰਾਂਗੇ। ਜਦੋਂ ਗੁਰੂ ਪਾਤਸ਼ਾਹ ਆਪਣੀ ਸ਼ਮਸ਼ੀਰ ਨੂੰ ਬੇਮਿਆਨ ਕਰਕੇ ਘੋੜੇ ਤੋਂ ਉੱਤਰ ਲੱਗੇ ਅਤੇ ਭਾਈ ਰੋਸ਼ਨ ਸਿੰਘ ਨੇ ਵਾਗਾਂ ਫੜਨੀਆਂ, ਕਹਿੰਦਾ ਪਾਤਸ਼ਾਹ ਇਹ ਕਿਵੇਂ ਹੋ ਸਕਦਾ ਗੁਰੂ ਦਾ ਸਿੱਖ ਸਾਹਮਣੇ ਖੜਾ ਹੋਵੇ ਅਤੇ ਸ਼ਿਕਾਰ ਕਰਨ ਗੁਰੂ ਜਾਵੇ, ਇਹ ਨਹੀਂ ਹੋ ਸਕਦਾ। ਹੁਣ ਰੋਸ਼ਨ ਸਿੰਘ ਦੇ ਗਾਤਰੇ ਦੇ ਵਿੱਚ ਤਲਵਾਰ ਹੈ, ਮਿਆਨ 'ਚ ਕਿਰਪਾਨ ਹੈ, ਛੋਟੀ ਹੈ, ਹੱਥ ਦੇ ਵਿੱਚ ਕੁੱਤਕਾ ਹੈ, ਡੰਡਾ। ਪਾਤਸ਼ਾਹ ਕਹਿੰਦੇ ਰੋਸ਼ਨ ਸਿੰਘ ਸ਼ੇਰ ਦਾ ਸ਼ਿਕਾਰ ਤੂੰ ਕਰੇਗਾ? ਕਹਿੰਦੇ ਹਾਂ। ਇੰਨੇ ਚਿਰ ਨੂੰ ਜਦੋਂ ਬਖਸ਼ੀ ਸਰਬਲੰਦ ਖਾਨ ਨੇ ਵੇਖਿਆ ਨਾ ਕਿ ਬੜੀ ਅਜੀਬ ਗੱਲ ਹੈ, ਗੁਰੂ ਦਾ ਸਿੱਖ ਸ਼ੇਰ ਦਾ ਸ਼ਿਕਾਰ ਕਰਨ ਨੂੰ ਤਿਆਰ ਹੋ ਗਿਆ ਅਤੇ ਮੈਂ ਵੀ ਤਾਂ ਜਰਨੈਲ ਹਾਂ, ਮੈਂ ਬਾਦਸ਼ਾਹ ਦੇ ਸਾਹਮਣੇ ਸ਼ਿਕਾਰ ਕਰੂੰਗਾ, ਬਾਦਸ਼ਾਹ ਮੈਨੂੰ ਖਿਲਤ, ਮੈਨੂੰ ਅਹੁਦਾ ਪ੍ਰਦਾਨ ਕਰੇਗਾ। ਉਹ ਕਹਿੰਦਾ ਬਾਦਸ਼ਾਹ ਰਹਿਣ ਦਿਓ ਗੁਰੂ ਸਾਹਿਬ ਨੂੰ, ਇਹ ਸ਼ੇਰ ਦਾ ਸ਼ਿਕਾਰ ਤਾਂ ਮੈਂ ਵੀ ਕਰ ਸਕਦਾ। ਗਿਆ ਸ਼ੇਰ ਨਿਕਲਿਆ ਅਤੇ ਇਤਿਹਾਸਕਾਰ ਲਿਖਦੇ ਨੇ ਕਿ ਸ਼ੇਰ ਨੇ ਸਰਬਲੰਦ ਖਾਨ ਨੂੰ ਇਸ ਤਰ੍ਹਾਂ ਦੇ ਨਾਲ ਪਟਾ ਕੇ ਜ਼ਮੀਨ 'ਤੇ ਮਾਰਿਆ ਜਿਸ ਤਰ੍ਹਾਂ ਧੋਬੀ ਕੱਪੜੇ ਨੂੰ ਪੱਥਰ 'ਤੇ ਮਾਰਦੇ ਨੇ। ਸਰਬਲੰਦ ਖਾਨ ਨੇ ਦੂਜਾ ਸਾਹ ਨਹੀਂ ਲਿਆ, ਬਹਾਦਰ ਸ਼ਾਹ ਪਿੱਛੇ ਨੂੰ ਭੱਜਣ ਲੱਗਾ। ਪਾਤਸ਼ਾਹ ਕਹਿੰਦੇ ਰੁਕ ਜਾ, ਹੁਣ ਸਾਡਾ ਨਜ਼ਾਰਾ ਤਾਂ ਵੇਖ ਲਾ, ਕਿੱਥੇ ਚੱਲਿਆ? ਬਹਾਦਰ ਸ਼ਾਹ ਨੇ ਘੋੜੇ ਦੀਆਂ ਵਾਗਾਂ ਰੋਕੀਆਂ, ਰੁਕ ਗਿਆ ਅਤੇ ਰੋਸ਼ਨ ਸਿੰਘ ਹੁਣ ਚੱਲਿਆ ਸ਼ੇਰ ਵੱਲ, ਸ਼ੇਰ ਸਾਹਮਣੇ। ਰੋਸ਼ਨ ਸਿੰਘ ਨੂੰ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਰੋਸ਼ਨ ਸਿੰਘ ਸ਼ੇਰ ਦਾ ਮੁਕਾਬਲਾ ਕਰਨਾ, ਡੰਡਾ ਤੇਰੇ ਕੋਲ ਹੈ, ਮੇਰੀ ਤਲਵਾਰ ਲੈ ਜਾ, ਮੇਰੀ ਸ਼ਮਸ਼ੀਰ ਲੈ ਜਾ, ਕਿਰਪਾਨ ਲੈ ਜਾ, ਇਹਦੇ ਨਾਲ ਸ਼ੇਰ ਦਾ ਮੁਕਾਬਲਾ ਕਰ। ਕਹਿੰਦਾ ਪਾਤਸ਼ਾਹ ਸ਼ਿਕਾਰ ਵੀ ਡੰਡੇ ਦੇ ਨਾਲ ਕਰਨਾ, ਜੇ ਤੁਹਾਡੀ ਤੇਗ ਨੂੰ ਤੁਹਾਡੀ ਸ਼ਮਸ਼ੀਰ ਨੂੰ ਲੈ ਕੇ ਗਿਆ ਨਾ ਤੇ ਇਹਨੇ ਬਹਾਦਰ ਸ਼ਾਹ ਨੇ ਸੋਚਣਾ ਸ਼ਾਇਦ ਸ਼ਮਸ਼ੀਰ 'ਚ ਕਰਾਮਾਤ ਹੋਵੇਗੀ। ਗਿਆ ਰੋਸ਼ਨ ਸਿੰਘ, ਸ਼ੇਰ ਕਦੀ ਉੱਪਰ ਕਦੀ ਥੱਲੇ, ਅਖੀਰ ਦਾਲ ਆ ਕੇ ਡੰਡੇ ਦਾ ਉਹਦੇ ਸਿਰ 'ਤੇ ਉੱਪਰ ਇੰਨੀ ਜ਼ੋਰ ਦੀ ਵਾਰ ਕੀਤਾ, ਸ਼ੇਰ ਡਿੱਗ ਪਿਆ ਜ਼ਮੀਨ 'ਤੇ, ਆਪਣੀ ਛੋਟੀ ਕਟਾਰ ਨੂੰ ਕੱਢਿਆ, ਉਹਦੇ ਪੇਟ ਦੇ ਵਿੱਚ ਖੋਭ ਦਿੱਤੀ, ਸ਼ੇਰ ਦੇ ਸਾਹ ਨਿਕਲ ਗਏ, ਆਪਣਾ ਗਲ ਦਾ ਕਮਰ ਕੱਸਾ ਖੋਲ੍ਹਿਆ ਅਤੇ ਉਹਦੇ ਲੱਕ ਨੂੰ ਪਾ ਕੇ ਸ਼ੇਰ ਨੂੰ ਧੂ ਕੇ ਬਹਾਦਰ ਸ਼ਾਹ ਦੇ ਅੱਗੇ ਸੁੱਟ ਦਿੱਤਾ। ਕਹਿੰਦਾ ਆਹ ਪਿਆ ਸ਼ੇਰ, ਬਹਾਦਰ ਸ਼ਾਹ ਜ਼ਮੀਨ ਨੂੰ ਹੱਥ ਲਾ ਕੇ ਕਹਿੰਦਾ ਲਾਹੌਲ ਕੁਵਤ ਵੇਲਾ, ਡੱਡੇ ਦੇ ਨਾਲ ਸ਼ੇਰ ਦਾ ਸ਼ਿਕਾਰ, ਆਪਣੇ ਗਲ ਦੇ ਵਿੱਚੋਂ ਸੋਨੇ ਅਤੇ ਮੋਤੀਆਂ ਦਾ ਹਾਰ ਲਾ ਕੇ ਉਹ ਜਦੋਂ ਰੋਸ਼ਨ ਸਿੰਘ ਨੂੰ ਦੇਣ ਲੱਗਾ, ਰੋਸ਼ਨ ਸਿੰਘ ਲਾਂਭੇ ਹੋ ਗਿਆ। ਬਹਾਦਰ ਸ਼ਾਹ ਕਹਿੰਦਾ ਰੋਸ਼ਨ ਸਿੰਘ, ਮੈਂ ਤੇਰੀ ਝੋਲੀ ਦੇ ਵਿੱਚ ਇੰਨਾ ਵੱਡਾ ਇਨਾਮ ਪਾਉਣ ਲੱਗਾ, ਤੂੰ ਲਾਂਭੇ ਕਿਉਂ ਹੋ ਗਿਆ? ਕਹਿੰਦਾ ਬਹਾਦਰ ਸ਼ਾਹ ਭੁੱਲ ਜਾ, ਇਸ ਝੋਲੀ ਦੇ ਵਿੱਚ ਜੋ ਕੋਈ ਪਾ ਸਕਦਾ ਅਤੇ ਗੁਰੂ ਇਹ ਝੋਲੀ ਹਰ ਕਿਸੇ ਦੇ ਅੱਗੇ ਨਹੀਂ ਅੱਡੀ ਜਾਂਦੀ।
इस झोली दे विच जे कोई पा सकदा है तो मेरा गुरु पा सकदा है, इस झोली च बहादुर शाह कुछ नहीं पा सकदा। जे मैं झोली अड्डांगा अपने गुरु दे अगे अड्डांगा, मैं किसी होर दे अगे झोली नहीं अड्डांगा। कितने साडे च भी निश्चा आ जाए कि असी एक दे अगे झोली अड्डनी है। हम भिखक भिखारी तेरे, तू निज पत है दाता। जिदन असी इहदे एक दे भिखारी बन गए, एक दे पुजारी बन गए, एक दे उपाशक बन गए, सच जाने किसी तरह का कोई वहम भरम साडी जिंदगी च नहीं रहना। बस इन्ना निश्चा कर लो कि एक ओंकार, इहदे तों वध कुछ भी नहीं। वक्त मैं थोड़ा बहुत ज़्यादा लै गया, इन्नियां कु बेनतियां प्रवान फतेह की सांझ, कोई रसना वाझी ना रहे, प्यार ला क्यों। वाहिगुरु जी का खालसा, वाहिगुरु जी की फतेह।